रेडियो चैनल प्रदेशी दे माण मत्ते स्रोतों स्वागत करदे आं तुहाडा रेडियो चैनल प्रदेशी दी पंजाबी सत विच। मैं हां तुहाडा दोस्त होस्ट सरवण सिंह ढवाणा अमेरिका दी विंडी ते ठंडी सिटी शिकागो तों, ते मेरा साथ दे रहे ने पूरी तत्ती तत्ती सिटी जिहड़ी आ गुरुसर सरदार तों उगे पत्रकार ते ब्रॉडकास्टर सरदार संतोख सिंह जी गिल। गिल साहब सत श्री अकाल जी, गुड मॉर्निंग, की हाल चाल ने तुहाडे? ਮਾਹੌਲ ਕਰਨ ਲੈ ਮੈਨੂੰ ਸਾਨੂੰ ਤੁਸੀਂ ਤਟਿਆ ਹੋਇਆ ਨੂੰ ਨਾ ਛੇੜੋ ਹਾਂ। ਦੇਖੋ ਗੱਲ ਇਹ ਆ ਬਈ ਤਾਂ ਪਰਸੋਂ ਤੱਕ ਤਾਂ ਲੋਕ ਰੌਲਾ ਪਈ ਜਾਂਦਾ ਸੀ ਇਹਦੀ 600 ਜੂਨ ਖਾਤੋਂ ਮਾਫ਼ ਆ, 601 ਤੇ ਬਿੱਲ ਖਾਤੋਂ ਆਊਗਾ, 600 ਤੋਂ ਉੱਪਰ ਪਲਾਨਿਆਂ ਨੂੰ ਕਿਉਂ ਮਾਫ਼ ਆ, ਭੁਖੰਡਿਆਂ ਨੂੰ ਬਿੱਲ ਖਾਤੋਂ ਆਊਗਾ, ਇਹ ਬਿੱਲ ਦਾ ਰੌਲਾ ਰੱਪਾ ਪਈ ਜਾਂਦਾ ਸੀ। ਅੱਛਾ, ਪਰ ਕੱਲ ਦੀ ਸਰਕਾਰ ਨੇ ਬਿਜਲੀ ਜਲਾਈ ਮੁਕਤ ਕਰਤੀ, ਉਹ ਕਹਿੰਦੇ ਹੁਣ ਬਿੱਲ ਆਉਣੇ ਨੀ। ਆ ਤਾਂ ਜਵੇ ਨਜ਼ਾਰਾ ਆ ਗਿਆ, ਫਿਰ ਧੰਨ ਧੰਨ ਹੋ ਗਈ, ਕਦੇ ਬਿੱਲ ਆਉਣੇ ਨੀ। ਜਦੋਂ ਬਿਜਲੀ ਨੀ ਆਉਣੀ ਤੇ ਬਿੱਲ ਵੀ ਨੀ ਆਉਣਾ, ਜੇ ਬਿਜਲੀ ਆਊ ਤਾਂ ਹੀ ਬਿੱਲ ਆਊ, ਇਹ ਤਾਂ ਹੁਣ ਬਿਜਲੀ ਆਉਣੀ ਨੀ ਗੀ ਤੇ ਬਿੱਲ ਆਉਣਾ ਹੀ ਨੀ ਗਾ। ਹੁਣ ਕੱਲ ਦੇ ਲੋਕ ਐ ਕਹੀ ਜਾਂਦੇ ਨੇ ਬਈ ਯਾਰ ਤੁਸੀਂ ਨਾ ਅੱਜ ਤਾਂ ਤੁਹਾਨੂੰ ਇੱਕ ਜੂਨ ਤੋਂ ਨੀ ਮੁਕਤ ਮੰਗਦੇ, ਬਸ ਬਿਜਲੀ ਦੇ ਦੋ। ਅੱਛਾ, ਹੁਣ ਲੋਕ ਇੱਥੇ ਆ ਗਏ ਬਈ ਯਾਰ ਬਿਜਲੀ ਛੱਡੋ ਕਿਸੇ ਤਰੀਕੇ ਨਾਲ, ਬਿਜਲੀ ਆਉਣ ਦਿਓ, ਬਿੱਲ ਚਾਹੇ ਦੁੱਗਣਾ ਲੈ ਲਓ ਸਭ ਤੋਂ, ਬਿਜਲੀ ਦੋ ਯਾਰ ਨੇ ਕੇਜਰੀਵਾਲ ਦਾ। ਇਹਨੂੰ ਕਹਿੰਦੇ ਬਾਣੀਆਂ ਬੁੱਧੀ, ਬਾਣੀਆਂ ਬੁੱਧੀ, ਇਹ ਅਸਲੀ ਬਾਣੀਆਂ ਬੁੱਧੀ। ਉਹ ਕਹਿੰਦੇ ਤੁਸੀਂ ਬਿੱਲ ਤੁਹਾਡੇ ਆਉਣੇ ਨੀ ਦੇਣੇ, 300 ਯੂਨਿਟ ਤੋਂ ਉੱਤੇ ਜਾਣੇ ਹੀ ਨੀ ਹੈਗੇ, ਮੀਟਰ ਲਵਾਓ ਚਾਹੇ ਨਾ ਲਵਾਓ, ਜਦੋਂ ਬਿਜਲੀ ਨੀ ਦੇਣੀ ਤੁਹਾਡੇ ਕੋਲ ਬਿੱਲ ਨੀ ਆਉਣਾ, ਗੱਲ ਖਤਮ। ਨਾਲੇ ਉਹ ਕਹਿੰਦੇ ਵੀ ਦੇਖੋ ਜੀ, ਕਹਿੰਦੇ ਕੁਦਰਤ ਨਾਲ ਪਿਆਰ ਕਰੋ, ਕੇਜਰੀਵਾਲ ਕਹਿੰਦੇ ਕੁਦਰਤ ਨਾਲ ਪਿਆਰ ਕਰੋ, ਪੱਖੀਆਂ ਝੱਲੋ, ਜਿਵੇਂ ਪੁਰਾਣੇ ਜਮਾਨੇ ਚ ਆਪਣੇ ਪੁਰਾਣੇ ਬਜੁਰਗ ਮਾਮਾ ਜਿਵੇਂ ਉਹ ਰਹਿੰਦੇ ਸੀਗੇ, ਉਵੇਂ ਰਹਿਣਾ ਸਿੱਖੋ। ਬਸ ਬਸ, ਓਦਾਂ ਹੀ ਆਉਣਾ ਪੈਣਾ, ਉਸ ਜਮਾਨੇ ਜਾਣਾ ਪੈਣਾ, ਹੌਲੀ ਹੌਲੀ ਦੇਖਦੇ ਹਾਂ ਕਿੱਧਰ ਨੂੰ ਜਾਂਦੀ ਗੱਲ। ਗਿੱਲ ਸਾਹਿਬ, ਗਰਮੀ ਨੇ ਫੱਟੇ ਚੱਕੇ ਪਏ ਨੇ, ਤੱਤੀ ਤੱਤੀ ਲੋ ਜਦੋਂ ਵਗਦੀ ਹੈ ਤਾਂ ਫਿਰ ਲੂਹ ਦਿੰਦੀ ਹੈ ਸਾਰਾ ਕੁਛ ਤੁਹਾਡਾ, ਬਹੁਤ ਔਖਾ ਹੈ। ਅਜੇ ਮਈ ਸ਼ੁਰੂ ਹੋਣੀ ਹੈ, 3-4 ਦਿਨ ਪਏ ਨੇ, ਕਦੋਂ ਜੂਨ ਜੁਲਾਈ ਆਈ, ਜੁਲਾਈ ਦੇ ਵਿੱਚ ਸਿਰੇ ਤੇ ਹੁੰਦੀ ਹੈ ਜਿਹੜੀ ਗਰਮੀ, ਉਦੋਂ ਫਿਰ ਥੋੜੀ ਮੋਟੀ ਬਰਸਾਤ ਦੇ ਚਾਂਸ ਹੁੰਦੇ ਨੇ, ਮੱਛਰ ਨੇ ਵੀ ਵਧਣਾ ਹੈ, ਗਰਮੀ ਵੀ ਬਹੁਤ ਆਉਣੀ ਹੈ, ਝੋਨੇ ਦੀ ਬਿਜਾਈ ਵੀ ਆਉਣੀ ਹੈ। ਉਹਨਾਂ ਦਿਨਾਂ ਤੱਕ ਮੈਨੂੰ ਇਹ ਵੀ ਪਤਾ ਲੱਗਿਆ ਗਿੱਲ ਸਾਹਿਬ ਕਿ ਆਉਣ ਵਾਲੇ 4 ਮਹੀਨੇ ਬੁਰੇ ਨੇ ਦੁਨੀਆਂ ਦੇ ਲਈ, ਦੁਨੀਆਂ ਦੇ ਆਰਥਿਕ ਪੱਧਰ ਦੇ ਉੱਤੇ ਮਾੜੀ ਹਾਲਤ ਹੋ ਜਾਣੀ ਹੈ, ਬਿਜ਼ਨਸ ਜਿਹੜੇ ਨੇ ਕਾਫੀ ਥੱਲੇ ਡਿੱਗਣਗੇ, ਤੇ ਉਹ ਕਈ ਗੱਲਾਂ ਵੀ ਵਾਪਰਨਗੀਆਂ, ਬਹੁਤ ਕੁਛ ਹੋਊਗਾ। ਜੇ ਇਹ ਕੁਛ ਸਾਰਾ ਸ਼ੁਰੂ ਹੋ ਜਾਂਦਾ ਫਿਰ ਤਾਂ ਬਹੁਤ ਮੁਸ਼ਕਿਲ ਹੋਜੂਗਾ। ਉਧਰ ਰਸ਼ੀਆ ਵਾਲਿਆਂ ਨੇ ਨਾਲ ਦੇ ਗੁਆਂਢੀ ਦੇਸ਼ਾਂ ਨੂੰ ਜਿਹੜੀ ਘਰੇਲੂ ਗੈਸ ਹੈ ਉਹ ਦੇਣੀ ਬੰਦ ਕਰ ਦਿੱਤੀ, ਪੈਟਰੋਲ ਦੇਣਾ ਬੰਦ ਕਰ ਦਿੱਤਾ, ਪੋਲੈਂਡ ਵਰਗੇ ਕੰਟਰੀਆਂ ਨੂੰ, ਕਈਆਂ ਕੰਟਰੀਆਂ ਤੇ ਰੋਕ ਲਾ ਦਿੱਤੀ ਹੈ, ਉਹਨੇ ਆਪਣੇ ਢੰਗ ਵਰਤਣੇ ਸ਼ੁਰੂ ਕਰ ਲਏ ਨੇ। ਕੀ ਜਾਓ, ਕਿੱਧਰ ਨੂੰ ਜਾ ਰਹੀ ਦੁਨੀਆਂ ਸਾਰੀ ਤੁਹਾਡੇ ਹਿਸਾਬ ਨਾਲ? ਹਾਂਜੀ, ਦਿਨ ਮਾੜੇ ਆ ਗਏ, ਸਾਨੂੰ ਨਹੀਂ ਪਤਾ ਵੀ ਅਸੀਂ ਬਦਲਾਅ ਇਹੋ ਜਿਹਾ ਕਰਨਾ। ਅੱਛਾ, ਪਹਿਲਾਂ ਤਾਂ ਬਿਜਲੀ ਦੀ ਉਹ ਲੈ ਲਓ ਤੁਸੀਂ, ਬਾਕੀ ਜਗ੍ਹਾ ਨੀ ਛੱਡੋ, ਰੂਸ ਵਾਲੇ ਤਾਂ ਸਾਡੀ ਕਦੇ ਬਾਹਮ ਰੋਡ ਲੱਗੇ ਪਤਾ ਨੀ ਗਾ, ਉਧਰੋਂ ਮੋਦੀ ਸਾਹਿਬ ਕਹਿੰਦੇ ਵੀ ਸੂਬਿਆਂ ਦੀਆਂ ਸਰਕਾਰਾਂ ਤੇਲ ਦੇ ਉੱਤੇ ਟੈਕਸ ਘਟਾ ਦੇਣ, ਜਿਹਨਾਂ ਦੀ ਕੇਂਦਰ ਨੇ ਨੀ ਘਟਾਉਣਾ, ਸੂਬਿਆਂ ਦੀਆਂ ਸਰਕਾਰਾਂ ਘਟਾ ਦੇਣ। ਕੱਲ ਇਸ ਗੱਲ ਤੋਂ ਤੜਫੀ ਫਿਰ ਮਮਤਾ ਬੈਨਰਜੀ ਬੋਲੀ, ਉਧਰ ਠਾਕਰੇ ਬੋਲਿਆ, ਉਹ ਕਹਿੰਦਾ ਵੀ ਜਿੰਨਾ ਅਸੀਂ ਟੈਕਸ ਕੱਟ ਕੇ ਕੇਂਦਰ ਨੂੰ ਦੇ ਰਹੇ ਹਾਂ ਸਾਨੂੰ ਮੁਰਦਾ ਤਾਂ ਉਹਦਾ ਚੌਥਾ ਹਿੱਸਾ ਬਣੇਗਾ, ਤੇ ਸਾਰੀ ਲੁੱਟ ਜਿਹੜੀ ਆ ਉਹ ਕੇਂਦਰ ਨੇ ਲਗਾ ਰੱਖੀ ਆ, ਸਾਰੇ ਅਧਿਕਾਰ ਜਿਹੜੇ ਨੇ ਉਹਨਾਂ ਦੇ ਉੱਤੇ ਕੇਂਦਰ ਦਿਨੋ ਦਿਨ ਕਬਜ਼ਾ ਕਰਦਾ ਜਾ ਰਿਹਾ, ਤੇ ਬਾਂਹ ਫੇਲ ਸੂਬਿਆਂ ਦੀ ਬਰੋੜੀ ਜਾ ਰਹੀ ਆ, ਤੇ ਸੰਜਮ ਕਰਨ ਦੇ
ਸਲਾਹਾਂ ਸਾਨੂੰ ਦਿੱਤੀਆਂ ਜਾਂਦੀਆਂ ਨੇ, ਜਦਕਿ ਕੇਂਦਰ ਸਰਕਾਰ ਜਿਹੜੀ ਆ ਉਹਨੇ ਲੱਖਾਂ ਕਰੋੜ ਜਿਹੜੇ ਅਰਬਾਂ ਖਰਬਾਂ ਰੁਪਈਏ ਕੱਲੇ ਤੇਲ ਦੇ ਉੱਤੋਂ ਹੀ, ਤੇਲ ਤੇ ਗੈਸ ਦੀਆਂ ਜਿਹੜੇ ਮਤਲਬ ਉੱਥੇ ਲਾਏ ਹੋਏ ਟੈਕਸ ਨੇ ਇਹਨਾਂ ਤੋਂ ਉਗਰਾਹਲੇ, ਤੇ ਇਸ ਕਰਕੇ ਜਿਹੜਾ ਦੇਸ਼ ਦਾ ਆਰਥਿਕ ਢਾਂਚਾ ਉਹ ਵਾਕਈ ਤੁਹਾਡੀ ਗੱਲ ਠੀਕ ਆ ਉਹ ਹਿੱਲਿਆ ਪਿਆ ਵਾ। ਥੋੜਾ ਜੀ ਐਤਵਾਰ ਕਿਸਾਨਾਂ ਦੀ ਆਪਾਂ ਕੱਲ ਗੱਲ ਕਰਕੇ ਹਟੇ ਆ, ਯੂਕਰੇਨ ਤੇ ਰੂਸ ਦੀ ਲੜਾਈ ਦੇ ਵਿੱਚ ਲੋਕ ਉਮੀਦ ਕਰਦੇ ਸੀ ਵੀ ਸ਼ਾਇਦ ਜਿਹੜੇ ਪੰਜਾਬ ਹਰਿਆਣੇ ਦੇ ਉੱਤਰ ਪ੍ਰਦੇਸ਼ ਦੇ ਕਿਸਾਨ ਨੇ ਸ਼ਾਇਦ ਇਹਨਾਂ ਨੂੰ ਕੋਈ ਰਾਹਤ, ਇਹਨਾਂ ਦੇ ਤਪਦੇ ਪਿੰਡੇ ਤੇ ਸ਼ਾਇਦ ਕੋਈ ਠੰਡੀ ਕਣੀ ਡਿੱਗੂਗੀ ਤੇ ਇਹਨਾਂ ਦੀ ਕਣਕ ਜਿਹੜੀ ਆ ਉਹਦੀ ਮੰਡੀ ਚ ਮੁੱਲ ਪਊਗਾ ਤੇ ਚਾਰ ਪੈਸੇ ਇਹਨਾਂ ਦੇ ਘਰ ਆਉਣਗੇ। ਪਰ ਉਹ ਵੀ ਸੰਭਵ ਨਹੀਂ ਹੋਇਆ, ਜੇ ਉਹ ਪੈਸੇ ਵੱਟਣੇ ਆ ਤਾਂ ਵੱਡੇ ਵਪਾਰੀ ਵੱਟਣਗੇ, ਇੱਥੋਂ ਤੱਕ ਵੀ ਸਰਕਾਰ ਦੇ ਵੀ ਪੱਲੇ ਕੁਛ ਨੀ ਪੈਣ ਪਿਆ। ਇਹ ਆਪਾਂ ਕੱਲ ਗੱਲ ਕਰ ਚੁੱਕੇ ਆ ਜੀ। ਪਰ ਹੁਣ ਪਹਿਲਾਂ ਇਹਨਾਂ ਨੇ DAP ਖਾਦ ਦੇ ਰੇਟ ਵਧਾ ਤੇ, ਕੱਲ ਮੋਦੀ ਸਾਹਿਬ ਦੇ ਆਪਦੇ ਜਿਹੜੇ ਬੜੀ ਵੱਡੀ ਫੜ ਮਾਰੀ, ਅਖੇ ਜੀ ਅਸੀਂ ਹੁਣ ਸਬਸਿਡੀ ਦੇਵਾਂਗੇ, ਸਬਸਿਡੀ ਵਧਾ ਦੇਵਾਂਗੇ। ਹਾਂ ਜੀ, ਇਹਦਾ ਬੜਾ ਸਿੱਧਾ ਸਿੱਧਾ ਮਤਲਬ ਹੈ ਤੁਹਾਡਾ ਜੀ, ਇਹਦਾ ਸਿੱਧਾ ਸਿੱਧਾ ਮਤਲਬ ਇਹ ਆ ਵੀ ਜਿਹੜੀਆਂ ਕੰਪਨੀਆਂ ਨੇ ਖਾਦ ਬਣਾਉਣ ਵਾਲੀਆਂ ਜਾਂ ਇੰਪੋਰਟ ਕਰਨ ਵਾਲੀਆਂ ਜਿਹੜੀਆਂ ਬਾਹਰੋਂ ਵੀ ਮੰਗਵਾਉਂਦੀਆਂ ਨੇ, ਉਹਨਾਂ ਨੂੰ ਲੁੱਟਣ ਦੀ ਖੁੱਲ ਪੂਰੀ ਆ। ਉਹਨਾਂ ਨੂੰ ਕਹਿਤਾ ਵੀ ਤੁਸੀਂ ਤਾਂ ਲੁੱਟੋ ਜਿੰਨਾ ਮਰਜ਼ੀ, ਪਰ ਉਹਨਾਂ ਦੇ ਉੱਤੇ ਕੰਟਰੋਲ ਕੋਈ ਨੀ ਕਰਨਾ ਸਰਕਾਰ ਨੇ। ਅਖੇ ਜੇ ਰੇਟ ਵੱਧ ਗਿਆ ਤਾਂ ਉਹਨੂੰ ਸਬਸਿਡੀ ਦੇਵੇ, ਭਾਵ ਉਹਨਾਂ ਦਾ ਘਰ ਪੂਰਾ ਕਰਨ ਲਈ, ਉਹਨਾਂ ਦੇ ਖਜ਼ਾਨੇ ਭਰਨ ਲਈ ਤਾਂ ਮੋਦੀ ਸਾਹਿਬ ਕੋਲ ਪੈਸੇ ਹੈਗੇ ਆ। ਪਰ ਜੇ ਆਮ ਗਰੀਬ ਕਿਸਾਨ, ਗਰੀਬ ਮਜ਼ਦੂਰ ਜਾਂ ਰੇਹੜੀ ਲਾਉਣ ਵਾਲਾ, ਠੇਲਾ ਲਾਉਣ ਵਾਲਾ, ਉਹਨਾਂ ਲਈ ਸਰਕਾਰ ਕੋਲੇ ਦੁੱਖੀ ਗਈ। ਤੇ ਆ ਹੁਣ ਬਿਜਲੀ ਦੇ ਸਵਾਲ ਤੇ ਪੰਜਾਬ ਦੀ ਸਰਕਾਰ ਦਾ ਜਿਹੜਾ ਜਲੂਸ ਨਿਕਲ ਰਿਹਾ, ਪਰ ਜੀ ਇਹ ਉਮੀਦ ਨਹੀਂ ਸੀ ਵੀ ਭਗਵੰਤ ਮਾਨ ਦੀ ਸਰਕਾਰ 60-62 ਦਿਨਾਂ ਦੀ ਮਤਲਬ ਇੰਨੀ ਬੁਰੀ ਤਰ੍ਹਾਂ ਉਹਦੀ ਜਿਹੜੀ ਨਾਕਾਮੀ ਉਹ ਸਾਹਮਣੇ ਆਊਗੀ ਤੇ ਜਲੂਸ ਨਿਕਲ ਜੂਗਾ। ਆ ਦੋ ਦਿਨ 22, 23 ਤੇ 24 ਇਹ ਜਿਹੜੇ ਤਿੰਨ ਦਿਨ ਸੀ ਨਾ, 22, 23, 24 ਅਪ੍ਰੈਲ, ਤਿੰਨ ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਇੱਕ ਗੱਲ, ਚਲੋ ਜਿਹੜੀ ਚੰਗੀ ਗੱਲ ਆ, ਜੇ ਕੋਈ ਕਰਨ ਵਾਲੀ ਗੱਲ ਆ ਉਹ ਵੀ ਅਸੀਂ ਕਰਦੇ ਹਾਂ ਜ਼ਰੂਰ, ਅਸੀਂ ਉਹਦੇ ਤੋਂ ਮੁਨਕਰ ਨਹੀਂ ਹੁੰਦੇ। ਭਗਵੰਤ ਮਾਨ ਨੇ ਪਾਵਰਕੌਮ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਦੀ ਮੀਟਿੰਗ ਸੱਦ ਕੇ ਉਹਨਾਂ ਨੂੰ ਇੱਕ ਗੱਲ ਕਹੀ ਵੀ ਜਿਹੜੇ ਡਿਫਾਲਟਰ ਨੇ, ਜਿਹਨਾਂ ਕਰੋੜਾਂ ਰੁਪਈਏ ਖੜੇ ਨੇ, ਹਾਂ ਬਈ ਐਤਕੀ ਆਪਾਂ ਸ਼ੁਰੂਆਤ ਉਧਰੋਂ ਕਰਨੀ ਆ, ਗਰੀਬ ਵਿਹੜਿਆਂ ਤੋਂ ਨੀ ਕਰਨੀ, ਪਹਿਲੀ ਵਾਰ ਅਮੀਰਾਂ ਤੋਂ ਹਰਵਰ ਹੀ ਨਹੀਂ ਹੁੰਦਾ। ਤੁਸੀਂ ਦੇਖੋ ਕਈ ਕਈ ਸਾਲ ਤੋਂ ਵੱਡੇ ਵੱਡੇ ਸਨਅਤਕਾਰਾਂ ਨੇ, ਵੱਡੇ ਵੱਡੇ ਧੰਨਾ ਸੇਠਾਂ ਨੇ ਲੱਖਾਂ ਨੀ ਕਰੋੜਾਂ ਰੁਪਈਏ ਦੇ ਬਿੱਲ ਖੜੇ ਨੇ, ਤੇ ਜਿਹਨੂੰ ਪੰਜਾਬੀ ਕਹਿੰਦੇ ਝੱਗਾ ਹੀ ਚੱਕਤਾ, ਸਰਕਾਰ ਨੂੰ ਦੇਣ ਨੂੰ ਹੈ ਹੀ ਨੀ, ਨਾ ਹੀ ਕਰਤੀ, ਤੇ ਉਹਨਾਂ ਨੂੰ ਕੋਈ ਫੜਨ ਵੀ ਨਹੀਂ ਜਾਂਦਾ, ਕੋਈ ਫੜਨ ਵੀ ਨਹੀਂ ਜਾਂਦਾ। ਤੂੰ ਅੱਜ ਵੀ ਬਿਜਲੀ ਫੂਕ ਰਹੇ ਨੇ, ਬਿਜਲੀ ਫੂਕ ਰਹੇ ਨੇ, ਪੈਸਾ ਦਿੰਦੇ ਕੋਈ ਨੀ। ਤੇ ਗਰੀਬ ਆਦਮੀ ਜੇ 2 ਲੱਖ ਵੀ ਜਗਦੇ ਆ ਤਾਂ ਉਹਦਾ ਕਦੂਬਾ ਨਿਕਲਿਆ ਪਿਆ ਬਿੱਲ ਦੇ ਵਿੱਚ, ਉਹਦੀ ਬੁਰੀ ਹਾਲਤ ਆ। ਇਸ ਕਰਕੇ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਵੀ ਇਸ ਵਾਰ ਜਿਹੜੀ ਉਲਟੀ ਹਵਾ ਚਲਾਉਣੀ ਆ, ਗੰਗਾ ਪਹੋਏ ਨੂੰ ਜਾਊਗੀ, ਔਰ ਵਿਹੜਿਆਂ ਦੇ ਵਿੱਚੋਂ ਬਿੱਲਾਂ ਦੀ ਵਸੂਲੀ ਬਾਅਦ ਚ ਕਰਾਂਗੇ, ਪਹਿਲਾਂ ਵੱਡੇ ਘਰਾਂ ਵੱਲ ਗੇੜਾ ਮਾਰੋ। ਅੱਜ ਮੈਂ ਤੁਹਾਨੂੰ ਦੱਸਿਆ ਵੀ 22, 23, 24 ਇਹ 3 ਦਿਨਾਂ ਦੇ ਵਿੱਚ ਵਿੱਚ 817 ਲੱਖ ਦੀ ਵਸੂਲੀ ਤਾਂ ਹੋ ਚੁੱਕੀ ਆ। ਅੱਛਾ, ਜਿਹੜੇ ਕੁਛ, ਹਾਂ 817 ਲੱਖ ਦੀ ਵਸੂਲੀ 3 ਦਿਨਾਂ ਚ ਕਰ ਲਈ। ਇਹਦਾ ਮਤਲਬ ਇਹ ਆ ਵੀ ਜੇ ਸਰਕਾਰ ਮਾੜੀ ਜਿਹੀ ਤਵੱਜੋ ਦੇਵੇ, ਇਹਨਾਂ ਚ ਕਈ ਸਰਕਾਰੀ ਅਦਾਰੇ ਵੀ ਨੇ ਜਿਹੜੇ ਬਿੱਲ ਨਹੀਂ ਸੀ ਦੇ ਰਹੇ, ਜਿਹਨਾਂ ਚ ਸਭ ਤੋਂ ਵੱਧ ਡਿਫਾਲਟਰ ਪੁਲਿਸ ਹੈ, ਪੁਲਿਸ ਥਾਣਿਆਂ ਦੇ, DSP ਦਫ਼ਤਰਾਂ ਦੇ, ਇਹਨਾਂ ਦੇ ਬਿੱਲਾਂ ਦੀ ਅੱਗੇ ਵੀ ਆਪਾਂ ਇੱਕ ਵਾਰੀ ਲਿਸਟ, ਆਪਾਂ 2 ਸਾਲ ਪਹਿਲਾਂ ਮੈਨੂੰ ਯਾਦ ਆ
ਆਪਾਂ ਲਿਸਟ ਪੜ੍ਹ ਕੇ ਸੁਣਾਈ ਸੀ ਮੈਂ ਵੀ ਇੰਨੇ ਇੰਨੇ ਬਿੱਲ ਜਿਹੜੇ ਨੇ ਉਹ ਖੜੇ ਨੇ ਇੱਥੋਂ ਤੱਕ ਵੀ ਸਿੱਧੀਆਂ ਕੁੰਡੀਆਂ ਲਾ ਕੇ ਛੋਟੇ ਆਪਦੇ ਕਮਰਿਆਂ ਲਾ ਕੇ ਬੈਠੇ ਨੇ ਤੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨੀ ਹੈ। ਪਿੱਛੇ ਜੇ ਆਪਾਂ ਨੇ ਗੱਲ ਕੀਤੀ ਸੀ ਇੱਕ ਡੀਸੀ ਨੇ ਅਠਾਰਾਂ ਜਿਹੜੇ ਨੇ ਉਹ ਕੂਲਰ ਲਾਏ ਹੋਏ ਸੀ ਜਿਹੜੇ ਨੇ ਜਿਹੜੇ ਆਪਾਂ ਕਹਿ ਦਿੰਦੇ ਆਹ ਏਸੀ ਲਾਏ ਹੋਏ ਸੀ ਅਠਾਰਾਂ ਏਸੀ ਉਹਦੀ ਕੋਠੀ ਚ ਲਾ ਲੋ ਸਾਹਿਬ ਇਹੋ ਜਿਹੇ ਬੰਦੇ ਨੂੰ ਫੜਨਾ ਚਾਹੀਦਾ ਬਿਲਕੁਲ। ਤੇ ਤੁਸੀਂ ਤੁਸੀਂ ਇਹ ਵੀ ਅੰਦਾਜ਼ਾ ਲਾਓ ਵੀ ਜਿਹੜੇ ਅਠਾਰਾਂ ਏਸੀ ਲਾਏ ਸੀ ਡੀਸੀ ਸਾਹਿਬ ਨੇ ਉਹ ਏਸੀ ਵੀ ਤਾਂ ਮੁਫ਼ਤ ਲਾਏ ਸੀ ਨਾ ਉਹਨਾਂ ਦੇ ਪੈਸੇ ਦਿੱਤੇ ਸੀ ਉਹ ਨੀ ਕਰਦੇ ਨਾ ਵੀ ਏਸੀ ਲਾ ਦੋ ਜੇ 125 ਲਾਉਣੀ ਥੋੜੀ ਜੇ ਜੇ 18 ਏਸੀ ਪੰਜ ਲਾਉਣੇ ਹੁੰਦੇ ਤਾਂ ਉਹ ਘੱਟੋ ਘੱਟ 7-8 ਲੱਖ ਦੇ ਤਾਂ ਹੁੰਦੇ ਜੇ ਸਸਤੇ ਭਾਅ ਵੀ ਲਏ ਹੁੰਦੇ ਉਹ 40,000 ਤੋਂ ਘੱਟ ਤਾਂ ਏਸੀ ਨੀ ਹੁੰਦਾ। ਸੋ ਇਸ ਕਰਕੇ ਇਹ ਜਿਹੜੀ ਲੁੱਟ ਇੰਨੀ ਮੱਚੀ ਹੋਈ ਸੀ ਇਹਦੇ ਖਿਲਾਫ਼ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਚੰਗੀ ਆ। ਤੇ ਜੇ ਮੈਂ ਤੁਹਾਨੂੰ ਜਿਹੜਾ ਪਾਵਰ ਕੌਮ ਆ ਬਿਜਲੀ ਬੋਰਡ ਜਿਹਨੂੰ ਅਸੀਂ ਕਹਿੰਦੇ ਹਾਂ ਬਿਜਲੀ ਬੋਰਡ ਤੋਂ ਅਸੀਂ ਹੁਣ ਕਹਿ ਦਿੰਦੇ ਹਾਂ ਬੋਰਡ ਨੂੰ ਤੋੜਿਆ ਤਾਂ ਕਈ ਸਾਲ ਹੋ ਗਏ ਹੁਣ ਤਾਂ ਇਹ ਪਾਵਰ ਕੌਮ ਹੋ ਗਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ। ਜਿਹੜੇ ਪਾਵਰ ਜਿਹੜਾ ਪਾਵਰ ਕੌਮ ਆ ਇਹਨੂੰ ਪੰਜ ਹਿੱਸਿਆਂ ਚ ਵੰਡਿਆ ਹੋਇਆ ਜੀ ਅੱਛਾ ਹਾਂ ਹੁਣ ਤਾਂ ਵੈਸੇ ਹੁਣ ਪਾਵਰ ਕੌਮ ਵੀ ਨੀ ਆਈ ਪਾਗਲ ਕੌਮ ਹੋਣ ਵਾਲੀ ਆ ਇਹ ਪੰਜ ਹਿੱਸਿਆਂ ਚ ਵੰਡਿਆ ਹੋਇਆ ਜੀ ਪੰਜ ਸਟੇਟ ਪਾਵਰ ਕੌਮ ਨੇ ਆਪਣੇ ਜ਼ੋਨ ਬਣਾਏ ਨੇ ਚਾਰੇ ਦਿਸ਼ਾਵਾਂ ਤੇ ਪੰਜਵਾਂ ਕੇਂਦਰੀ ਜ਼ੋਨ। ਜੇ ਬਾਰਡਰ ਜ਼ੋਨ ਦੀ ਗੱਲ ਕਰੀਏ ਤਾਂ ਡਿਫਾਲਟਰ ਦੀ ਗਿਣਤੀ ਸਾਰਿਆਂ ਨਾਲੋਂ ਵੱਧ ਉੱਤੇ ਆ ਅੰਮ੍ਰਿਤਸਰ ਤਰਨ ਤਾਰਨ ਫਾਲਟਰ ਏਰੀਆ ਸਾਰਿਆਂ ਨਾਲੋਂ ਵੱਧ ਡਿਫਾਲਟਰ ਉੱਤੇ ਨੇ। ਅੱਛਾ 8.5 ਲੱਖ ਡਿਫਾਲਟਰ 8.5 ਲੱਖ ਕਨੈਕਸ਼ਨ ਨੇ ਜਿਨ੍ਹਾਂ ਵੱਲ ਬਕਾਏ ਖੜੇ ਨੇ ਸਾਲਾਂ ਤੋਂ ਡਿਫਾਲਟਰਾਂ ਵੱਲ 830 ਕਰੋੜ ਰੁਪਇਆ ਖੜਾ ਕੱਲੇ ਬਾਰਡਰ ਜ਼ੋਨ ਚ 830 ਕਰੋੜ ਬਾਦਲ ਜ਼ੋਨ ਜਿਹੜਾ ਉੱਤਰੀ ਜ਼ੋਨ ਆ ਉੱਤਰੀ ਜ਼ੋਨ ਦੇ ਵਿੱਚ 6,14,000 ਡਿਫਾਲਟਰਾਂ ਵੱਲ 512 ਕਰੋੜ ਰੁਪਇਆ ਖੜਾ ਪੱਛਮੀ ਜ਼ੋਨ 9,42,000 ਡਿਫਾਲਟਰਾਂ ਵੱਲ 800 ਕਰੋੜ ਰੁਪਇਆ ਖੜਾ ਦੱਖਣੀ ਜ਼ੋਨ ਚ 7,39,000 ਡਿਫਾਲਟਰਾਂ ਵੱਲ 1,610 ਕਰੋੜ ਰੁਪਇਆ ਖੜਾ। ਆ ਦੱਖਣੀ ਜ਼ੋਨ ਕਿਹੜੀ ਆ ਗਈ ਕੇਂਦਰੀ ਜ਼ੋਨ ਆ ਜਿਹੜਾ ਕਿਹੜੀ ਆ ਇਹ ਦੱਖਣੀ ਜ਼ੋਨ ਕੇਂਦਰੀ ਇਹ ਦੱਖਣੀ ਜ਼ੋਨ ਆਹ ਆ ਗਿਆ ਜੀ ਜਿਹਦੇ ਚ ਆਪਣੇ ਪਟਿਆਲਾ ਵਗੈਰਾ ਪਟਿਆਲਾ ਸੰਗਰੂਰ ਇਹ ਜਿਹੜਾ ਇਹ ਏਰੀਆ ਮਾਲਵਾ ਹੀ ਹੋਣਾ ਮਾਲਵਾ ਕਹਿ ਦੋ ਨਾ ਸਾਰਾ ਮਾਲਵਾ ਆ ਗਿਆ ਕਿਉਂਕਿ ਇੱਥੇ ਜਾਵੇ ਪਰ ਮਾਲਵੇ ਦੇ ਵਿੱਚ ਅਸੀਂ ਵੀ ਮਾਲਵੇ ਚ ਆਉਂਦੇ ਹਾਂ ਸਾਡੇ ਵਾਲਾ ਜਿਹੜਾ ਲੁਧਿਆਣਾ ਇਹਨੂੰ ਕੇਂਦਰੀ ਜ਼ੋਨ ਕਹਿੰਦੇ ਆ ਇਹ ਕੇਂਦਰੀ ਜ਼ੋਨ ਆ। ਚਲੋ ਕੇਂਦਰੀ ਜ਼ੋਨ ਦੇ ਵਿੱਚ ਵੀ 4,55,000 ਡਿਫਾਲਟਰਾਂ ਵੱਲ 670 ਕਰੋੜ ਰੁਪਇਆ ਖੜਾ ਤੇ ਹੋਰ ਇਹਨਾਂ ਨੇ ਇਹ ਜਿਹੜੇ ਡਿਫਾਲਟਰ ਨੇ ਇਹਨਾਂ ਨੂੰ ਨੋਟਿਸ ਭੇਜਣੇ ਸ਼ੁਰੂ ਕੀਤੇ ਤੇ ਤੁਹਾਡਾ ਜੀ ਜੇ ਕਿਤੇ ਇਹਨਾਂ ਤੋਂ ਹੀ ਵਸੂਲੀ ਕਰ ਲਈ ਜਾਵੇ ਰੌਲਾ ਬਹੁਤ ਪਾਉਂਦੇ ਨੇ ਵੀ ਕਿਸਾਨਾਂ ਨੂੰ ਬਹੁਤ ਸਬਸਿਡੀ ਮਿਲਦੀ ਆ ਕਿਸਾਨਾਂ ਨੂੰ ਬਹੁਤ ਸਬਸਿਡੀ ਮਿਲਦੀ ਆ ਮੈਂ ਕਹਿੰਦਾ ਕਿਸਾਨਾਂ ਨੂੰ ਜਿੰਨੀ ਕੁ ਸਬਸਿਡੀ ਮਿਲਦੀ ਆ ਜਿਹੜੀਆਂ ਰਕਮਾਂ ਤੁਹਾਨੂੰ ਮੈਂ ਪੜ੍ਹ ਕੇ ਸੁਣਾਈਆਂ ਨੇ ਜੇ ਇਹਨਾਂ ਤੋਂ ਵਸੂਲ ਕਰ ਲਓ ਤਾਂ ਮੈਂ ਕਹਿੰਦਾ ਮੈਂ ਬਿਜਲੀ ਭਾਵੇਂ ਮੁੱਕ ਇਹਨੂੰ ਅੱਧੇ ਰੇਟ ਤੇ ਦੇ ਲੈਣ ਐਵੇਂ ਨੀ ਮੁੱਕਦੀ। ਬਿਲਕੁਲ ਬਿਲਕੁਲ ਸਵਾਲ ਤਾਂ ਇਹ ਆ ਬਈ ਵੱਡੇ ਘਰਾਂ ਵੱਲ ਨੂੰ ਕੋਈ ਝਾਕਦਾ ਨੀ ਹੈ ਵੱਡੇ ਘਰਾਂ ਵੱਲ ਕੋਈ ਝਾਕਦਾ ਨੀ ਗਾ ਗਰੀਬ ਦਾ ਕਨੈਕਸ਼ਨ ਕੱਟਣ ਨੂੰ ਜਿਹੜਾ ਖੜਾ ਤੁਰਿਆ ਕਰਦਾ। ਸੋ ਇਸ ਕਰਕੇ ਇਹ ਹੁਣ ਜਿਹੜੀ ਸੰਕਟ ਹੈ ਇਸ ਵੇਲੇ ਬਿਜਲੀ ਦਾ ਆਇਆ ਇਹ ਠੀਕ ਹੈ ਇਹ ਬਿਜਲੀ ਦਾ ਸੰਕਟ ਕੱਲੇ ਪੰਜਾਬ ਤੇ ਨੀ ਹੋਵੇ ਜੇ ਮੈਂ ਕਹਾਂ ਵੀ ਇਹ ਕੱਲੇ ਪੰਜਾਬ ਤੇ ਆ ਕੇਂਦਰ ਦੀ ਸਰਕਾਰ ਝੂਠ ਬੋਲਦੀ ਆ ਕੇਂਦਰ ਦਾ ਜਿਹੜਾ ਮੰਤਰੀ ਆ ਜਿਹੜਾ ਕੋਲਾ ਮੰਤਰੀ ਆ ਉਹਨੇ ਝੂਠ ਬੋਲਿਆ ਦੋ ਦਿਨ ਪਹਿਲਾਂ ਵੱਜ ਕੇ ਕਹਿੰਦਾ ਕੌਣ ਕਹਿੰਦਾ ਵਾ ਬਈ ਕੋਲੇ ਦੀ ਕਮੀ ਹੈ ਕਹਿੰਦਾ ਕੋਲਾ ਤਾਂ ਸਾਡੇ ਕੋਲੇ ਵਾਧੂ ਪਿਆ ਵਾ ਜਦਕਿ ਕੋਲੇ ਦੀ ਕਮੀ ਬਾਰੇ
ਆਪਾਂ ਅੱਗੇ ਦੀ ਗੱਲ ਕੀਤੀ ਆ। ਜੇ ਤੁਸੀਂ ਕਹੋ ਸੋਚੇ ਅੰਕੜਿਆਂ ਸਮੇਤ, ਮੈਂ ਫੇਰ ਕਿਸੇ ਦਿਨ ਚਿੱਟਾ ਖੋਲ ਕੇ ਲਿਆਉਂਗਾ। ਮੂੰਹ ਕਾਲਾ ਕਰਨ ਦੇ ਲਈ ਕਾਫੀ ਹੈ, ਬਾਕੀ ਬਾਕੀ ਉਦਾਂ ਵਰਤਣ ਦੇ ਲਈ ਨਹੀਂ, ਮੂੰਹ ਕਾਲਾ ਕਰਨ ਦੇ ਲਈ। ਕੋਲਿਆਂ ਕੋਲਿਆਂ ਦੀ ਦਲਾਲੀ ਮੂੰਹ ਕਾਲਾ ਬਸ। ਤੇ ਅਡਾਨੀ ਵਰਗਿਆਂ ਨੇ ਜਾ ਕੇ, ਅਡਾਨੀ ਵਰਗਿਆਂ ਨੇ ਜਾ ਕੇ ਜਿਹੜਾ ਜੀ ਆਸਟ੍ਰੇਲੀਆ ਦੀਆਂ ਖਾਣਾਂ ਤੇ ਵੀ ਕਬਜ਼ਾ ਕਰਨ ਲਈ ਉਧਰ ਨੂੰ ਤੁਰ ਪਏ ਨੇ, ਜਦਕਿ ਉੱਥੇ ਇਹਦਾ ਬਹੁਤ ਵਿਰੋਧ ਵੀ ਹੋਇਆ ਇਹਦੇ ਬਾਵਜੂਦ। ਔਰ ਹੁਣ ਸਰਕਾਰ ਨੇ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਨੂੰ ਹੁਕਮ ਕਰਤੇ ਵੀ ਤੁਹਾਨੂੰ ਇੰਨਾ ਵਿਦੇਸ਼ੀ ਕੋਲਾ ਚੁੱਕਣਾ ਹੀ ਪੈਣਾ, ਇਹ ਦੂਜਾ ਤੁਹਾਡਾ ਚਾਰਾ ਨਹੀਂ ਹੈ। ਭਾਵ ਉਹਨਾਂ ਨੂੰ ਵਿਦੇਸ਼ੀ ਕੋਲਾ ਵਰਤਣ ਲਈ ਮਜਬੂਰ ਕੀਤਾ ਜਾਊਗਾ। ਤੇ ਇਹ ਜਿਹੜਾ ਸਾਰਾ ਕੁਛ ਹੋ ਰਿਹਾ ਇਹਦੀ ਵਜ੍ਹਾ ਕਰਕੇ ਜਿਹੜੀ ਬਿਜਲੀ, ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਮੈਂ ਪਿਛਲੇ ਢਾਈ ਘੰਟੇ ਤੋਂ ਉੱਠਿਆ ਹੋਇਆ ਵਾ, ਮੈਂ 3 ਵਜੇ ਦਾ, 3 ਵਜੇ ਬਿਜਲੀ ਗਈ ਤੋਂ ਹੀ ਉੱਠਿਆ ਮੈਂ। ਜਦੋਂ ਬਿਜਲੀ ਚਲੀ ਗਈ ਨਾ ਉਦੋਂ ਮੈਨੂੰ ਉੱਠਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਏਸੀ ਬੰਦ ਹੋ ਗਿਆ ਤੇ ਪਾਣੀ ਦੀ ਵੀ ਦਿੱਕਤ ਆਈ ਕਿਉਂਕਿ ਮੋਟਰ ਨੂੰ ਚਲਾ ਸਕੇ। ਤੇ ਹੁਣ ਅਜੇ ਤੁਸੀਂ ਦੇਖ ਲਓ ਵੀ ਮੈਂ ਗਰਮੀ ਚ ਬੈਠਾ, ਪੱਖਾ ਚੱਲਦਾ ਉੱਤੇ ਤੇ ਲਾਈਟ ਜਿਹੜੀ ਆ ਉਹ ਜਿਹੜੀ ਮੇਰੇ ਮਤਲਬ ਮੈਂ 2 ਤਰ੍ਹਾਂ ਦਾ ਸੋਲਰ ਲਾਇਆ ਵਾ, ਆਨ ਗ੍ਰਿਡ ਤੇ ਆਫ ਗ੍ਰਿਡ। ਇਹ ਜਿਹੜਾ ਆਫ ਗ੍ਰਿਡ ਵਾਲਾ 1 ਕਿਲੋਵਾਟ ਲੋਡ ਮੇਰਾ ਚੱਕਦਾ, ਉਹਦੇ ਤੋਂ ਜਿੰਨੀ ਕੁ ਬਿਜਲੀ ਮਿਲ ਰਹੀ ਆ ਮੈਂ ਉਹਦੇ ਨਾਲ ਤੁਹਾਡੇ ਨਾਲ ਬੈਠਾ ਗੱਲਾਂ ਕਰ ਰਿਹਾ, ਨਹੀਂ ਤਾਂ ਸ਼ਾਇਦ ਅੱਜ ਮੈਨੂੰ ਛੁੱਟੀ ਕਰਨੀ ਪੈ ਸਕਦੀ ਤੇ ਕੰਮ ਚੱਲਦਾ ਰਹਿ ਗਿਆ। ਸੋ ਇਹ ਜਿਹੜੀ ਹਾਲਤ ਪੈਦਾ ਹੋਈ ਆ ਇਹਦੇ ਲਈ ਸਰਕਾਰ ਜਿਹੜੀ ਆ ਉਹਨੂੰ ਅੱਖਾਂ ਖੋਲਣ ਦੀ ਲੋੜ ਆ। ਤੇ ਮੈਂ ਕਹਿੰਦਾ ਨਾ ਵੀ ਭਗਵੰਤ ਮਾਨ ਚੌਥੇ ਦਿਨ ਪਹਿਲਾਂ ਇਹੀ ਹਾਲ ਚਰਨਜੀਤ ਚੰਨੀ ਦਾ ਸੀ, ਉਹਦੀ 1 ਲੱਤ ਚੰਡੀਗੜ੍ਹ ਚ ਹੁੰਦੀ ਸੀ ਤੇ ਦੂਜੀ ਲੱਤ ਦਿੱਲੀ ਚ ਹੁੰਦੀ ਸੀ। ਕਦੇ ਉਹ ਦਿੱਲੀ ਨੂੰ ਤੁਰਿਆ ਹੁੰਦਾ ਸੀ, ਕਦੇ ਉਹ ਚੰਡੀਗੜ੍ਹ ਨੂੰ ਤੁਰਿਆ ਹੁੰਦਾ ਸੀ। ਤੇ ਉਹੀ ਹਾਲ ਹੁਣ ਭਗਵੰਤ ਮਾਨ ਦਾ ਹੋਇਆ ਪਿਆ ਵਾ ਵੀ ਇਹ ਪੰਜਾਬ ਚ ਘੱਟ ਰਹਿੰਦਾ ਤੇ ਦਿੱਲੀ ਨੂੰ ਵੱਧ ਪੈਂਦਾ, ਪਤਾ ਨੀ ਗੱਲ ਸਾਹਿਬ ਮਤਲਬ ਇਹ ਜਿਹੜਾ ਸਾਰਾ ਕੁਛ। ਹਾਂ ਜੀ, ਇੱਕ ਮੈਨੂੰ ਪਤਾ ਜਿਹੜੀ ਬੱਕਰੀ ਦਾ ਦੁੱਧ ਚੋਇਆ ਸੀ ਨਾ ਚੰਨੀ ਨੇ ਲਾਲ ਜੇ ਢੱਕਣ ਵਾਲੀ ਬੋਤਲ ਚ, ਉਹ ਕਈ ਹਜ਼ਾਰ ਮਹਿੰਗੀ ਹੋ ਗਈ ਸੀ। ਹੁਣ ਉਹ ਮਾਲਕ ਜਿਹੜਾ ਉਹਦਾ ਗੁਣ ਗਾਉਂਦਾ ਚੰਨੀ ਦੇ, ਕਹਿੰਦਾ 50,000 ਰੁਪਏ ਤੋਂ ਉੱਤੇ ਵਿਕੀ ਆ ਜਿਹੜੀ ਬੱਕਰੀ ਹੈ, 4,000 ਦੀ ਬੱਕਰੀ ਸੀ ਕਹਿੰਦਾ, ਐਵੇਂ ਤੋਕੜ ਜੀ ਬੱਕਰੀ ਸੀ ਉਹ ਜਿਹਦੀ ਦੁੱਧ ਲੈ ਗਿਆ ਚੁੱਕ ਕੇ। ਫਿਰ ਕਹਿੰਦਾ ਇੱਕ ਟੈਂਟਾਂ ਵਾਲਾ ਬੰਦਾ ਕਹਿੰਦਾ ਨਜ਼ਾਰੇ ਲਿਆ ਤੇ, ਹੁਣ ਟੈਂਟਾਂ ਦਾ ਮੁੱਲ ਇੰਨਾ ਵੱਧ ਗਿਆ ਵਿਆਹ ਸ਼ਾਦੀ ਲੋਕ ਟੈਂਟ ਲਾਉਣ ਲੱਗ ਗਏ, ਕਹਿੰਦਾ ਮੈਰਿਜ ਪੈਲਸਾਂ ਚ ਲੱਗ ਗਏ ਵਿਆਹ ਕਰਨ ਤੋਂ ਹਟ ਕੇ, ਹੁਣ ਟੈਂਟਾਂ ਰਾਹੀਂ ਕਰਦੇ ਨੇ। ਕਹਿੰਦੇ ਆਏ ਕਰ ਲਈ ਟੈਂਟ ਦੇ ਭਾਵੇਂ 4 ਲੱਖ ਰੁਪਇਆ ਜ਼ਿਆਦਾ ਲੈ ਲਈ, ਪਰ ਚੰਨੀ ਤੋਂ ਟੈਂਟ ਲਵਾ ਦੇ ਸਵਾਦ ਆਜੂਗਾ। ਹੁਣ ਚੰਨੀ ਲੱਭਦਾ ਨੀ ਟੈਂਟ ਲਾਉਣ ਲਈ, ਪੱਕੇ ਪਏ ਹੋਏ ਨੇ ਗਾਹਾਂ ਤੋਂ ਗਾ ਜੀ। ਹਾਂ ਨਹੀਂ ਜੇ ਤੁਸੀਂ ਲਵਾਉਣਾ ਜੀ ਆਪਾਂ ਕਰ ਲੈਂਦੇ ਹਾਂ ਗੱਲ, ਗੱਲ ਪੁੱਛ ਲਓ, ਮੈਂ ਲਵਾ ਦੂੰਗਾ ਇੱਥੇ ਬੈਠੇ ਹੀ ਲਵਾ ਦੂੰ, ਚੰਨੀ ਲਾ ਦੇਵੇ ਆ ਕੇ ਮੈਂ ਇੱਥੇ ਬੈਠੇ ਹੀ ਕਰ ਦੂ ਕੰਮ। ਗੱਲ ਦੱਸੋ ਫੇਰ ਮੁੜ ਕੇ ਉੱਥੇ ਆਉਣੇ ਆ, ਬਾਕੀ ਇਹ ਬਿਜਲੀ ਸੰਕਟ ਵੀ ਆਊਗਾ, ਕਰੋੜਾਂ ਦੇ ਡਿਫਾਲਟਰਾਂ ਦੇ ਉੱਤੇ ਸਿਕੰਜਾ ਵੀ ਕੱਸਿਆ ਜਾ ਰਿਹਾ। ਆ ਜਿਹੜਾ ਵੱਡਾ ਬਾਦਲ ਆ, ਮੈਂ ਸੁਣਿਆ ਜੀ ਕਹਿੰਦੇ ਕਾਫੀ ਗਰੀਬੀ ਆ ਗਈ ਜਦੋਂ ਦਾ ਇਹ ਵੋਟਾਂ ਚ ਹਾਰਿਆ ਅਕਾਲੀ ਦਲ, ਇੰਨੀ ਗਰੀਬੀ ਆ ਗਈ ਮਾਂ ਦੇ ਪੁੱਤ ਦੇ ਉੱਤੇ, ਘਰ ਚ ਰਹਿ ਕੇ ਗੁਜ਼ਾਰਾ ਨੀ ਹੁੰਦਾ। ਹੁਣ ਜਿਹੜਾ MLA ਵਾਲਾ ਫਲਾਈਟ ਰੋਕੀ ਬੈਠਾ ਹੈ, ਇਹ ਤੇ ਆਪਣਾ ਮਜੀਠੀਆ ਸਾਹਿਬ ਉਹ ਛੱਡਣ ਨੂੰ ਤਿਆਰ ਨੀ ਹੈਗੇ, ਕਿ ਉਹਦੇ ਪਿੱਛੇ ਪਏ ਨੇ ਇਹ, ਕਿ ਘਰ ਚ ਕੋਈ ਪ੍ਰੋਬਲਮ ਚੱਲ ਪਈ, ਹੁਣ ਲੜਾਈ ਹੋਣ ਲੱਗ ਪਈ ਘਰ ਚ। ਥੋੜਾ ਜੀ ਇਹ ਜਿਹੜੀ ਬਿਮਾਰੀ ਆ ਇਹ ਕੋਈ ਇਹਦੇ ਪੱਲੇ ਨੂੰ ਪਾਇਆ ਨੀ ਗੀ, ਪਹਿਲਾਂ ਬੀਬੀ ਭੱਠਲ ਬੱਦੀ ਬੈਠੀ ਆ, ਠੀਕ ਹੈ ਨਾ, ਤੇ ਉਹਦੇ ਵੱਲ 1 ਲੱਖ ਰੁਪਇਆ ਬਕਾਇਆ ਸੀਗਾ ਤੇ ਪਿੱਛੇ ਜਿਹੇ ਕੈਪਟਨ ਸਾਹਿਬ ਨੇ ਉਹਦੇ ਉੱਤੇ ਲੀਕ ਮਾਰਤੀ, ਕਿਉਂਕਿ ਉਹ ਵੀ ਬਹੁਤ ਗਰੀਬ ਹੋ ਗਈ ਸੀ, ਉਹਨਾਂ ਨੂੰ ਵੀ ਰੋਟੀ ਦਾ ਔਖਾ ਹੋਇਆ ਪਿਆ ਸੀ ਘਰੇ, ਇਸ ਕਰਕੇ ਉਹਨੂੰ ਉਹਦੀ ਗਰੀਬੀ ਨੂੰ ਦੇਖ ਕੇ ਉਹਦੀ ਉੱਤੇ ਵੀ ਲੀਕ ਮਾਰੀ। ਤੇ ਹੋ ਸਕਦਾ ਹੁਣ ਭਗਵੰਤ ਮਾਨ ਜ਼ਰੂਰੇ ਇਹ ਵੀ ਹੱਥ ਜੋੜ ਦੇਣ, ਭਾਈ ਹੁਣ ਸਾਡੇ ਕੋਲ ਹੈ ਨੀ ਕੁਛ ਦੇਣ ਲੈਣ ਨੂੰ, ਤੇ ਇਹਨਾਂ ਦੀ ਵੀ ਗਰੀਬੀ ਨੂੰ ਦੇਖ ਕੇ ਸ਼ਾਇਦ ਸਰਕਾਰ ਜਿਹੜੀ ਆ ਉਹਦੀ ਦਿਆ ਦ੍ਰਿਸ਼ਟੀ ਹੋ ਜਾਵੇ ਇਹਨਾਂ ਤੇ। ਚਲੋ ਕੋਈ ਹਵਨ ਹੋਵਨ ਕਰਾਉਣਾ ਚਾਹੀਦਾ ਬਾਦਲ ਸਾਹਿਬ ਨੂੰ ਗਰੀਬੀ ਠੀਕ ਕਰਨ ਦੇ ਲਈ। ਗਿੱਲ ਸਾਹਿਬ ਇੱਕ ਖਬਰ ਹੈ ਅੱਜ ਦੀ ਮੇਜਰ ਮੀਡੀਆ ਦੀ, ਅਮਰੀਕਾ ਦੇ ਮੀਡੀਆ ਦੀ ਵੀ, ਇੰਡੀਆ ਦੇ ਮੀਡੀਆ ਸਾਰੇ ਪਾਸੇ, ਉਹ ਵੀ ਮੈਂ ਤੁਹਾਡੇ ਕੋਲ 1-2 ਮਿੰਟ ਦੇ ਵਿੱਚ ਪੁੱਛਣੀ ਚਾਹੁੰਦਾ। ਭ੍ਰਿਸ਼ਟਾਚਾਰ ਕੇਸ ਦੇ ਵਿੱਚ ਸੂਕੀ ਨੂੰ 5 ਸਾਲ ਦੀ ਸਜ਼ਾ ਕੀਤੀ ਹੈ, ਇਹ ਬੈਂਕਾਕ ਦੀ ਦੇ ਵਿੱਚੋਂ ਖਬਰ ਲੱਗੀ ਹੋਈ ਹੈ।
ਤੁਹਾਨੂੰ ਕਿਵੇਂ ਲੱਗਦਾ? ਤੁਹਾਨੂੰ ਪਤਾ ਉਹ ਜਿਹੜੀ ਹੈ ਸਾਬਕਾ ਆਗੂ ਹੈ ਸਾਂ ਸੂ ਕੀ ਜਿਹੜੀ ਹੈ ਉਹ ਕਿਉਂ ਵਿਚਾਰੀ ਉਹ ਬੜੀ ਚੰਗੀ ਸੀ, ਬੜੀ ਚਿਰ ਉਹਨੇ ਭੁੱਖ ਹੜਤਾਲ ਰੱਖੀ ਆ ਮਿਆਂਮਾਰ ਦੇ ਵਿਚ, ਉਹ ਫਿਰ ਉਹਦਾ ਉਹਨੂੰ ਫੌਜੀ ਜਿਹੜੀ ਹੈ ਉਹਦਾ ਤਖ਼ਤਾ ਵੀ ਪਲਤਾ ਸੀਗਾ ਸਾਰਾ ਕੁਛ, ਫਿਰ ਉਹਨੂੰ ਜੇਲ੍ਹ ਚ ਭੇਜੀ ਜਾਂਦੇ ਆ, ਸਾਰੀ ਉਮਰ ਵਿਚਾਰੀ ਜੇਲ੍ਹਾਂ ਚ ਕੱਟ ਜੂਗੀ ਉਹ। ਥੋੜਾ ਜੀ ਦੇਖੋ ਗੱਲ ਇਹ ਹੈ ਬਈ ਕੁਛ ਚਿਰ ਪਹਿਲਾਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਹੀਰੋ ਵਜੋਂ ਕੇਜਰੀਵਾਲ ਸਾਹਿਬ ਮੈਦਾਨ ਚ ਮਿੱਤਰੇ ਸੀ ਤੇ ਝਾੜੂ ਫੜ ਕੇ ਰਾਜਨੀਤੀ ਦੀ ਸਫਾਈ ਕਰਨ ਤੁਰੇ ਸੀ। ਅੱਜ ਉਹਨਾਂ ਦੇ ਉੱਤੇ ਵੀ ਤਰ੍ਹਾਂ ਤਰ੍ਹਾਂ ਦੀਆਂ ਉਂਗਲਾਂ ਖੇਡੀਆਂ ਨੇ, ਜਿਹੜੇ ਕਹਿੰਦੇ ਸੀਗੇ, ਮੈਂ ਕੱਲ ਉਹ ਵੀਡੀਓ ਦੇਖ ਰਿਹਾ ਸੀ ਬਈ ਇਹ ਜਿਹੜੇ ਮੰਤਰੀ ਮੁੱਖ ਮੰਤਰੀ MLA ਨੇ ਇਹਨਾਂ ਨੂੰ ਸਰਕਾਰੀ ਘਰਾਂ ਦੀ ਕੀ ਲੋੜ ਆ, ਇਹਨਾਂ ਨੂੰ ਸਰਕਾਰੀ ਗੱਡੀਆਂ ਕੱਲ ਵੀ ਦਿੱਤੀਆਂ ਹੋਈਆਂ ਨੇ, ਇਹ ਆਪਦੇ ਸਾਧਨਾਂ ਤੇ ਵੀ ਜਾ ਸਕਦੇ ਨੇ ਤੇ ਜੇ ਰਾਜਨੀਤੀ ਸੇਵਾ ਤਾਂ ਫਿਰ ਸੇਵਾ ਕਰਨ, ਇਹ ਮੇਵਾ ਕਿਉਂ ਕਰ ਰਹੇ ਨੇ? ਤੇ ਹੁਣ ਜਦੋਂ ਪਹਿਲਾਂ ਸ਼ੁਰੂ ਸ਼ੁਰੂ ਦੇ ਵਿੱਚ ਕਹਿੰਦਾ ਵੀ ਰਿਹਾ ਕਿ ਨਾ ਮੈਂ ਗੰਦਮੈਨ ਲੈਣੇ ਆ ਨਾ ਮੈਂ ਵੱਡਾ ਘਰ ਲੈਣਾ, ਮੈਂ ਤਾਂ ਫਲੈਟ ਚ ਰਹੂੰਗਾ, ਤੇ ਹੁਣ ਵੱਡਾ ਘਰ ਵੀ ਲੈ ਲਿਆ, ਹੁਣ ਗੰਦਮੈਨ ਵੀ ਲੈ ਲਿਆ, ਹੁਣ ਸਾਰਾ ਕੁਛ ਲੈ ਲਿਆ, ਤੇ ਹੁਣ ਤਾਂ ਪੰਜਾਬ ਨੂੰ ਜੱਫਾ ਮਾਰਨ ਦੀ ਵੀ ਤਿਆਰੀ ਆ। ਇਹੀ ਹਾਲ ਇਸ ਬੀਬੀ ਦਾ ਵਾ, ਜਦੋਂ ਇਹਨੇ ਲੰਬਾ ਸਮਾਂ ਭੁੱਖ ਹੜਤਾਲ ਕੀਤੀ ਤਾਂ ਸਾਰੀ ਦੁਨੀਆਂ ਦੇ ਜਿਹੜੇ ਇਨਸਾਫ਼ ਪਸੰਦ ਲੋਕ ਸੀ ਉਹ ਇਹਦੀ ਪਿੱਠ ਤੇ ਵੀ ਖੜੇ ਸੀ, ਬਿਲਕੁਲ ਉਹ ਇਹਦੇ ਹੱਕ ਚ ਹਾਰਾ ਨਾਰਾ ਵੀ ਮਾਰਦੇ ਸੀ ਜੀ। ਪਰ ਜਦੋਂ ਇਹਨੇ ਸਰਕਾਰ ਬਣਾ ਲਈ ਪੁਰਾਣਾ ਜੀ, ਜਦੋਂ ਇਹਨੇ ਸਰਕਾਰ ਬਣਾ ਲਈ ਤੇ ਜਿਹੜੇ ਦੰਦ ਇਹਨੇ ਦਿਖਾਏ ਉੱਥੇ ਦੇ ਲੋਕਾਂ ਨੂੰ, ਤੇ ਲੋਕੀ ਫਿਰ ਕਹਿਣ ਲੱਗ ਗਏ ਬਈ ਇਹ ਜਿਹੜੀ ਹੁਣ ਤਾਂ ਇਹ ਇਨਸਾਫ਼ ਇਨਸਾਫ਼ ਦੀਆਂ ਗੱਲਾਂ ਕਰਦੀ ਭੁੱਖ ਹੜਤਾਲ ਕਰੀ ਬੈਠੀ ਸੀਗੀ, ਤੇ ਅੱਜ ਇਹਨੂੰ ਲੋਕ ਦੱਸਦੇ ਨੀ ਕਿ ਜਿੰਨੇ ਹੱਦ ਇਹਨੇ ਸਿੱਖੇ ਆ ਲੋਕਾਂ ਦੇ ਤੇ ਜਿੰਨੇ ਉੱਥੇ ਕਰਪਸ਼ਨ ਇਹਦੇ ਰਾਜਕਾਜ ਦੇ ਵਿੱਚ ਵਧੀ ਆ, ਉਹਦੀ ਤਾਂ ਪਹਿਲਾਂ ਵੀ ਨੀ ਸੀ, ਉਹਦੀ ਤਾਂ ਫੌਜੀ ਦੇ ਰਾਜ ਚ ਵੀ ਹੈਨੀ ਸੀ। ਹਾਂ ਤੇ ਆਹ ਜਿਹੜਾ ਦੋਸ਼ ਇਹਦੇ ਤੇ ਲੱਗਿਆ ਉਹ ਤਾਂ ਨਾਲੇ ਇਹਦੇ ਆਪਦੇ ਕਿਸੇ ਸਿਆਸੀ ਕੁਲੀਗ ਤੋਂ ਲੱਖਾਂ ਰੁਪਈਏ ਵੱਢੀ ਲੈਣ ਦਾ ਦੋਸ਼ ਲੱਗਿਆ, ਤੇ ਸੋਨਾ ਲੱਖਾਂ ਰੁਪਏ ਦਾ ਸੋਨਾ ਤੇ ਡਾਲਰਾਂ ਦੇ ਵਿੱਚ ਰਕਮ ਵਸੂਲਣ ਦਾ ਦੋਸ਼ ਇਹਦੇ ਤੇ ਲੱਗਿਆ ਵਾ। ਬੈਠੀ ਤਾਂ ਭੁੱਖ ਹੜਤਾਲ ਤੇ ਰਹੇ, ਰੋਟੀ ਵੀ ਨੀ ਖਾਂਦੀ ਨੇ, ਸੋਨਾ ਕਿੰਨੇ ਖਾਣਾ ਸ਼ੁਰੂ ਕਰ ਲਿਆ, ਸੋਨਾ ਖਾਂਦੇ ਹੁੰਦੇ। ਹਾਂ ਦੇਖੋ ਜੀ ਗੱਲ ਇਹ ਆ ਬਈ ਗੁਰਬਾਣੀ ਸ਼ਬਦ ਹੈ ਬਈ ਭੁੱਖਿਆ ਭੁੱਖ ਨਾ ਉਤਰੀ, ਤੇ ਬੰਨਾ ਦੇਖੋ ਗੱਲ ਇਹ ਆ ਬੀ ਇਹ ਜਿਹੜੀ ਹਾਂ ਇਹ ਜਿਹੜੀ ਭੁੱਖ ਹੈ ਨਾ ਇਹ ਨਾ ਤਾਂ ਪੈਸੇ ਨਾਲ ਉਤਰਦੀ ਆ ਨਾ ਅਹੁਦਿਆਂ ਨਾਲ ਉਤਰਦੀ ਆ, ਤੇ ਇਹਦੇ ਨਾਲ ਤਾਂ ਸਗੋਂ ਹੰਕਾਰ ਵੱਧਦਾ ਤੇ ਉਲਟਾ ਭੁੱਖ ਹੋਰ ਵੱਧ ਜਾਂਦੀ ਆ। ਤੇ ਜੇ ਆਪਾਂ ਦੇਖੀਏ ਰੁਪਈਏ ਤਾਂ ਬਾਦਲਾਂ ਕੋਲੋਂ ਵੀ ਥੋੜੇ ਨੀ ਆ, ਮੈਂ ਕਹਿੰਦਾ ਜੇ ਉਹ ਅੱਜ ਅੱਗ ਲਾਉਣ ਲੱਗ ਜਾਣ ਲੋਕਾਂ ਨੂੰ ਤੇ ਮੈਨੂੰ ਲੱਗਦਾ ਦਸਾਂ ਸਾਲਾਂ ਚ ਹੋਣਗੇ, ਐਡੀ ਛੇਤੀ ਭੁੱਖੇ ਨੀ ਜਾਣੇ, ਉਹ ਜੀ ਅੱਗ ਵੀ ਲਾ ਦਿਓ ਤੇ ਉਹ ਕਿਹੜਾ ਹਟ ਗਏ। ਮੈਨੂੰ ਤਾਂ ਲੱਗਦਾ ਸਰਕਾਰੀ ਫਲੈਟ ਦੇ ਵਿੱਚ ਰਹਿੰਦੇ ਨੇ, ਬੇਘਰ ਹੋ ਗਏ। ਕਵਾੜਾ ਜੀ ਮੈਨੂੰ ਲੱਗਦਾ ਤੁਹਾਡੀ ਗੱਲ ਸੁਣਦੀ ਆ ਸਰਕਾਰ, ਲਾਈਟ ਆ ਗਈ ਕਵਾੜਾ ਜੀ ਲਾਈਟ ਆ ਗਈ ਜੀ ਲਾਈਟ ਆ ਗਈ, ਸ਼ੁਕਰ ਹੈ ਸ਼ੁਕਰ ਹੈ ਰੱਬ ਦਾ। ਬਸ ਤੁਹਾਡੇ ਨਾਲ ਗੱਲ ਕਰਦੇ ਕਰਦੇ ਚਾਨਣ ਹੋ ਗਿਆ ਸੀ, ਮੈਂ ਤਾਂ ਜਮਾ ਅੰਦਰ ਹੋ ਗਿਆ ਬੈਠਾ ਸੀ, ਜਿਹੜੇ ਕੋਈ ਨਹੀਂ। ਭਗਵੰਤ ਮਾਨ ਭਗਵੰਤ ਮਾਨ ਨੂੰ ਵੀ ਮੈਨੂੰ ਉਹੀ ਗੱਲ ਨਹੀਂ ਲੱਗੀ ਹੋਣੀ ਨਾ, ਉੱਠ ਕੇ ਮੈਨੂੰ ਲੱਗਦਾ ਵੀ ਤੁਹਾਡੀ ਗੱਲ ਸੁਣਦਾ ਉਹ, ਚਲੋ ਵਧੀਆ ਰਹੂਗਾ ਉਹਦੀ ਮਰਜ਼ੀ ਜੀ। ਚਲੋ ਸ਼ੁਕਰ ਹੈ ਗਿੱਲ ਸਾਹਿਬ, ਕਈ ਸਾਡੇ ਸਰੋਤਾਂ ਦੇ ਸੁਨੇਹੇ ਵੀ ਆ ਗਏ ਨੇ, ਖਾਸ ਕਰਕੇ ਦਲਜੀਤ ਸਿੰਘ ਆਸਟ੍ਰੇਲੀਆ ਵਾਲਿਆਂ ਦੇ, ਉਹਨਾਂ ਨੇ ਤਾਂ ਉਹ ਕਹਿੰਦੇ ਕੋਲਾ ਖਰੀਦਣ ਨਾਲੋਂ ਜੇ ਸੋਲਰ ਪੈਨਲ ਦੀ ਫੈਕਟਰੀ ਲਾ ਲਓ ਤਾਂ ਉਹ ਵੀ ਚੰਗੀ ਹੈ, ਇੱਦਾਂ ਦੀਆਂ ਤਾਂ ਬਹੁਤ ਗੱਲਾਂ ਨੇ ਵੀ ਖਟਕੜ ਕਲਾਂ ਦੇ ਪਿੰਡ ਚ ਸੋਲਰ ਲੱਗੇ ਹੋਏ ਨੇ, ਕਦੇ ਬਿਜਲੀ ਗੋਲੇ ਨਹੀਂ ਹੁੰਦੀ, ਇਹ ਤਾਂ ਸਾਰੇ ਕਿਤੇ ਲੱਗਣੇ ਵੀ ਚਾਹੀਦੇ, ਲੱਗ ਵੀ ਜਾਂਦੇ ਨੇ, ਪਰ ਸਾਰਿਆਂ ਨੂੰ ਪਤਾ ਇਸ ਚੀਜ਼ ਦਾ। ਗਿੱਲ ਸਾਹਿਬ ਜੇ ਆਪਾਂ ਅਗਲੀ ਗੱਲ ਕਰ, ਸੋਲਰ ਦੀ ਪ੍ਰੋਬਲਮ ਵੀ ਦੋ ਤਰ੍ਹਾਂ ਦੀ ਹੈ ਜੀ, ਮੈਂ ਜਿਵੇਂ ਤੁਹਾਨੂੰ ਦੱਸ ਕੇ ਹਟਿਆ ਮੇਰੇ ਘਰ ਵੀ ਸੋਲਰ ਲੱਗਿਆ ਹੋਇਆ। ਅੱਛਾ ਉਹ ਸੋਲਰ ਮੈਂ ਬਾਕੀ ਲੋਕਾਂ ਦੇ ਨਾ ਜਾਂ ਤਾਂ ਆਨ ਗ੍ਰਿੱਡ ਹੈ ਤੇ ਇੱਕ ਆਫ ਗ੍ਰਿੱਡ ਆ, ਜਿਹੜਾ ਆਨ ਗ੍ਰਿੱਡ ਸੋਲਰ ਸਿਸਟਮ ਹੈ ਉਹਦੇ ਚ ਜਦੋਂ ਬਿਜਲੀ ਚਲੀ ਜਾਂਦੀ ਆ
ਤੇ ਤੁਹਾਡੇ ਘਰੇ ਵੀ ਬਿਜਲੀ ਗੁੱਲ ਹੋ ਜਾਂਦੀ ਹੈ ਤੇ ਜਿਹੜਾ ਆਫ ਕਰੈਕਟ ਹੈ ਉਹਦੇ ਚ ਹਾਂ ਜਿਹੜਾ ਆਫ ਕਰੈਕਟ ਹੈ ਉਹਦੇ ਚ ਤੁਹਾਨੂੰ ਬੈਟਰੀਆਂ ਲਾਉਣੀਆਂ ਪੈਂਦੀਆਂ ਨੇ ਉਹਦੇ ਨਾਲ ਤੁਹਾਡੀਆਂ ਜਿਹੜਾ ਸੋਲਰ ਆ ਉਹ ਤੁਹਾਡੀਆਂ ਬੈਟਰੀਆਂ ਚਾਰਜ ਕਰਦਾ ਤੇ ਉਸ ਤੋਂ ਅੱਗੇ ਉਹ ਇਨਵਰਟਰ ਵਰਗੂ ਫਿਰ ਤੁਹਾਨੂੰ ਬਿਜਲੀ ਦਿੰਦਾ ਤੇ ਉਹ ਜ਼ਿਆਦਾ ਮਹਿੰਗਾ ਸੌਦਾ ਉਹ ਮਹਿੰਗਾ ਸੌਦਾ ਬਹੁਤ ਪਰ ਜਿਹੜਾ ਆਨ ਗ੍ਰਿਡ ਵਾਲਾ ਉਹ ਥੋੜਾ ਸਸਤਾ ਤਾਂ ਪੈਂਦਾ ਜਿਵੇਂ ਮੈਂ ਹੁਣ 3 ਕਿਲੋਵਾਟ ਤਾਂ ਮੈਂ ਆਨ ਗ੍ਰਿਡ ਲਾਇਆ ਹੋਇਆ ਵਾ 1 ਕਿਲੋਵਾਟ ਮੈਂ ਆਫ ਗ੍ਰਿਡ ਲਾਇਆ ਹੋਇਆ ਵਾ ਆ ਜਿਹੜੀ ਪਹਿਲਾਂ ਲਾਈਟ ਚੱਲਦੀ ਸੀ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਉਹ ਆਫ ਗ੍ਰਿਡ ਵਾਲੀ ਚੱਲਦੀ ਸੀ ਹੁਣ ਆਨ ਗ੍ਰਿਡ ਵਾਲੀ ਸ਼ੁਰੂ ਹੋ ਗਈ ਆਨ ਗ੍ਰਿਡ ਉਨਾ ਚਿਰ ਚੱਲਦੀ ਆ ਜਦ ਤੱਕ ਬਿਜਲੀ ਆਉਂਦੀ ਆ ਜਦੋਂ ਬਿਜਲੀ ਗ੍ਰਿਡ ਤੋਂ ਬੰਦ ਹੋ ਜਾਂਦੀ ਆ ਉਦੋਂ ਸੋਲਰ ਵੀ ਬੰਦ ਹੋ ਜਾਂਦਾ ਸੋ ਇਸ ਕਰਕੇ ਇਹ ਵੀ ਕਈਆਂ ਲੋਕਾਂ ਨੂੰ ਭੁਲੇਖਾ ਵੀ ਸੋਲਰ ਦਾ ਅਸਰ ਘਰ ਪੂਰਾ ਸਗੋਂ ਉਲਟ ਗੱਲ ਆ ਇਹ ਸੋਲਰ ਫਿਰ ਚਿੱਟਾ ਹਾਥੀ ਬਣ ਜਾਂਦਾ ਕਿਉਂਕਿ ਉੱਤੇ ਲੱਗਿਆ ਹੋਇਆ ਵਾ ਪਰ ਪੈਦਾ ਕੁਛ ਨੀ ਕਰਦਾ ਕਿਉਂਕਿ ਜਦੋਂ ਗ੍ਰਿਡ ਨੀ ਚੱਲਦਾ ਤਾਂ ਜਦੋਂ ਗ੍ਰਿਡ ਚੱਲੂਗਾ ਤਾਂ ਲਾਈਟ ਆਊ ਜੀ ਕੀ ਬਾਤ ਇਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਕੋਲ ਇੱਕ ਦਿਨ ਲੈਣੇ ਆ ਇਹਦੇ ਉੱਤੇ ਗੱਲ ਸਪੈਸ਼ਲ ਕਰਦੇ ਆ ਆਪਾਂ ਕਿਉਂਕਿ ਜ਼ਰੂਰੀ ਆ ਇਹ ਮੈਨੂੰ ਲੱਗਦਾ ਕਰਨੀ ਪਊਗੀ ਤੁਹਾਨੂੰ ਜਾਣਕਾਰੀ ਬਹੁਤ ਹੈ ਇੱਕ ਗੱਲ ਸਾਹਿਬ ਬ੍ਰੇਕ ਲੈ ਲਈਏ ਬ੍ਰੇਕ ਤੋਂ ਮਾਰੋ ਅੱਧੇ ਕੁ ਮਿੰਟ ਮਾਰੋ ਫਿਰ ਆਉਂਦੇ ਹਾਂ ਅਸਲੀ ਮੁੱਦੇ ਵੱਲ ਜੀ ਰੇਡੀਓ ਚੰਨ ਪਰਦੇਸੀ ਤੇ ਡੀਜੇ ਸੋਨੀ ਐਂਟਰਟੇਨਮੈਂਟ ਵਾਲੇ ਕਰਾ ਰਹੇ ਨੇ ਇੰਡੀਅਨ ਐਪਲਸ ਇੰਡੀਆਨਾ ਦੇ ਵਿੱਚ ਕਰਨ ਔਜਲਾ ਦਾ ਸ਼ੋਅ ਯਾਦ ਰੱਖਣਾ 14 ਮਈ ਵਧੇਰੀ ਜਾਣਕਾਰੀ ਲਈ ਕਾਲ ਕਰੋ ਦਰਸ਼ਨ ਬਸਰਾਓ 815-557-4999 ਡੀਜੇ ਸੋਨੀ 513-600-4447 ਜਾਂ ਫਿਰ ਜਸਪ੍ਰੀਤ ਗੋਲੇਵਾਲਾ ਜੀ ਨੂੰ 317-410-9173 ਉਹ ਕਾਲੇ ਕੀ ਕਰਦਾ ਕੱਲ ਨੂੰ ਬੱਚਿਆਂ ਨੂੰ ਘੁਮਾ ਲਈਏ ਬਈ ਉਹੀ ਟਰੱਕ ਦੀ ਰਿਪੇਅਰ ਜਿੰਨੇ ਕਮਾਉਣੇ ਆ ਓਨੇ ਹੀ ਲੱਗ ਜਾਂਦੇ ਆ ਉਹ ਬਾਹਲੇ ਚੱਕਰਾਂ 'ਚ ਪਿਆ ਫਿਰਦਾ ਤੂੰ ਪਿਛਲੇ ਹਫ਼ਤੇ ਵੀ ਸਰਵਿਸ ਕਰਾਈ ਜਾਂਦਾ ਸੀ ਜਿੰਨੇ ਗੇੜੇ ਓਨੀ ਵਾਰ ਰਿਪੇਅਰ ਮੈਨੂੰ ਤਾਂ ਕੁਛ ਵੀ ਸਮਝ ਨਹੀਂ ਲੱਗਦੀ ਮੇਰੀ ਮਨ ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ ਨਾਲੇ ਰੇਟ ਵਾਜਬ ਲਾਉਂਦੇ ਨੇ ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ ਫੇਰ ਤਾਂ ਬਾਈ ਮੈਂ ਹੁਣ ਹੀ ਜਾਣਾ ਹੈ ਤੇ ਮੇਰਾ ਵੀ ਕੱਲ ਦਾ ਪੱਕਾ ਰੱਖ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ ਡੀਓਟੀ ਸੇਫਟੀ ਇੰਸਪੈਕਸ਼ਨ ਕਰਦੇ ਹੈ ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ ਟਾਇਰ ਇੰਸਟਾਲੇਸ਼ਨ ਇਲੈਕਟ੍ਰਿਕ ਐਂਡ ਡਾਇਗਨੋਸ ਰੀਬਿਲਡ ਟ੍ਰਾਂਸਮਿਸ਼ਨ ਡਿਫਰੈਂਸ਼ੀਅਲ ਤੇ ਕਲਚ ਜੋਬਸ ਆਇਲ ਚੇਂਜ ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-409-2000 ਜਾਂ ਫਿਰ ਕਾਲ ਕਰੋ 204-770-0460 82 ਰੀਨਲ ਡਰਾਈਵ ਵਿਨੀਪੈਗ ਮਿਨੀਟੋਬਾ ਜੋ ਕਿ ਹੈ ਰੂਟ ਨੰਬਰ 90 ਤੇ ਫਾਰਮਰ ਦੇ ਬਿਲਕੁਲ ਕਾਰਨਰ ਤੇ ਇੱਥੇ ਟਰੱਕ ਵਾਸ਼ਿੰਗ ਤੇ ਪਾਰਕਿੰਗ ਸਪੋਟ ਵੀ ਅਵੇਲੇਬਲ ਹੈ ਰੇਡੀਓ ਚੰਨ ਪਰਦੇਸੀ ਦਾ ਨਾਮ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ ਗਿੱਲ ਸਾਹਿਬ ਕਹਿੰਦੇ ਇੱਕ ਸਾਧ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਲੋਹੇ ਦਾ ਬ੍ਰਹਮ ਸਾਸ ਲੈ ਕੇ ਨਾਲ ਤਾਜ ਮਹਿਲ ਤੇ ਜਾ ਪਹੁੰਚਿਆ ਕਹਿੰਦਾ ਵੀ ਹੁਣ ਸ਼ਿਵ ਮੰਦਰ ਦੇ ਦਰਸ਼ਨ ਕਰਨੇ ਨੇ ਜਾਣੀ ਇਹ ਲੱਗਦਾ ਤਾਜ ਮਹਿਲ ਨੂੰ ਸ਼ਿਵ ਮੰਦਰ ਬਣਾਇਆ ਜਾਊਗਾ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ ਖਾਸ ਤੌਰ ਤੇ ਹਿੰਦੂ ਸੈਨਾ ਹਿੰਦੂ ਜਨ ਜਾਗਰਣ ਮੰਚ ਤੇ ਹੋਰ ਕਈ ਸਾਧ ਲਾਣਾ ਜਿਹੜਾ ਉਹ ਬੜੇ ਚਿਰ ਤੋਂ ਦਾਵਾ ਕਰਦਾ ਆ ਰਿਹਾ ਬਈ ਇਹ ਤਾਜ ਮਹਿਲ ਤਾਂ ਹੈ ਹੀ ਨੀਗਾ ਇਹ ਤਾਂ ਸ਼ਿਵ ਮੰਦਰ ਆ ਤੇ ਬਣਾਇਆ ਸੀ ਨਾ ਉਹਨੇ ਪਾਰਵਤੀ ਜਾਲ ਚ ਬਣਾਇਆ ਸੀ ਇੰਨਾ ਨੀ ਜੀ ਮੈਨੂੰ ਪਤਾ ਹੈਗਾ ਮੈਨੂੰ ਤਾਂ ਇੰਨਾ ਪਤਾ ਵਾ ਵੀ ਇਹਦੇ ਲਾਣਾ ਬਾਰਾ ਵਾ ਇਹ ਦਾਵਾ ਕਰਦਾ ਬਈ ਉਹਦਾ ਜੇ ਬਣਤਰ ਇਹੋ ਜਿਹੀ ਆ ਉਹਦੇ ਦੂਜੇ ਆਹ ਗੱਲਾਂ ਆਏ ਨੇ ਹੁਣ ਮੈਂ ਇੰਨੀ ਬਰੀਕੀ ਚੀਜ਼ ਨੂੰ ਦੱਸ ਸਕਦਾ ਜਿੱਥੇ ਕਿਸੇ ਦਿਨ ਇਹਦੇ ਤੇ ਵੀ ਫਿਰ ਆਪਾਂ ਲਾ ਲਾਂਗੇ ਦਿਹਾੜੀ ਤੇ ਪਰ ਮੈਂ ਅੱਜ ਜਿਹੜੀ ਗੱਲ ਕਰਦਾ ਇਹ ਅਯੁੱਧਿਆ ਦੀ ਤਪਸਵੀ ਛਾਉਣੀ ਆ ਜਿਹੜੀ ਉੱਥੇ ਇੱਕ ਮਤਲਬ ਜਿਵੇਂ ਉਹਦੇ ਗਾਂਧੀਆਂ ਛਾਉਣੀਆਂ ਬਣੀਆਂ ਹੋਈਆਂ ਨੇ ਨਾ ਕਿਵੇਂ ਇਹ ਜਿਹੜੇ ਭਗਵੇਂ ਕੱਪੜਿਆਂ ਵਾਲੇ ਸਾਧ ਨੇ ਇਹਨਾਂ ਦੀਆਂ ਵੀ ਛਾਉਣੀਆਂ ਬਣੀਆਂ ਅਯੁੱਧਿਆ ਦੀ ਤਪਸਵੀ ਛਾਉਣੀ ਦੇ ਵਾਰਸ ਮਹੰਤ ਪਰਮਹੰਸ ਦਾਸ ਮੰਗਲਵਾਰ ਨੂੰ ਤਾਜ ਮਹਿਲ ਜਾ ਪਹੁੰਚੇ ਅੱਛਾ ਮਹੰਤ ਤੇ ਉਹਦੇ ਚੇਲਿਆਂ ਨੇ ਭਗਵਾ ਵਸਤਰ ਪਾਏ ਹੋਏ ਸੀ ਤੇ ਦੋਸ਼ ਇਹ ਲਾਤਾ ਬਈ ਸਾਨੂੰ ਇਸ ਕਰਕੇ ਉੱਥੇ ਜਾਣ ਨਹੀਂ ਦਿੱਤਾ ਕਿਉਂਕਿ ਸਾਡੇ ਭਗਵਾ ਵਸਤਰ ਪਾਏ ਹੋਏ ਸੀ ਇਸ ਕਰਕੇ ਸਾਨੂੰ
ताज महल से जान नहीं दिता। यह जब बयान उन्होंने आया महंत परमहंस दास का, हिंदू जथेबंदियों ने असमान सिर से चक लिया। बयान से बयान इधरों से उधरों चारे पास्यों बयानबाजी शुरू हो गई। यह मामला बहुत ज्यादा बढ़ गया, यह विवाद इन्ना क बढ़ गया भाई चारे पासे मतलब कई तरह जथेबंदियां इतों तक खेल से चली गई भाई असी तो इतने हिंदू राष्ट्र बनाने की गल करते हैं तो सानू तो आपके मुल्क के कई थावां दे उत्ते वड़न नहीं दिता जा रहा। तो फिर वीरवार सवेरे हिंदू महासभा ने संत नूं ताज महल च वड़न नूं रोकण नूं लैके वड्डा रोस जाहर किया। फिर इस मामले उत्ते जिहड़ा पुरातत्व विभाग है केंद्र सरकार का पुरातत्व विभाग जिहड़ा इहो जिहियां स्मारकां का रख रखाव करता ते देश दे विच होर जिहड़ियां ऐसियां संस्थावां ने उन्हों की देखभाल करने की जिम्मेदारी उन्होंने पुरातत्व विभाग के अधिकारियों ने बयान जारी किया भी यह मामला भगवे कपड़े कोई रौला नहीं है ना ही कोई यह जी गल। उन्होंने साफ साफ कहा भी यह जो जगत गुरु परमहंस दास महंत है यह भगवे कपड़े पाके तो आया ही सी, इस गल से किसी को इतराज नहीं है, पर इहदे हथ च एक ब्रह्म दंड उन्हें कहने ने ब्रह्म दंड लोहे की एक राड़ वर्गा बड़ा शस्त्र है। वह कहते भी यह लैके ताजमहल जाने की कोशिश करता सी कि गाइडलाइन जिहड़ियां ने वो इस गल की आग्या नहीं दिंदियां कि कोई बंदा हथियार लैके जां कोई ऐसी मारू चीज लैके उहदे अंदर दाखल हो गए। ਜਿਵੇਂ ਸਿਮਰਜੀਤ ਸਿੰਘ ਮਾਨ 3 ਫੁੱਟ ਦੀ ਕਿਰਪਾਨ ਲੈ ਕੇ ਜਾ ਵੜੇ ਸੀ ਲੋਕ ਸਭਾ ਦੇ ਵਿੱਚ ਜੋ ਸਾਰੇ ਐਮ ਪੀ ਬਿਲਕੁਲ ਉਸੇ ਤਰਜ਼ ਦੀ ਉਹੀ ਤਰਜ਼ ਤੇ ਤਾਜ ਸੁਰੱਖਿਆ ਤੋਂ ਤਰੀਤ ਮਿਲਣ ਬਾਅਦ ਪੁਰਾਤੱਤਵ ਅਧਿਕਾਰੀ ਜਿਹੜੇ ਰਾਜਕੁਮਾਰ ਮੁਖੀਆ ਨੇ ਉਹਨਾਂ ਨੇ ਸਪਸ਼ਟ ਕੀਤਾ ਲਿਖਤੀ ਤੌਰ ਤੇ ਵੀ 26 ਅਪ੍ਰੈਲ ਨੂੰ ਭਾਵ ਪਰਸੋਂ 26 ਅਪ੍ਰੈਲ ਨੂੰ ਤਾਜ ਮਹਿਲ ਵਿੱਚ ਕੁਛ ਲੋਕ ਭਗਵਾਨ ਦਫ਼ਤਰ ਪਾ ਕੇ ਪੱਛਮੀ ਗੇਟ ਰਾਹੀਂ ਅੰਦਰ ਦਾਖਲ ਹੋਣ ਵਾਸਤੇ ਉੱਥੇ ਆਏ ਸੀ। ਉਹਨਾਂ ਦੇ ਵਿੱਚੋਂ ਇੱਕ ਸਾਧੂ ਸੀ ਜਿਹਦੇ ਹੱਥ ਚ ਲੋਹੇ ਦਾ ਬ੍ਰਹਮ ਦੰਡ ਸ਼ਸਤਰ ਫੜਿਆ ਹੋਇਆ ਸੀ। ਤਾਜ ਮਹਿਲ ਚ ਇਸ ਤਰ੍ਹਾਂ ਦੀ ਚੀਜ਼ ਲੈ ਕੇ ਜਾਣ ਤੇ ਮਨਾਹੀ ਹੈ। ਗੇਟ ਉੱਤੇ ਸਾਧੂ ਜਿਹੜਾ ਸੀ ਬਾਬਾ ਉਹਨੂੰ ਬ੍ਰਹਮ ਦੰਡ ਬਾਹਰ ਰੱਖ ਕੇ ਜਾਣ ਲਈ ਬੇਨਤੀ ਕੀਤੀ ਸੀ, ਪਰ ਉਹਨੇ ਬਾਹਰ ਰੱਖ ਕੇ ਜਾਣ ਦੀ ਬਜਾਏ ਉੱਥੋਂ ਚਲੇ ਜਾਣਾ ਬਿਹਤਰ ਸਮਝਿਆ ਸੀ। ਉੱਥੋਂ ਚੁੱਪ ਕਰਕੇ ਉਹ ਚਲੇ ਗਏ ਤੇ ਵਾਪਸ ਮੁੜ ਕੇ ਨਹੀਂ ਆਏ ਤੇ 27 ਅਪ੍ਰੈਲ ਨੂੰ ਉਲਟਾ ਚੱਕ ਕੇ ਉਹਨਾਂ ਨੇ ਇੱਕ ਟਵੀਟ ਕਰਤਾ ਬਈ ਭਾਈ ਮੈਂ ਤਾਂ ਸ਼ਿਵ ਮੰਦਿਰ ਦੇ ਦਰਸ਼ਨ ਕਰਨ ਗਿਆ ਸੀ ਤੇ ਮੈਨੂੰ ਉੱਥੇ ਵੜਨ ਨਹੀਂ ਦਿੱਤਾ ਕਿਉਂਕਿ ਸਾਡੇ ਮੈਨੂੰ ਨਹੀਂ ਵੜਨ ਦਿੱਤਾ ਤੇ ਮੇਰੇ ਚੇਲਿਆਂ ਨੂੰ ਵੀ ਨਹੀਂ ਵੜਨ ਦਿੱਤਾ ਕਿਉਂਕਿ ਸਾਡੇ ਭਗਵਾਨ ਵਸਤਰ ਪਾਏ ਹੋਏ ਸੀ। ਤੇ ਇਹ ਪਤਾ ਲੱਗਣ ਅਨੁਸਾਰ ਸਾਧੂ ਜਿਹੜਾ ਜਗਤ ਗੁਰੂ ਪਰਮਹੰਸ ਆਚਾਰੀਆ ਸੀ ਤੇ ਉਹਦੇ ਵੱਲੋਂ ਟਵੀਟ ਜਿਹੜਾ ਕੀਤਾ ਉਹ ਮਹੰਤ ਧਰਮਿੰਦਰ ਗਿਰੀ ਨੇ ਕੀਤਾ ਸੀ। ਬ੍ਰਹਮ ਦੰਡ ਦੇ ਨਾਲ ਤਾਜ ਮਹਿਲ ਚ ਪ੍ਰਵੇਸ਼ ਕਰਨਾ ਚਾਹੁੰਦੇ ਸੀ ਜਗਤ ਗੁਰੂ, ਜਦਕਿ ਉੱਥੇ ਜਿਹੜੀ ਤੈਨਾਤ CISF ਹੈ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਇਹ ਕੇਂਦਰੀ ਸੰਸਥਾ ਬਾਟਵਾੜਾ ਜੀ ਜਿਹੜੀ ਆਮ ਤੌਰ ਤੇ ਦੇਸ਼ ਦੇ ਏਅਰਪੋਰਟਾਂ ਦੀ ਰਾਖੀ ਕਰਦੀ ਹੈ ਤੇ ਇਹੋ ਜਿਹੀਆਂ ਵੱਡੀਆਂ ਸੰਸਥਾਵਾਂ ਜਿਹਨਾਂ ਦੇ ਵਿੱਚ ਤਾਜ ਮਹਿਲ ਸਮੇਤ ਕਈ ਹੋਰ ਐਸੇ ਸਮਾਰਕ ਹੈਗੇ ਨੇ ਉਹਨਾਂ ਦੀ ਰਾਖੀ ਦੀ ਜ਼ਿੰਮੇਵਾਰੀ ਵੀ CISF ਦੇ ਹਵਾਲੇ ਕੀਤੀ ਹੋਈ ਆ ਤੇ CISF ਨੇ ਇਹ ਸਪਸ਼ਟੀਕਰਨ ਦਿੱਤਾ ਉਹਨਾਂ ਦੇ ਅਫਸਰਾਂ ਨੇ ਵੀ ਅਸੀਂ ਬਾਬਾ ਜੀ ਨੂੰ ਇਹ ਜਿਹੜਾ ਬ੍ਰਹਮ ਦੰਡ ਹੈ ਜਿਹੜਾ ਉਹਨਾਂ ਕੋਲ ਲੋਹੇ ਦੀ ਵੱਡੀ ਰਾੜ ਸੀ ਭਾਰੀ ਤੇ ਸ਼ਸਤਰ ਹੈ ਅਸੀਂ ਉਹਨੂੰ ਬੇਨਤੀ ਕੀਤੀ ਸੀ ਵੀ ਬਾਬਾ ਜੀ ਉਹਨੂੰ ਬਾਹਰ ਰੱਖ ਲਿਓ ਅਸੀਂ ਸਾਂਭ ਕੇ ਰੱਖਾਂਗੇ ਮੁੜਦੇ ਹੋਏ ਲੈ ਜਿਓ। ਪਰ ਉਹ ਇਸ ਗੱਲ ਦੇ ਉੱਤੇ ਮੰਨੇ ਨੀ, ਉਹ ਇਸ ਗੱਲ ਦੇ ਉੱਤੇ ਅੜੇ ਰਹੇ ਵੀ ਮੈਂ ਤਾਂ ਇਹ ਨਾਲ ਲੈ ਕੇ ਹੀ ਜਾਊਂਗਾ ਕਿਉਂਕਿ ਮੈਂ ਤਾਂ ਤਾਜ ਉਹ ਕਹਿੰਦੇ ਤਾਜ ਮਹਿਲ ਤਾਂ ਹੈ ਹੀ ਨੀਗਾ, ਇਹ ਤਾਂ ਸ਼ਿਵ ਮੰਦਿਰ ਆ, ਮੈਂ ਤਾਂ ਸ਼ਿਵ ਮੰਦਿਰ ਦੇ ਦਰਸ਼ਨ ਕਰਨ ਆਇਆ ਵਾ ਤੇ ਸਾਡਾ ਧਰਮ ਇਸ ਗੱਲ ਦੀ ਆਗਿਆ ਦਿੰਦਾ ਵਾ ਵੀ ਮੈਂ ਬ੍ਰਹਮ ਸ਼ਸਤਰ ਨਾਲ ਲੈ ਕੇ ਜਾਵਾਂ ਆ ਬ੍ਰਹਮ ਦੰਡ। ਸੋ ਇਸ ਕਰਕੇ ਉਹ ਕਹਿੰਦੇ ਵੀ ਇਹ ਨਿਯਮਾਂ ਦੀ ਉਲੰਘਣਾ ਹੋ ਰਹੀ ਸੀ ਜਿਹਦੇ ਕਰਕੇ ਇਹ ਜਿਹੜੇ ਦਾਖਲੇ ਲਈ ਇਹ ਕੋਈ ਅੱਜ ਨਵੇਂ ਨਿਯਮ ਨਹੀਂ ਬਣੇ, ਇਹ ਨਿਯਮ ਪਹਿਲਾਂ ਬਹੁਤ ਲੰਬੇ ਅਰਸੇ ਤੋਂ ਚੱਲਦੇ ਆ ਰਹੇ ਨੇ ਵੀ ਉੱਥੇ ਜਿਹੜਾ ਇਸ ਤਰ੍ਹਾਂ ਦਾ ਕੋਈ ਅਸ਼ਤਰ ਸ਼ਸਤਰ ਲੈ ਕੇ
ਤੁਸੀਂ ਅੰਦਰ ਦਾਖਲ ਨਹੀਂ ਹੋ ਸਕਦੇ। ਤੁਹਾਡਾ ਜੀ ਉੱਥੇ ਬਾਹਰ ਜਿਹੜੇ ਨੇ ਨਾ ਮੈਟਲ ਡਿਟੈਕਟਰ ਲੱਗੇ ਹੋਏ ਨੇ, ਤੁਸੀਂ ਜਦੋਂ ਅੰਦਰ ਜਾਂਦੇ ਹੋ ਤੇ ਜਦੋਂ ਟੀਮ ਦੀ ਆਵਾਜ਼ ਆਉਂਦੀ ਆ ਉਹ ਤੁਹਾਨੂੰ ਸਾਈਡ ਤੇ ਕਰਕੇ, ਕਈ ਵਾਰ ਤਾਂ ਤੁਹਾਨੂੰ ਪਰਦੇ ਪਿੱਛੇ ਲਿਜਾ ਕੇ, ਜੇ ਕੋਈ ਔਰਤ ਹੈ ਤਾਂ ਉਹਦੀ ਤਲਾਸ਼ੀ ਉੱਥੇ ਜਿਹੜੀ ਔਰਤ ਅਫਸਰ ਨੇ ਉਹ ਲੈਂਦੀਆਂ ਨੇ, ਤਾਂ ਅੰਦਰ ਜਾਣ ਦਿੱਤਾ ਜਾਂਦਾ। ਤੇ ਇਹਨੇ ਹੁਣ ਮੈਂ ਤੁਹਾਡੀ ਜਾਣਕਾਰੀ ਲਈ ਦੱਸਣ ਲੱਗਿਆ, ਹਾਲਾਂਕਿ ਉਹਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਹੈ। ਪਤਾ ਲੱਗਿਆ ਬਈ ਹਰਿਮੰਦਰ ਸਾਹਿਬ ਦੇ ਵਿੱਚ ਵੀ ਜਿਹੜੇ ਸਕੈਨਰ ਲਾਉਣ ਦੀ ਗੱਲ ਚੱਲ ਰਹੀ ਆ, ਬਈ ਕਿਉਂਕਿ ਪਿੱਛੇ ਦੇਖੋ ਬੇਅਦਬੀ ਦੀਆਂ ਘਟਨਾਵਾਂ ਉੱਪਰ ਬਣੀ ਹੁੰਦੀਆਂ ਸੀ ਉੱਥੇ, ਤੇ ਹੁਣ ਪਤਾ ਲੱਗਿਆ ਵੀ ਜਿਹੜੇ ਉਹਨਾਂ ਦੇ ਮੁੱਖ ਦੁਆਰ ਨੇ ਹਰਿਮੰਦਰ ਸਾਹਿਬ ਦੇ, ਉੱਥੇ ਵੀ ਸਕੈਨਰ ਲਾਏ ਜਾਣਗੇ, ਤਾਂ ਕਿ ਪਤਾ ਲੱਗੇ ਵੀ ਜਿਹੜਾ ਸਾਹਮਣੇ ਆ ਰਿਹਾ ਬੰਦਾ ਉਹ ਕੋਈ ਐਸੀ ਐਸੀ ਚੀਜ਼ ਤੋਂ ਲੈ ਜਾ ਰਿਹਾ ਜਿਹਦੇ ਨਾਲ ਉੱਥੇ ਕੋਈ ਖਤਰੇ ਵਾਲੀ ਗੱਲ ਹੋ ਸਕਦੀ ਆ। ਜੀ ਜੀ ਗੱਲ ਸਾਹਿਬ, ਤੁਸੀਂ ਹਰਿਮੰਦਰ ਸਾਹਿਬ ਦੀ ਗੱਲ ਕੀਤੀ ਹੈ, ਸਾਡੇ ਬਾਈ ਦੇ ਜਿਹੜੇ ਸਿੱਖ ਧਰਮ ਦੇ ਵਿੱਚ ਕਾਫੀ ਸੂਝ ਰੱਖਦੇ ਨੇ, ਕੁਲਦੀਪ ਸਿੰਘ ਕੰਗਣਵਾਲ ਨਿਊਯਾਰਕ ਤੋਂ, ਉਹਨੇ ਮੈਸੇਜ ਭੇਜਿਆ, ਕਹਿੰਦੇ ਦਰਬਾਰ ਸਾਹਿਬ ਨੂੰ ਵੀ ਵਿਸ਼ਨੂੰ ਦਾ ਮੰਦਰ ਆਖਦੇ ਨੇ ਕਈ ਬੰਦੇ। ਹਾਂ ਹਾਂ ਬਿਲਕੁਲ, ਤੇ ਉਹਨੂੰ ਵੀ ਕਹਿੰਦੇ ਨੇ। ਤੇ ਇਹਨੇ ਤਾਂ ਜੀ ਫਿਰ ਉਹ ਜਿਹੜਾ ਮਤਲਬ ਸੁਰੱਖਿਆ ਕਰਮਚਾਰੀ ਨੇ ਉਹਨਾਂ ਨੇ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ। ਤੇ ਇਸ ਮਾਮਲੇ ਚ ਪੁਰਾਤੱਤਵ ਅਧਿਕਾਰੀ ਜਿਹੜੇ ਰਾਜ ਕੁਮਾਰ ਮੁਖੀਆ ਨੇ ਉਹਨਾਂ ਨੇ ਦੱਸਿਆ ਬਈ ਇਹ ਕੋਈ ਨਵੇਂ ਨਜ਼ਮ ਨਹੀਂ ਬਣੇ ਹੈ, ਇਹ ਨਜ਼ਮ ਬਹੁਤ ਪੁਰਾਣੇ ਨੇ। ਤੇ ਸੰਤ ਜੀ ਜਿਹੜੇ ਨੇ ਬਾਬਾ ਜੀ ਉਹ ਕਹਿੰਦੇ ਵੀ ਲੋਹੇ ਦਾ ਭਾਰੀ ਡੰਡਾ ਨਾਲ ਲੈ ਕੇ ਜਾਣਾ ਚਾਹੁੰਦੇ ਸੀ, ਇਸ ਕਰਕੇ ਉਹਨਾਂ ਨੂੰ ਮਨਾ ਕੀਤਾ। ਦਾਖਲੇ ਦੇ ਉੱਤੇ ਕੋਈ ਮਨਾ ਹੀ ਨਹੀਂ ਹੈ, ਅਸੀਂ ਉਹਨਾਂ ਨੂੰ ਬਾਰ ਬਾਰ ਕਹਿੰਦੇ ਰਹੇ ਹਾਂ ਵੀ ਤੁਸੀਂ ਇਹ ਡੰਡਾ ਜਿਹੜਾ ਬ੍ਰਹਮ ਦੰਡ ਜੀ ਨੂੰ ਕਹਿੰਦੇ ਹੋ ਇਹਨੂੰ ਭਾਈ ਬਾਹਰ ਰੱਖ ਲਓ, ਜਾਣ ਲੱਗੇ ਲੈ ਲਓ, ਪਰ ਉਹ ਮੰਨੇ ਨਹੀਂ। ਪਰ ਟਵਾਣਾ ਜੀ ਤੁਸੀਂ ਇੱਕ ਗੱਲ ਦੇਖੋ ਵੀ ਇਹ ਬਾਰ ਬਾਰ ਜਿਹੜਾ ਇਸ ਤਰ੍ਹਾਂ ਦਾ ਜਿਹੜੀਆਂ ਗੱਲਾਂ ਘੱਟ ਗਿਣਤੀਆਂ ਨਾਲ ਜੁੜੀਆਂ ਹੋਈਆਂ ਨੇ, ਖਾਸ ਤੌਰ ਤੇ ਜਿੱਥੇ ਕਿਤੇ ਕੋਈ ਮੁਸਲਮਾਨ ਧਰਮ ਨਾਲ ਸੰਬੰਧਿਤ ਮੁਗਲ ਸ਼ਾਸਕਾਂ ਦੇ ਕੋਈ ਐਸੇ ਚੀਜ਼ਾਂ ਨੇ ਉਹਨਾਂ ਬਾਰੇ, ਜਾਂ ਜਿਹੜੀਆਂ ਕ੍ਰਿਸਚਨਾਂ ਨਾਲ ਸੰਬੰਧਿਤ ਨੇ ਉਹਨਾਂ ਬਾਰੇ, ਉਹਨਾਂ ਦੇ ਉੱਤੇ ਲਗਾਤਾਰ ਹੱਲਾ ਬੋਲਿਆ ਜਾ ਰਿਹਾ। ਔਰ ਇਹ ਜਿਹੜਾ ਮਤਲਬ ਢੰਗ ਤਰੀਕਾ ਵਾ ਉਹ ਦੇਸ਼ ਦੇ ਵਿੱਚ ਇਸ ਵੇਲੇ ਜ਼ਿਆਦਾ ਹੀ ਪ੍ਰਚਲਿਤ ਹੋ ਰਿਹਾ, ਤੇ ਜਿਹਦੇ ਕਰਕੇ ਜਿਹੜੀ ਦੇਸ਼ ਦੇ ਵਿੱਚ ਇੱਕ ਨਵੀਂ ਆਬੋ ਹਵਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹ ਬੜੀ ਖਤਰਨਾਕ। ਜੀ ਬਿਲਕੁਲ, ਇਸੇ ਤਰਜ਼ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ ਵੀ ਕੀਤਾ ਸੀ, ਜਦੋਂ ਉਸਾਮਾ ਬਿਨ ਲਾਦਨ ਹੁੰਦੇ ਸੀ, ਬੋਧੀਆਂ ਦੀਆਂ ਮੰਦਰ, ਬੋਧੀਆਂ ਦੀਆਂ ਤਸਵੀਰਾਂ, ਬੋਧੀਆਂ ਦੇ ਕਈ ਏਦਾਂ ਦੀਆਂ ਇਮਾਰਤਾਂ ਉਹ ਖਤਮ ਕੀਤੀਆਂ ਗਈਆਂ ਸੀ, ਢਾਹ ਢੇਰੀ ਕਰ ਦਿੱਤੀਆਂ ਗਈਆਂ, ਬਿਰਾ ਮੁਸਲਿਮ ਧਰਮ ਤੋਂ ਉੱਥੇ ਕੋਈ ਚੀਜ਼ ਰਹਿ ਨਹੀਂ ਦਿੱਤੀ ਗਈ। ਤੇ ਇਹ ਹਰ ਇੱਕ ਦੇਸ਼ ਦੇ ਵਿੱਚ ਕਈ ਜਿਹੜੇ ਏਦਾਂ ਦੇ ਬੰਦੇ ਹੁੰਦੇ ਨੇ ਉਹ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਸ਼ੁਕਰ ਹੈ ਰੱਬ ਦਾ ਅਸੀਂ ਉਹਨਾਂ ਦੇਸ਼ਾਂ ਦੇ ਵਿੱਚ ਬੈਠੇ ਹਾਂ, ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਜਾਂ ਹੋਰ ਇੰਗਲੈਂਡ ਈਵਨ ਇਹੋ ਜਿਹੇ ਦੇਸ਼ ਨੇ ਜਿੱਥੇ ਹਰ ਇੱਕ ਬੰਦੇ ਨੂੰ ਆਪਣੇ ਧਰਮ ਨੂੰ ਅਪਣਾਉਣ ਦੇ ਲਈ, ਸ਼ਰਧਾ ਰੱਖਣ ਦੇ ਲਈ ਮੰਦਰ, ਗੁਰਦੁਆਰੇ, ਮਸੀਤਾਂ ਬਣਾਉਣ ਦੀ ਪੂਰੀ ਖੁੱਲ੍ਹ ਹੈ। ਤੇ ਫਿਰ ਵੀ ਬਹੁਤ ਵੱਡੀ ਗੱਲ ਹੈ ਵੀ ਕਈ ਵਾਰੀ ਸ਼ੁਕਰ ਕਰਨਾ ਪੈਂਦਾ ਰੱਬ ਦਾ, ਕਿਉਂਕਿ ਸਾਡੇ ਆਪਣੇ ਦੇਸ਼ ਦੇ ਵਿੱਚ ਹੀ ਅਸੀਂ ਆਪ ਸੁਰੱਖਿਅਤ ਨਹੀਂ ਹੈਗੇ। ਗਿੱਲ ਸਾਹਿਬ ਬ੍ਰੇਕ ਲੈ ਲਈਏ ਜੀ, ਫਿਰ ਅਗਲੀ ਗੱਲ ਕਰੀਏ ਬ੍ਰੇਕ ਤੋਂ ਮਗਰੋਂ। ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ? ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਗਰੋਸਰੀ ਲੈਣੀ ਹੋਵੇ ਤਾਂ? ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਜਵੈਲਰੀ ਲੈਣੀ ਹੋਵੇ? ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ? ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ। ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ 'ਚ ਇੰਨਾ ਕੁਝ ਮਿਲ ਸਕਦਾ। ਮਿਲੂਗਾ ਜੀ, ਮਿਲੂਗਾ, 100% ਹੀ ਮਿਲੂਗਾ। ਬਿਗ ਬਾਜ਼ਾਰ ਪਲਾਜ਼ਾ ਕੈਟਰਿੰਗ ਦੀ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ, ਸੋ ਫੈਮਿਲੀ ਫੰਕਸ਼ਨਸ ਅਤੇ ਕਾਰਪੋਰੇਟ ਇਵੈਂਟਸ ਲਈ ਹਮੇਸ਼ਾ ਯਾਦ ਰੱਖੋ ਬਿਗ ਬਾਜ਼ਾਰ ਪਲਾਜ਼ਾ। ਬਿਗ ਬਾਜ਼ਾਰ ਪਲਾਜ਼ਾ 'ਚ ਬਲੂ ਡਾਇਮੰਡ ਬੈਂਕਟ ਹਾਲ 'ਚ ਕਾਲ ਕਰਨ ਲਈ ਨੰਬਰ ਨੋਟ ਕਰ ਲਓ 317-406-9924, 317-406-9924। ਬਿਗ ਬਾਜ਼ਾਰ ਤੋਂ ਇੰਡੀਅਨ ਗਰੋਸਰੀ, ਸਵੀਟਸ ਜਾਂ ਕੈਟਰਿੰਗ ਸਰਵਿਸ ਲਈ ਨੰਬਰ ਨੋਟ ਕਰ ਲਓ 317-640-2400, 317-640-2400। ਬਿਗ ਬਾਜ਼ਾਰ ਪਲਾਜ਼ਾ ਦਾ ਪਤਾ ਨੋਟ ਕਰ ਲਓ, ਨੀਅਰ 465 ਐਮਰਸਨ ਐਕਸਿਟ, 5425 ਈਸਟ ਥੋਮਸਨ ਰੋਡ, ਇੰਡੀਅਨ ਐਪਲਸ, ਇੰਡੀਆਨਾ 46237। ਗਿੱਲ ਸਾਹਿਬ, ਘੱਟ ਗਿਣਤੀਆਂ ਨਾਲ ਜਿਹੜੇ ਜੁੜੇ ਮਾਮਲੇ ਨੇ ਉਹਨਾਂ ਨੂੰ ਕਿਵੇਂ ਮੁੱਦਾ ਬਣਾਇਆ ਜਾਂਦਾ ਹੈ? ਇਹ ਗੱਲ ਜਿਹੜੀ ਹੈ ਕਰਨਾਟਕਾ ਦੀ ਇੱਕ ਪ੍ਰਯੋਗਸ਼ਾਲਾ ਜਿਹੜੀ ਉਹ ਬਣ ਗਈ ਹੈ, ਕਰਨਾਟਕ ਜਿਹੜਾ ਹੈਗਾ ਉੱਥੇ ਬੀਜੇਪੀ ਦੀ ਸਰਕਾਰ ਹੈ, ਆਪਣੀ ਮਰਜ਼ੀ ਨਾਲ ਉੱਥੇ ਹਰ ਚੀਜ਼ ਨੂੰ ਅਪਣਾ ਕੇ ਦੇਖ ਲੈਂਦੀ ਹੈ, ਕੀ ਕਹੋਗੇ ਇਹਦੇ ਬਾਰੇ?
ਕਹਿਣਾ ਜੀ ਜੇ ਮੈਂ ਤੁਹਾਨੂੰ ਪਿੱਛੇ ਲੈ ਕੇ ਚੱਲਾਂ ਥੋੜਾ ਜਿਹਾ ਮਗਰ ਮੁੜ ਕੇ ਝਾਕੋਗੇ ਇਤਿਹਾਸ ਤੇ, ਤਾਂ ਦੋ ਸੀਟਾਂ ਵਾਲੀ ਭਾਰਤੀ ਜਨਤਾ ਪਾਰਟੀ ਜਿਹਦੇ ਚ ਕੱਲਾ ਅਡਵਾਨੀ ਤੇ ਵਾਜਪਾਈ ਜਿੱਤ ਕੇ ਆਉਂਦੇ ਹੁੰਦੇ ਸੀ ਤੇ ਬਾਕੀ ਇਹਨਾਂ ਦੀ ਕਦੇ ਕੋਈ ਸੀਟ ਆਈ ਨੀ ਸੀ। ਪਾਰਲੀਮੈਂਟ ਦੇ ਵਿੱਚ ਕੇਵਲ ਦੋ ਬੰਦੇ ਬੀਜੇਪੀ ਨਾਲ ਸਹਿਮਤ ਹੁੰਦੇ ਸੀਗੇ ਤੇ, ਪਰ ਜਦੋਂ ਐਨ ਡੀ ਏ ਸਰਕਾਰ ਬਣੀ ਪਹਿਲੀ ਵਾਜਪਾਈ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਜਿਹਦੇ ਚ ਭਾਜਪਾ ਕੋਲ ਭਾਵੇਂ ਬਹੁਤੀਆਂ ਸੀਟਾਂ ਨੀ ਸੀ ਪਰ ਉਹ ਸਰਕਾਰ ਬਣਾਉਣ ਚ ਸਫਲ ਹੋ ਗਏ ਸੀ, ਤਾਂ ਉਸੇ ਵੇਲੇ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ। ਤਾਂ 2002 ਦੇ ਵਿੱਚ ਉੱਥੇ ਜੋ ਕੁਛ ਮੁਸਲਮਾਨਾਂ ਨਾਲ ਹੋਇਆ ਉਹ ਕੋਈ ਭੁੱਲ ਨੀ ਸਕਦਾ, ਤੇ ਨਾ ਮੁਸਲਮਾਨ ਭੁੱਲ ਸਕਦੇ ਨੇ ਨਾ ਦੇਸ਼ ਦੇ ਬਾਕੀ ਲੋਕ ਭੁੱਲ ਸਕਦੇ ਨੇ। ਉਧਰੋਂ ਗੁਜਰਾਤ ਨੂੰ ਮੁਸਲਮਾਨਾਂ ਦੇ ਵਿਰੁੱਧ ਇੱਕ ਪ੍ਰਯੋਗਸ਼ਾਲਾ ਦੇ ਤੌਰ ਤੇ ਵਰਤਿਆ ਗਿਆ ਸੀ ਤੇ ਉੱਥੇ ਇਹ ਪ੍ਰਯੋਗ ਪਹਿਲੀ ਵਾਰ ਕੀਤਾ ਗਿਆ ਸੀ ਤੇ ਉਸ ਪ੍ਰਯੋਗ ਦਾ ਨਤੀਜਾ ਇਹ ਨਿਕਲਿਆ ਵੀ ਉੱਥੇ ਪਿਛਲੇ 30-35 ਸਾਲ ਤੋਂ ਬੀਜੇਪੀ ਦੀ ਸਰਕਾਰ ਕਾਇਮ, 22 ਸਾਲ ਤਾਂ ਇਸ ਗੱਲ ਨੂੰ, 20 ਸਾਲ ਤਾਂ ਇਸ ਗੱਲ ਨੂੰ ਹੋ ਗਏ ਵੀ ਜਿਹੜਾ ਦੰਗਿਆਂ ਤੋਂ ਬਾਅਦ 20 ਸਾਲ ਲਗਾਤਾਰ ਉਹਨਾਂ ਦੀ ਸਰਕਾਰ ਚੱਲਦੀ ਆ ਰਹੀ ਹੈ ਕਿਉਂਕਿ 2002 ਚ ਇੱਕ ਗੱਲ ਆਪਣੀ ਸੀ ਤੇ ਅੱਜ 2022 ਚੱਲ ਰਿਹਾ ਵਾ। ਤੇ ਬਿਲਕੁਲ ਇਸੇ ਤਰ੍ਹਾਂ ਹੁਣ ਕਰਨਾਟਕਾ ਦੇ ਵਿੱਚ ਵੀ ਇੱਕ ਨਵੇਂ ਨਵੇਂ ਪ੍ਰਯੋਗ ਕਰਕੇ ਦੇਖੇ ਜਾ ਰਹੇ। ਉੱਥੇ ਆਪਾਂ ਦੇਖਿਆ ਵੀ ਕਦੇ ਹਿਜ਼ਾਬ ਦਾ ਮੁੱਦਾ, ਕਦੇ ਮਤਲਬ ਕਿਸੇ ਈਸਾਈ ਧਰਮ ਦੇ ਅਦਾਰੇ ਦੇ ਉੱਤੇ ਹਮਲਾ, ਕਦੇ ਉੱਥੇ ਜਿਹੜਾ ਲਵ ਜਹਾਦ ਦੇ ਨਾਂ ਦੇ ਉੱਤੇ ਕਾਨੂੰਨ ਤੇ ਹੋਰ ਬੜਾ ਕੁਛ ਜਿਹੜਾ ਉੱਥੇ ਕੀਤਾ ਜਾ ਰਿਹਾ। ਹਾਲਾਂਕਿ ਆਪਾਂ ਪਹਿਲਾਂ ਗੱਲ ਇੱਕ ਦਿਨ ਕਰ ਚੁੱਕੇ ਹਾਂ ਵੀ ਹਿੰਦੁਸਤਾਨ ਦੀ ਸਭ ਤੋਂ ਜ਼ਿਆਦਾ ਕਰਪਟ ਮੰਨੀ ਜਾਂਦੀ ਹੈ ਕਰਨਾਟਕਾ ਦੀ ਸਰਕਾਰ, ਪਰ ਲੋਕਾਂ ਦਾ ਧਿਆਨ ਉਸ ਪਾਸੇ ਤੋਂ ਹਟਾਉਣ ਲਈ ਆਹ ਜਿਹੜੇ ਧਾਰਮਿਕ ਮੁੱਦਿਆਂ ਨੂੰ ਇੱਕ ਪ੍ਰਯੋਗਸ਼ਾਲਾ ਵੱਲੋਂ ਉੱਥੇ ਤਜਰਬੇ ਕੀਤੇ ਜਾ ਰਹੇ ਨੇ, ਇਹ ਬੜਾ ਖਤਰਨਾਕ ਟ੍ਰੈਂਡ ਜਿਹੜਾ ਦੱਖਣ ਵਾਲੇ ਪਾਸੇ ਸ਼ੁਰੂ ਹੋ ਗਿਆ। ਤੇ ਇਹਦੀ ਜੱਗ ਚ ਦੱਖਣ ਦੇ ਭਾਵੇਂ ਅਜੇ ਬਾਕੀ ਸੂਬਿਆਂ ਦੇ ਵਿੱਚ ਓਨਾ ਅਸਰ ਦਿਖਾਈ ਨਹੀਂ ਦਿੰਦਾ, ਪਰ ਜਿਹੜਾ ਇਹਦਾ ਅਸਰ ਦਿੱਲੀ ਤੱਕ ਵੀ ਦਿਖਾਈ ਦੇਣ ਲੱਗਿਆ ਤੇ ਇਹ ਕੋਈ ਅਣਗੌਲੇ ਕਰਨ ਵਾਲਾ ਹੈ ਨੀਗਾ ਜੀ। ਪਹਿਲਾਂ ਜੀ ਕੁਛ ਦਿਨ ਪਹਿਲਾਂ ਹਿੰਦੂ ਜਨ ਜਾਗ੍ਰਿਤੀ ਕਮੇਟੀ ਨੇ ਤੇ ਹਿੰਦੂ ਸੈਨਾ ਨੇ ਦੋਸ਼ ਮੜਤਾ ਬਈ ਬੰਗਲੌਰ ਦਾ ਇੱਕ ਕਲੈਰੈਂਸ ਹਾਈ ਸਕੂਲ ਹੈ ਜਿੱਥੇ ਵਿਦਿਆਰਥੀਆਂ ਉੱਤੇ ਜਬਰੀ ਬਾਈਬਲ ਥੋਪੀ ਜਾ ਰਹੀ ਆ। ਅੱਛਾ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਬਈ ਇਹ ਸਕੂਲ ਕੋਈ ਨਵਾਂ ਸਕੂਲ ਨਹੀਂ ਹੈ, ਇਹ ਆਜ਼ਾਦੀ ਤੋਂ ਵੀ ਪਹਿਲਾਂ ਦਾ, ਬਲਕਿ ਮੈਂ ਤੁਹਾਨੂੰ ਇਹ ਦੱਸਾਂ ਬਈ ਇਹ ਤਕਰੀਬਨ 108 ਸਾਲ ਪੁਰਾਣਾ ਸਕੂਲ, 1914 ਦੇ ਵਿੱਚ ਇਹਦੀ ਸਥਾਪਨਾ ਹੋਈ ਤੇ ਅੱਜ 2022 ਆ। 1914 ਦਾ ਸਥਾਪਿਤ ਹੋਇਆ ਇਹ ਸਕੂਲ, ਉੱਥੇ ਇਹ ਮੁੰਡੇ ਕੁੜੀਆਂ ਦਾ ਕੋ ਐਜੂਕੇਸ਼ਨਲ ਸਾਂਝਾ ਸਕੂਲ ਆ ਤੇ ਉਹ ਜਦੋਂ ਹੁਣ ਫਾਰਮ ਭਰਾਉਂਦੇ ਨੇ ਉਹ ਫਾਰਮ ਦੇ ਵਿੱਚ ਇੱਕ ਕਾਲਮ ਹੈ ਬਈ ਇੱਥੇ ਜਿਹੜੀ ਬਾਈਬਲ ਹੈ ਉਹ ਪੜ੍ਹਾਈ ਜਾਂਦੀ ਆ, ਉਹ ਪੜ੍ਹਾਈ ਦਾ ਹਿੱਸਾ ਹੈ ਕਿਉਂਕਿ ਸਕੂਲ ਘੱਟ ਗਿਣਤੀਆਂ ਦਾ ਸਕੂਲ ਆ, ਇਹ ਕ੍ਰਿਸਚਨਾਂ ਦਾ ਸਕੂਲ ਆ। ਉਹ ਕਹਿੰਦੇ ਵੀ ਜੇ ਕਿਸੇ ਨੂੰ ਇਤਰਾਜ ਹੈ ਤਾਂ ਉਹ ਇਤਰਾਜ ਦਾਖਲ ਕਰ ਸਕਦਾ, ਉਹ ਦਾਖਲਾ ਲੈਣ ਤੋਂ ਨਾ ਨੀ ਕਰ ਸਕਦਾ, ਇਹ ਉਹਨਾਂ ਦੇ ਸਕੂਲ ਦਾ ਨਿਯਮ ਹੈ। ਪਰ ਜਿਹੜੀਆਂ ਸੱਜੇ ਪੱਖੀ ਆ ਹਿੰਦੂ ਜਥੇਬੰਦੀਆਂ ਨੇ ਇਹਨਾਂ ਨੇ ਹੁਣ ਜਦੋਂ ਵੀ ਕਦੇ ਇਹੋ ਜਿਹਾ ਕੋਈ ਮੁੱਦਾ ਉਠਾਇਆ ਭਾਵੇਂ ਬੀਜੇਪੀ ਉਹਨਾਂ ਨਾਲ ਆਪਣੇ ਸਬੰਧਾਂ ਤੋਂ ਇਨਕਾਰ ਕਰੇ, ਹੁਣ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ, ਸੂਬੇ ਦੇ ਪ੍ਰਧਾਨ ਨੇ ਤੇ ਕੇਂਦਰੀ ਆਗੂ ਨੇ, ਉਹ ਕਹਿੰਦੇ ਵੀ ਹਿੰਦੂ ਜਨ ਜਾਗ੍ਰਿਤੀ ਕਮੇਟੀ ਹੈ ਜਿਹੜੀ, ਇਹਦੇ ਨਾਲ ਸਾਡਾ ਕੋਈ ਤਲਕ ਨੀ, ਇਹ ਸਾਡੀ ਜਥੇਬੰਦੀ ਹੋਈ ਹੈ, ਤੇ ਨਾ ਹੀ ਹਿੰਦੂ ਸੈਨਾ ਜਿਹੜੀ ਆ ਉਹ ਬੀਜੇਪੀ ਦਾ ਹਿੱਸਾ, ਉਹ ਸਾਡੀ ਜਥੇਬੰਦੀ ਨਹੀਂ ਹੈਗੀ। ਪਰ ਇਹਦੇ ਬਾਵਜੂਦ ਜਿਹੜੀ ਸੂਬੇ ਦੀ ਸਰਕਾਰ ਆ ਉਹ ਜਦੋਂ ਵੀ ਇਹੋ ਜਿਹਾ ਮੁੱਦਾ ਉੱਠਦਾ, ਚਾਹੇ ਉਹਨੂੰ ਕੋਈ ਉਠਾਵੇ, ਚਾਹੇ ਉਹ ਹਿਜ਼ਾਬ ਦਾ ਮੁੱਦਾ ਸੀ, ਚਾਹੇ ਉਹ ਜਿਹੜਾ ਮੁਸਲਮਾਨਾਂ ਦੀਆਂ ਮੰਦਰਾਂ ਦੇ ਨੇੜੇ ਦੁਕਾਨਾਂ ਬੰਦ ਕਰਾਉਣ ਦਾ ਮੁੱਦਾ ਸੀ, ਚਾਹੇ ਉਹ ਹਲਾਲ ਮੀਟ ਦਾ ਮੁੱਦਾ ਸੀ,
ਉਹਦੇ ਉੱਤੇ ਸਰਕਾਰ ਉਹਨਾਂ ਦੇ ਸਮਰਥਨ ਚ ਆ ਕੇ ਖੜ ਜਾਂਦੀ। ਇਹ ਹਮੇਸ਼ਾ ਤੋਂ ਆ ਰਿਹਾ। ਹਿੰਦੂ ਜਨ ਜਾਗਰਤੀ ਕਮੇਟੀ ਨੇ ਜਦੋਂ ਕਲੈਰੈਂਸ ਹਾਈ ਸਕੂਲ ਬੰਗਲੌਰ ਤੇ ਬਾਈਬਲ ਥੋਪਣ ਦਾ ਇਲਜ਼ਾਮ ਲਾਇਆ ਤਾਂ ਸਿੱਖਿਆ ਵਿਭਾਗ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਸੋਮਵਾਰ ਨੂੰ ਸਕੂਲ ਚ ਜਾਂਚ ਕਰਨ ਲਈ ਅਫਸਰ ਭੇਜੇ। ਬਲਾਕ ਸਿੱਖਿਆ ਅਧਿਕਾਰੀ ਸਕੂਲ ਤੋਂ ਇਸ ਮਾਮਲੇ ਚ ਰਿਪੋਰਟ ਲੈਣ ਕਰਿਆ ਗਿਆ। ਸਿੱਖਿਆ ਮੰਤਰੀ ਨੇ ਵੀ ਅਲੱਗੇ ਸੋਮਵਾਰ ਪਰਸੋਂ ਬਿਆਨ ਦਿੱਤਾ ਵੀ ਜੇਕਰ ਇਹ ਇਲਜ਼ਾਮ ਠੀਕ ਪਾਇਆ ਗਿਆ ਤਾਂ ਸਕੂਲ ਦੇ ਖਿਲਾਫ਼ ਕਾਰਵਾਈ ਹੋਊਗੀ। ਜਦਕਿ ਕਲੈਰੈਂਸ ਹਾਈ ਸਕੂਲ ਦੀ ਪ੍ਰਿੰਸੀਪਲ ਜੇਰੀ ਜਾਰਜ ਮੈਥਿਊ ਨੇ ਕਿਹਾ ਵੀ ਅਸੀਂ ਜਾਣਦੇ ਹਾਂ ਵੀ ਕੁਝ ਲੋਕ ਸਾਡੇ ਸਕੂਲ ਦੀਆਂ ਨੀਤੀਆਂ ਵਿੱਚੋਂ ਇੱਕ ਨੀਤੀ ਬਾਰੇ ਇਤਰਾਜ਼ ਪ੍ਰਗਟ ਕਰਦੇ ਨੇ ਤੇ ਪਰ ਅਸੀਂ ਉਹ ਕਹਿੰਦੇ ਕਾਨੂੰਨ ਦਾ ਪਾਲਣ ਕਰਨ ਵਾਲੇ ਲੋਕ ਹਾਂ ਤੇ ਅਸੀਂ ਆਪਣੇ ਵਕੀਲਾਂ ਨਾਲ ਸਲਾਹ ਵੀ ਕੀਤੀ ਆ ਤੇ ਅਸੀਂ ਉਹਨਾਂ ਦੀ ਸਲਾਹ ਵੀ ਪਾਲਣਾ ਵੀ ਕਰਾਂਗੇ। ਅਸੀਂ ਦੇਸ਼ ਦੇ ਕਾਨੂੰਨ ਨੂੰ ਤੋੜਨਾ ਨਹੀਂ ਹੈ। ਇਹ ਗੱਲ ਸਕੂਲ ਨੇ ਭਰੋਸਾ ਦਿੱਤਾ ਪਰ ਇਹਦੇ ਬਾਵਜੂਦ ਹਿੰਦੂ ਸੰਗਠਨ ਜਿਹੜੇ ਨੇ ਉਹ ਸਕੂਲ ਦੀ ਮਾਨਤਾ ਰੱਦ ਕਰਾਉਣ ਦੀ ਮੰਗ ਦੇ ਉੱਤੇ ਡਟੇ ਹੋਏ ਨੇ। ਸ਼੍ਰੀ ਰਾਮ ਸੈਨਾ ਦੇ ਸੰਸਥਾਪਕ ਪ੍ਰਮੋਦ ਮੁਤਲਿਕ ਅਨੁਸਾਰ ਸੋਮਵਾਰ ਨੂੰ ਉਹਨਾਂ ਨੇ ਇਲਜ਼ਾਮ ਲਾਇਆ ਵੀ ਪ੍ਰਬੰਧਕਾਂ ਨੇ ਆਪਣੇ ਘਰਾਂ ਤੇ ਚਰਚਾਂ ਵਿੱਚ ਬਾਈਬਲ ਰੱਖਣ ਨੂੰ ਕਿਹਾ ਕਿਉਂਕਿ ਜਿਹੜੀ ਉਹ ਛੋਟੀ ਪੁਸਤਕ ਜਿਵੇਂ ਡਾਇਰੀ ਹੁੰਦੀ ਹੈ ਨਾ ਉਸ ਦੇ ਵਿੱਚ ਉਹਨਾਂ ਨੇ ਬਾਈਬਲ ਜਿਹੜੀ ਉਹ ਬੱਚਿਆਂ ਨੂੰ ਦਿੱਤੀ ਹੈ ਤਾਂ ਵੀ ਉਹ ਘਰ ਲੈ ਜਾ ਸਕਦੇ ਨੇ, ਘਰ ਵੀ ਨੀ ਜਾ ਸਕਦੇ ਨੇ, ਸਕੂਲ ਚ ਵੀ ਰੱਖ ਸਕਦੇ ਨੇ। ਸਵਾਲ ਹੁਣ ਇਹ ਹੈ ਵੀ ਹਿੰਦੂ ਵਿਦਿਆਰਥੀਆਂ ਲਈ ਬਾਈਬਲ ਦਾ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਕਹਿੰਦੇ, ਜਦੋਂ ਕਿ ਇਸ ਸਕੂਲ ਦੇ ਵਿੱਚ ਜਿਹੜੇ 90% ਵਿਦਿਆਰਥੀ ਨੇ ਉਹ ਤਾਂ ਹਿੰਦੂ ਨੇ ਤੇ ਉਹ ਕਹਿੰਦੇ ਵੀ ਉਹਨਾਂ ਨੇ ਸਵਾਲ ਕੀਤਾ ਵੀ ਸਕੂਲ ਨੂੰ ਸਰਕਾਰ ਆਪਣੇ ਅਧਿਕਾਰ ਹੇਠ ਲਵੇ ਤੇ ਇਹਦੀ ਮਾਨਤਾ ਰੱਦ ਕਰੇ ਤੇ ਜਾਂ ਇੱਥੋਂ ਦੇ ਵਿਦਿਆਰਥੀਆਂ ਨੂੰ ਦੂਜੇ ਸਕੂਲਾਂ ਦੇ ਵਿੱਚ ਤਬਦੀਲ ਕਰ ਦੇਵੇ। ਇਹ ਇਲਜ਼ਾਮ ਹਿੰਦੂ ਜਨ ਜਾਗਰਤੀ ਕਮੇਟੀ ਜਿਹੜੀ ਉਹ ਲਗਾਤਾਰ ਲਾ ਰਹੀ ਤੇ ਉਹਨਾਂ ਨੇ ਇਹੀ ਕਿਹਾ ਵੀ ਜਿਹੜੇ ਦੂਜੇ ਧਰਮਾਂ ਦੇ ਲੋਕ ਨੇ ਬੱਚੇ ਨੇ ਉਹਨਾਂ ਨੂੰ ਬਾਈਬਲ ਪੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਵਾ ਤੇ ਸਾਰੇ ਵਿਦਿਆਰਥੀਆਂ ਨੂੰ ਇੱਕ ਇੱਕ ਬਾਈਬਲ ਜਿਵੇਂ ਛੋਟੀ ਪੁਸਤਕ ਦੇ ਵਿੱਚ ਦਿੱਤੀ ਹੈ ਤੇ ਰੋਜ਼ ਉਹਨੂੰ ਘਰ ਲਿਜਾਣ ਤੇ ਨਾਲ ਲੈ ਕੇ ਆਉਣ ਲਈ ਕਿਹਾ ਗਿਆ ਵਾ। ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਵੀ ਜੇ ਕੋਈ ਜਿਹੜਾ ਇਹ ਸਕੂਲ ਹੈ ਜੇ ਕੋਈ ਇਤਰਾਜ਼ ਕਰਦਾ ਤਾਂ ਉਹ ਕਹਿੰਦੇ ਕਿ ਉਹਨੂੰ ਦਾਖਲਾ ਰੱਦ ਕਰਨ ਦੀ ਧਮਕੀ ਵੀ ਦਿੱਤੀ ਜਾਂਦੀ ਹੈ ਸਕੂਲ ਵੱਲੋਂ ਤੇ ਕਮੇਟੀ ਨੇ ਇਹ ਵੀ ਇਲਜ਼ਾਮ ਲਾਤਾ ਵੀ ਸਕੂਲ ਜਿਹੜਾ ਵਾ ਉਹ ਸੰਵਿਧਾਨ ਦੀ ਧਾਰਾ 25 ਦੀ ਉਲੰਘਣਾ ਕਰਦਾ ਤੇ ਇਹਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਇਹ ਕਦਮ ਸੁਪਰੀਮ ਕੋਰਟ, ਕਰਨਾਟਕ ਸਿੱਖਿਆ ਕਾਨੂੰਨ ਤੇ ਬਾਲ ਸੁਰੱਖਿਆ ਕਾਨੂੰਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਉਲੰਘਣਾ ਕਰਦਾ। ਕਮੇਟੀ ਨੇ ਸਿੱਖਿਆ ਮੰਤਰੀ ਵੀਸੀ ਨਾਗੇਸ਼ ਤੋਂ ਇਸ ਮਾਮਲੇ ਚ ਗੈਰ ਈਸਾਈ ਵਿਦਿਆਰਥੀਆਂ ਨੂੰ ਈਸਾਈ ਧਰਮ ਦਾ ਉਪਦੇਸ਼ ਜ਼ਬਰਦਸਤੀ ਉਹਨਾਂ ਦੇ ਉੱਤੇ ਥੋਪਣ ਕਰਕੇ ਸਕੂਲ ਦੀ ਮਾਨਤਾ ਰੱਦ ਕਰਨ ਲਈ ਕਿਹਾ ਤੇ ਇਹਦੇ ਬਾਰੇ ਮੰਤਰੀ ਨੇ ਸਪਸ਼ਟ ਕੀਤਾ ਵੀ ਜੇ ਸਕੂਲਾਂ ਚ ਬਾਈਬਲ ਪੜ੍ਹਾਉਣਾ ਲਾਜ਼ਮੀ ਜਿਹੜਾ ਕਰਨ ਦਾ ਕੋਈ ਵਿਧਾਨ ਨਹੀਂ ਹੈ, ਕੋਈ ਕਾਨੂੰਨ ਨਹੀਂ ਹੈ, ਜੇਕਰ ਇਹ ਸੱਚ ਹੋਇਆ ਤਾਂ ਅਸੀਂ ਸਕੂਲ ਦੇ ਖਿਲਾਫ਼ ਕਾਰਵਾਈ ਕਰਾਂਗੇ। ਜਦਕਿ ਇਹੀ ਬੀਜੇਪੀ ਖੁਦ ਇਹ ਗੱਲ ਕਹਿੰਦੀ ਹੈ ਵੀ ਕਰਨਾਟਕਾ ਦੇ ਵਿੱਚ ਹੀ ਕਰਨਾਟਕਾ ਦੀ ਸਰਕਾਰ ਕਹਿੰਦੀ ਹੈ ਵੀ ਅਸੀਂ ਇੱਥੇ ਸਕੂਲਾਂ ਦੇ ਵਿੱਚ ਭਗਵਤ ਗੀਤਾ ਜਿਹੜੀ ਆ ਉਹਨੂੰ ਅਸੀਂ ਸਿਲੇਬਸ ਦਾ ਹਿੱਸਾ ਬਣਾਵਾਂਗੇ, ਉਹ ਬੱਚਿਆਂ ਲਈ ਪੜ੍ਹਨੀ ਲਾਜ਼ਮੀ ਹੋਊਗੀ। ਕੀ ਉਦੋਂ ਜਿਹੜੀ ਧਾਰਾ 25 ਆ ਉਹਦੀ ਉਲੰਘਣਾ ਨਹੀਂ ਹੋਊਗੀ? ਕੀ ਉਦੋਂ ਅਧਿਕਾਰਾਂ ਦੀ ਦੁਰਵਰਤੋਂ ਨਹੀਂ ਹੋਊਗੀ? ਸਵਾਲ ਤੁਹਾਡਾ ਜੀ ਇਹ ਆ ਬਈ ਕਰਨਾਟਕਾ ਦੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੀ ਗੱਲ ਹੋਵੇ ਕਿਸੇ ਵੀ ਘੱਟ ਗਿਣਤੀ ਸੰਸਥਾ ਨਾਲ ਜੁੜੇ ਮੁੱਦਿਆਂ ਨੂੰ ਇਸੇ ਤਰੀਕੇ ਨਾਲ ਵਾਰ ਵਾਰ ਉਛਾਲਿਆ ਜਾ ਰਿਹਾ। ਇਹਦੀ ਸ਼ੁਰੂਆਤ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ 1000 ਤੋਂ ਹੋਈ ਸੀ, ਫਿਰ ਪਹਿਲਾਂ ਸਕੂਲਾਂ ਕਾਲਜਾਂ ਦੇ ਵਿੱਚ 1000 ਦਾ ਵਿਰੋਧ ਸ਼ੁਰੂ ਹੋਇਆ ਤੇ ਬਾਅਦ ਦੇ ਵਿੱਚ ਸਰਕਾਰ ਵੀ ਉਹਦੇ ਵੀ ਪਿੱਛੇ ਆ ਗਈ ਤੇ ਸਰਕਾਰ ਨੇ ਵੀ ਖੁਦ ਕਹਿਤਾ ਵੀ ਇਹ ਸਕੂਲਾਂ ਦੀ ਵਰਦੀ ਦਾ ਇਹ ਕੋਡ ਆ, ਇਹਨੂੰ ਤਾਂ ਲਾਗੂ ਕਰਨਾ ਪਏਗਾ। ਤੇ ਹੁਣ ਭਾਜਪਾ ਸਰਕਾਰ ਜਿਹੜੀ ਆ ਉਹ ਡਟ ਕੇ ਇਸ ਮਾਮਲੇ ਦੇ ਵਿੱਚ ਦੋਨਾਂ ਮਾਮਲਿਆਂ ਦੇ ਵਿੱਚ ਉਹਨਾਂ ਦੇ ਖਿਲਾਫ਼ ਨਿਤਰੀ ਹੋਈ ਹੈ। ਤੇ ਇਸ ਤੋਂ ਪਹਿਲਾਂ ਆਪਾਂ ਉਹ ਵੀ ਦੇਖਿਆ ਵੀ ਹਲਾਲ ਮੀਟ ਦਾ ਮੁੱਦਾ ਭੜਕਿਆ, ਫਿਰ ਹਿੰਦੂ ਜਿਹੜੇ ਹਿੰਦੂ ਸੰਗਠਨ ਨੇ ਇਹ ਵੀ ਨਾਰਾ ਦਿੱਤਾ ਵੀ ਮੁਸਲਮਾਨਾਂ ਦੀ ਦੁਕਾਨ ਤੋਂ ਕੋਈ ਚੀਜ਼ ਨਾ ਖਰੀਦੀ ਜਾਵੇ। ਤੇ ਬਾਅਦ ਦੇ ਵਿੱਚ ਜਿਹੜੇ ਹਿੰਦੂ ਮੰਦਿਰ ਸੀ ਉਹਨਾਂ ਦੇ ਵਿੱਚ ਜਿਹੜੇ ਸਾਲਾਨਾ ਮੇਲੇ ਲੱਗਦੇ ਨੇ ਜਾਂ ਧਾਰਮਿਕ ਸਮਾਗਮ ਹੁੰਦੀ ਨੇ ਦੁਬਾਰਾ ਜੀ, ਉਹਨਾਂ ਦੇ ਵਿੱਚ ਮੁਸਲਮਾਨ ਦੁਕਾਨਦਾਰਾਂ ਨੂੰ ਬੋਲੀ ਦੇਣ ਤੋਂ ਬਿਨਾਂ ਕਰਤੋਂ ਦੁਕਾਨ ਨਹੀਂ ਲਾ ਸਕਦੇ। ਇਹਦਾ ਵੀ ਹੋਇਆ ਤੇ ਮੁੜ ਕੇ ਇਸ ਗੱਲ ਨੂੰ ਵੀ
सरकार ने जायज ठहराया। फिर उस बाद एक वड्डा मुद्दा होर छेड़ लिया भी अजान वेले लाउड स्पीकर लाउण का मामला उठा लिया। तो हम हनुमान चालीसा का विवाद भी कर्नाटक जोर बढ़ रहा वा। हिंदू संगठन जोड़े ने वह कहें भी जे पांच वक्त की नमाज मुसलमान अपनिया मस्जिदों के पढ़ गए अपनिया मस्जिदों के पढ़ गए तो असी वो बाहर जाके हनुमान चालीसा स्पीकर ला के सुनावे। ये जरा सारा कुछ आने के हाँ जरा बाइबल का विवाद खड़ा कर लिया। इतों एक गल साफ पता लगती है कि बीजेपी जी कर्नाटक घट गिनतियों के खिलाफ जेडे नवे नवे प्रयोग करने एक प्रयोगशाला के तौर पर वर्तना चाहती है जिदे खिलाफ आप कल गल करा कोशिश करा मैं सारे जे तथ्य ने थोड़े सामने रखा भी देश के दे सौ तो ज्यादा जेडे सबका नौकरशाह ने आईएएस पत्र बड़े विद्वान सबका जज उन्होंने प्रधानमंत्री भी इस मामले के उत्ते चुप के उत्ते सवाल उठाए ने और उन्होंने एक चिट्ठी लिखी है उस चिट्ठी की चर्चा आप कल करा जी बिल्कुल करांगे जी। प्रधानमंत्री की चुप ते केजरीवाल की चुप के उत्ते भी कल चर्चा होगी हुण समा इजाजत नहीं दे रहा यह दो चुपां दे उत्ते चुप तोड़ांगे रल के कल नूं देखदे आं गल किधर जांदी है। बिल्कुल केजरीवाल की चुप की भी चर्चा कल नूं करांगे लाड़ी करांगे करांगे जी जरूर बिल्कुल। सो गिल साहब हुण समा इजाजत नहीं दिंदा दिओ इजाजत कल नूं मिलण दे बाद नाल सति श्री अकाल जी। बहुत मेहरबानी तुहाडा जी सति श्री अकाल। कोई नी जी जल मैं थोन फोन करूंगा लाइट ऑन कर दिया करूंगा इधरले पास ठीक है जी मेहर शुक्रिया धन्यवाद। बई केड़िया सोचा डुबिया पिया हो ट्रक किवें चलदा तेरा। ओ यार ट्रक बारे सोच रहा सी लोड भी तैयार है कल नू जाना भी है पर अलाइनमेंट कराउन वाली पई है नाले ट्रक दे टायर कसे जे पए है समझ नहीं आउंदी भी हुण इन्नी छेती काम किवें करावां या फिर लोड किसे होर नू देना पऊ। हुण ना ना भाई क्यों नुकसान करदा है मेनू लगदा है तुसी गिल टायर सेंटर वाले बारे नहीं सुनिया 24/7 सर्विस है उन्हां दी। लै भाई फिर तां मैं अज ही जाना गिल टायर सेंटर वाले कोले। गिल टायर सेंटर 24/7 रोड साइड असिस्टेंट विद इन GTA ओ भी कॉम्पिटिटिव प्राइसेस ऑफ टायर्स अते बहुत घट इंस्टॉलेशन फीस। गिल टायर सेंटर ते तुहानू मिलदी है सुविधा व्हील बैलेंसिंग कार SUV ट्रक अते ट्रेलर व्हील अलाइनमेंट नवे अते यूज टायर्स भी तुहानू इत्थों मिलदे हन। इत्थों तुहानू मिलदा है हर ब्रांड दा टायर नॉर्थ अमेरिकन चाइनीज फिलीपींस। जे अपनी कार दे टायरां नू चार चंद लाने होन ता हमेशा याद रखो गिल टायर सेंटर। अज ही कॉल करो गिल टायर सेंटर 647-987-0066 नंबर एक बारी फिर नोट कर लो 647-987-0066। भाई ट्रक चलाउंदे हन ता टाइम बहुत हो गया पर कोई एह जी कंपनी दस जेड़ी पे भी वधिया देवे ते नाले यार स्टेरिंग ते बह के नवी गड्डी चलाउण दा नजारा भी आवे। लगदा तू बुट्टर कैरियर बारे नहीं सुनिया। ओ कड़े यार बुट्टर कैरियर। ओ बाई जी बुट्टर कैरियर वाले 60 सेंट तो ता शुरू कर दे ने डालस तो कैलिफोर्निया ते नॉर्थ ईस्ट ते एक साल बाद वधिया बोनस दिंदे है। तू ना मेरी गल मन तू DC बुट्टर हुणा नू कॉल कर ला नंबर नोट कर 408-590-6732 नंबर एक बारी फिर नोट कर ला DC बुट्टर हुणा दा 408-590-6732। अपने राकेश पाजी किन्ने चंगे ने सुनीता भैन जी दा किन्ना ध्यान रखदे ने। एदा दा की करता राकेश ने जेड़े तू ओदे तरीफां दे पुल बन्नी जानी है। सुनीता भैन जी दी लाइफ नू पूरी तरह सिक्योर करता उना ने। ओ किदा इंश्योरेंस करा के घर दी गड्डी दी हेल्थ दी सब सिक्योर है उना दी फैमिली दा। पर इंश्योरेंस कराइए किस तो तेनू ता पता ही है टर्म्स एंड कंडीशन वाले चक्कर च पहला कुछ होर ते बाद च कुछ होर निकलदा है। फिर तुसी एक बार पॉल इंश्योरेंस वाले पॉल तनेजा जी नू जरूर मिलो। ट्रकिंग वाले वीरा लई ऑटो ते होम इंश्योरेंस ते स्पेशल डिस्काउंट नाल ही जे तुसी किसे होर प्रोफेशन जिवे रियल स्टेट मॉर्गेज अकाउंटिंग या नर्स दी फील्ड विच काम करदे हो ता अपनी गड्डियां दी इंश्योरेंस 51% तक घट करवा सकदे हो। डिसेबिलिटी ते स्पेशल पैकेज अवेलेबल है। वर्क परमिट वाले भी डिसेबिलिटी ते लाइफ इंश्योरेंस ले सकदे हैं। अपने प्रोफेशन ते डिस्काउंट बारे जानने लई इन्हां नू जरूर पुछो।
Pauls Insurance Broker dealing with auto, home, disability, super visa life ते हर तरह दी insurance. आज ही call करो 647-408-4039. नंबर फिर नोट कर लो 647-408-4039 या साड़ी website ते visit करो paulsinsurance.ca. So याद रखो Pauls Insurance insure भी ते secure भी. ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਹਾਂਜੀ, ਬਹੁਤ ਵਧੀਆ ਜੀ. ਸਾਡੇ ਕੋਲ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਜੀ. ਸ਼ੁਕਰੀਆ. ਟਾਣਾ ਸਾਹਿਬ, ਪਤਾ ਲੱਗਿਆ ਲੂ ਦੇ ਤੱਤੀ ਲੂ ਦੇ ਨਾਲ ਤਪਣ ਲੱਗ ਪਿਆ ਸਾਰਾ ਪੰਜਾਬ. ਪਾਰਾ 42 ਡਿਗਰੀ ਤੋਂ ਟੱਪ ਚੁੱਕਿਆ. ਮੌਸਮ ਵਿਭਾਗ ਕਹਿੰਦਾ ਆਉਣ ਵਾਲੇ ਦਿਨਾਂ ਚ ਗਰਮੀ ਵੱਧ ਸਕਦੀ ਹੈ, ਅਜੇ ਜੂਨ ਜੁਲਾਈ ਆਉਣੀ ਹੈ ਜੀ. ਬਿਲਕੁਲ ਜੀ, ਇਹ ਗੱਲ ਸੱਚੀ ਹੈ ਕਿ ਪੰਜਾਬ ਤਪਣ ਲੱਗ ਪਿਆ ਪੂਰਾ, ਜਿਵੇਂ ਨਾ ਤੰਦੂਰ ਦੇ ਵਿੱਚ ਹੁੰਦਾ ਪੰਜਾਬ ਇਉਂ ਲੱਗਣ ਲੱਗ ਗਿਆ. ਵੀ ਜਦੋਂ ਹੁਣ ਤੁਸੀਂ ਦੋ ਪਹੀਆ ਵਾਹਨ ਤੇ ਜਾਂਦੇ ਆ ਤਾਂ ਮੂੰਹ ਦੇ ਉੱਤੇ ਚਪੇੜਾ ਵਾਲੀ ਵੱਜਦੀ ਤੱਕੀ ਹਵਾ. ਬੱਸ ਦੇ ਵਿੱਚ ਸਫ਼ਰ ਕਰਕੇ ਵੇਖੀਏ ਤਾਂ ਜਿਹੜੇ ਪਾਸੀਆਂ ਸ਼ੀਸ਼ੇ ਆ ਉਹਦੇ ਥਾਣੀ ਜਲੂਸ ਨਿਕਲ ਜਾਂਦਾ ਬੰਦੇ ਦੇ ਮੂੰਹ ਤੇ ਤੱਤੀ ਵਾ ਵੱਜ ਵੱਜ ਕੇ. ਦੋ ਪਹੀਆ ਵਾਹਨ ਵਾਲੇ ਬੜੇ ਪਰੇਸ਼ਾਨ ਆ, ਤੇ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਸਲਾਮ ਆ, ਜਿਹੜੇ ਇੰਨੇ ਟੈਂਪਰੇਚਰ ਦੇ ਵਿੱਚ ਵੀ ਕੰਮ ਕਰਦੇ ਆ. ਪੰਜਾਬ ਦੇ ਵਿੱਚ 43 ਡਿਗਰੀ ਤੱਕ ਟੈਂਪਰੇਚਰ ਹੋ ਗਿਆ, 45 ਤੱਕ. ਤੇ ਪੰਜਾਬ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 41 ਤੋਂ ਲੈ ਕੇ 45 ਡਿਗਰੀ ਤੱਕ ਟੈਂਪਰੇਚਰ ਹੋਣ ਦੀ ਪੂਰੀ ਪੂਰੀ ਆਸ ਆ. ਸੋ ਬੜਾ ਬੁਰਾ ਹਾਲ ਹੈ ਇਸ ਵੇਲੇ, ਤੇ ਉਧਰੋਂ ਬਿਜਲੀ ਦੇ ਕੱਟ ਬੜੇ ਲੱਗ ਰਹੇ ਆ. ਹੁਣ ਪੂਰੀ ਰਾਤ ਜਲੰਧਰ ਦੇ ਅੱਧੇ ਹਿੱਸੇ ਦੇ ਵਿੱਚ ਲਾਈਟ ਨਹੀਂ ਆਈ, ਭਾਵੇਂ ਸ਼ਹਿਰ ਹੋਵੇ ਭਾਵੇਂ ਪਿੰਡ ਹੋਵੇ. ਤੇ ਪੰਜ ਛੇ ਛੇ ਸੱਤ ਸੱਤ ਘੰਟੇ ਦੇ ਬਿਜਲੀ ਦੇ ਕੱਟ ਲੱਗ ਰਹੇ ਆ. ਉਧਰ ਪਤਾ ਲੱਗਾ ਜੀ ਪੰਜਾਬ ਦੇ ਵਿੱਚ ਥਰਮਲ ਪਲਾਂਟਾਂ ਦੇ ਕੁਝ ਹਿੱਸੇ ਖਰਾਬ ਵੀ ਹੋ ਪਏ ਆ, ਉਧਰੋਂ ਕੋਲੇ ਦੀ ਕਿੱਲਤ ਵੀ ਚੱਲ ਰਹੀ ਹੈ. ਬਸ ਸਵਾਲ ਤਾਂ ਇੱਕੋ ਆ ਵੀ ਜੇਕਰ ਹੁਣੇ ਇੰਨਾ ਬੁਰਾ ਹਾਲ ਆ ਵੀ ਬਿਜਲੀ ਦੀ ਖਪਤ ਹੈ ਜਿਹੜੀ ਉਹਦੇ ਮੁਤਾਬਕ ਜਿਹੜੀ ਮੰਗ ਜਿਹੜੀ ਆ ਉਹ ਪੂਰੀ ਨਹੀਂ ਹੋ ਰਹੀ, ਤਾਂ ਜਦੋਂ ਇਹ ਝੋਨਿਆਂ ਦਾ ਕੰਮ ਸ਼ੁਰੂ ਹੋ ਗਿਆ ਉਹ ਹੁੰਦਾ 10 ਜੂਨ ਤੋਂ ਝੋਨਾ ਲਾਉਣ ਦਾ ਕੰਮ ਸ਼ੁਰੂ ਹੋ ਜਾਂਦਾ, ਤੇ ਉਦੋਂ ਬਿਜਲੀ ਦੀ ਚਾਹੀਦੀ ਹੁੰਦੀ ਬੜੀ ਮੰਗ ਹੁੰਦੀ ਹੈ, ਤੇ ਉਦੋਂ ਫਿਰ ਮੰਗ ਕਿਵੇਂ ਪੂਰੀ ਹੋਊਗੀ ਇਹ ਹੈ. ਪਰ ਬਿਜਲੀ ਦੇ ਐਤਕੀ ਲੋਕਾਂ ਨੂੰ ਬੜਾ ਤੰਗ ਪਰੇਸ਼ਾਨ ਕੀਤਾ, ਤੇ ਉਧਰੋਂ ਗਰਮੀ ਨੇ ਪੂਰੇ ਵੱਟ ਕੱਢੇ ਪਏ ਜੀ. ਜੀ ਬਿਲਕੁਲ ਬਿਲਕੁਲ, ਰੱਬ ਖੈਰ ਕਰੇ, ਕਿਉਂਕਿ ਆਉਣ ਵਾਲੇ 3-4 ਮਹੀਨੇ ਗਰਮੀ ਵਾਲੇ ਨੇ. ਮੈਂ ਖਾਸ ਕਰਕੇ ਸਾਡੇ ਵਿਦੇਸ਼ੀ ਭਰਾਵਾਂ ਨੂੰ ਬੇਨਤੀ ਕਰੂੰਗਾ, ਭਾਈ ਆਪਣੇ ਬੱਚਿਆਂ ਨੂੰ ਸੋਚ ਸਮਝ ਕੇ ਲੈ ਕੇ ਜਾਇਓ. ਆਪਾਂ ਤਾਂ ਕੱਟ ਲੈਂਦੇ ਹਾਂ ਗਰਮੀ ਸਰਦੀ, ਪਰ ਬੱਚਿਆਂ ਲਈ ਕੱਟਣੀ ਬਹੁਤ ਔਖੀ ਹੋ ਜਾਂਦੀ ਹੈ, ਖਾਸ ਕਰਕੇ ਛੋਟੀ ਉਮਰ ਦੇ ਬੱਚਿਆਂ ਨੂੰ. ਸੋ ਪਲੀਜ਼, ਜੇ ਤੁਸੀਂ ਆਪਣਾ ਇੰਡੀਆ ਜਾਣ ਦਾ, ਭਾਰਤ ਜਾਣ ਦਾ ਇਰਾਦਾ ਬਦਲ ਲਵੋ ਜਾਂ ਬੱਚਿਆਂ ਨੂੰ ਨਾ ਲੈ ਕੇ ਜਾਵੋ ਤਾਂ ਚੰਗੀ ਗੱਲ ਹੈ, ਅੱਗੇ ਤੁਹਾਡੀ ਮਰਜ਼ੀ. ਟਾਣਾ ਸਾਹਿਬ, ਨਵਜੋਤ ਸਿੱਧੂ ਭਗਵੰਤ ਮਾਨ ਤੇ ਹੁਣ ਕਾਫੀ ਤੱਤੇ ਹੋਏ ਫਿਰਦੇ ਨੇ, ਕਹਿੰਦੇ ਭਗਵੰਤ ਮਾਨ ਐਲਾਨਵੰਤ ਹੋ ਗਿਆ. ਦੇਖੋ ਗੱਲ ਇਹ ਵੀ ਸਿੱਧੂ ਸਾਹਿਬ ਦੀ ਹੁਣ ਸਹੀ ਗੱਲ ਵੀ ਗਲਤ ਲੱਗਦੀ ਹੈ, ਤੇ ਗਲਤ ਤਾਂ ਗਲਤ ਲੱਗਦੀ ਹੈ. ਇਹਦਾ ਕਾਰਨ ਇਹ ਵੀ ਸਿੱਧੂ ਸਾਹਿਬ ਨੇ ਕਦੇ ਕਿਸੇ ਬੰਦੇ ਦੀ ਸਿਫਤਾ ਕੀਤੀ ਨਹੀਂ ਵੀ ਆਹ ਬੰਦਾ ਤਾਂ ਹੀਰਾ, ਆਹ ਬੰਦਾ ਮੈਨੂੰ ਬਹੁਤ ਵਧੀਆ ਲੱਗਦਾ, ਆਹ ਬੰਦੇ ਨਾਲ ਮਿਲ ਕੇ ਮੇਰਾ ਕੰਮ ਕਰਨ ਨੂੰ ਵੀ ਕਰਦਾ, ਇਸ ਬੰਦੇ ਵਾਂਗੂ ਸਾਨੂੰ ਕੰਮ ਕਰਨਾ ਚਾਹੀਦਾ. ਉਹਨਾਂ ਦੀ ਨਜ਼ਰ ਵਿੱਚ ਕੈਪਟਨ ਵੀ ਗਲਤ, ਚੰਨੀ ਵੀ ਗਲਤ, ਰਾਜਾ ਵੜਿੰਗ ਵੀ ਗਲਤ, ਪ੍ਰਤਾਪ ਸਿੰਘ ਬਾਜਵਾ ਵੀ ਗਲਤ, ਉਧਰ ਉਹਦੀ ਨਜ਼ਰ ਦੇ ਵਿੱਚ ਵੀ ਭਗਵੰਤ ਮਾਨ ਵੀ ਗਲਤ, ਸੁਖਜਿੰਦਰ ਸਿੰਘ ਰੰਧਾਵਾ ਵੀ ਗਲਤ, ਵੀ ਕਿਹੜਾ ਬੰਦਾ ਜਿਹੜਾ ਉਹਨਾਂ ਦੀ ਨਜ਼ਰ ਦੇ ਵਿੱਚ ਸਹੀ ਹੋਊਗਾ. ਤੇ ਸਿੱਧੂ ਸਾਹਿਬ ਦੀ ਨਜ਼ਰ ਦੇ ਵਿੱਚ ਸਹੀ ਸਿਰਫ ਉਹ ਆਪ ਹੀ ਹੈ. ਮੈਂ ਇਹਨੂੰ ਕਹਿੰਦਾ ਵੀ ਭਗਵੰਤ ਮਾਨ ਕੋਈ ਗੁਰਾਂ ਦੀ ਦੁਸ਼ਮਣੀ ਹੈ ਜਾਂ ਉਹਦੇ ਕਮਾਲ ਕਰਤੀ ਹੈ, ਪਰ ਗੱਲ ਇਹ ਵੀ ਸਿੱਧੂ ਸਾਹਿਬ ਤਾਂ ਹਮੇਸ਼ਾ ਨੂੰ ਰੋਕੀ ਕੱਢਦੇ ਆ, ਵੀ ਨੁਕਸੇ ਕੱਢਦੇ ਆ. ਹੁਣ ਸਿੱਧੂ ਸਾਹਿਬ ਆ ਜਿਹੜੇ ਉਹ ਗਰਮ ਹੋ ਗਏ ਆ ਭਗਵੰਤ ਮਾਨ ਤੇ, ਉਹ ਕਦੇ ਵੀ ਭਗਵੰਤ ਮਾਨ ਵਾਰ ਵਾਰ ਕਹਿੰਦਾ ਹੁਣ ਅਸੀਂ ਹਰੇ ਰੰਗ ਦਾ ਪਿੰਡ ਮੇਰਾ ਲੋਕਾਂ ਵਾਸਤੇ ਚੱਲੂਗਾ ਹੁਣ ਚਲਾਵੇ, ਇੰਨੇ ਐਲਾਨ ਕੀਤੇ ਆ. ਇਹਨੇ ਇਹਨਾਂ ਐਲਾਨਾਂ ਦੇ ਵਿੱਚੋਂ ਨੋਟੀਫਿਕੇਸ਼ਨ ਕਿੰਨੇ ਜਾਰੀ ਕੀਤੇ ਆ, ਇਹ ਐਲਾਨਵੰਤ ਸਿੰਘ ਬਣ ਕੇ ਰਹਿ ਗਿਆ. ਤੇ ਨਾਲ ਹੀ ਇਹ ਗੱਲ ਕਹੀ ਵੀ ਭਗਵੰਤ ਮਾਨ ਤਾਂ ਨਿੱਕੀ ਜੀ ਗੱਲ ਹੁੰਦੀ ਜਾ ਕੇ ਦਿੱਲੀ ਵਾਲਿਆਂ ਦੇ ਪੈਰੀ ਪੈ ਜਾਂਦਾ, ਇਹ ਭਾਈ ਦੱਸੋ ਉਹਨਾਂ ਨੂੰ ਕੀ ਕਰਨਾ ਚਾਹੀਦਾ. ਸੋ ਇੱਦਾਂ ਦੀਆਂ ਗੱਲਾਂ ਉਹਨਾਂ ਨੇ ਕਹੀਆਂ. ਪਰ ਉਧਰੋਂ ਭਗਵੰਤ ਮਾਨ ਨੇ ਵੀ ਮੋੜਵਾ ਉੱਤਰ ਦਿੱਤਾ ਨਵਜੋਤ ਸਿੱਧੂ ਨੂੰ. ਉਹ ਕਹਿੰਦੇ ਵੀ ਸਿੱਧੂ ਸਾਹਿਬ ਤੁਸੀਂ ਕਹਿ ਰਹੇ ਹੈ ਵੀ ਪੰਜਾਬ ਦੇ ਵਿੱਚ ਬਿਜਲੀ ਕਮੀਓ 13 ਵਜੇ ਕਰਦੇ, ਜਦੋਂ ਇਹ ਰੱਦ ਹੋ ਸਕਦੇ ਸੀ ਤੁਸੀਂ ਉਹਦਾ ਬਿਜਲੀ ਮੰਤਰੀ ਵਾਲਾ ਅਹੁਦਾ ਕਿਉਂ ਸਾਂਭਿਆ?
ਕਿੰਨੇ ਸਾਲ ਤੁਹਾਡਾ ਓਦਾਂ ਖਾਲੀ ਪਿਆ ਰਿਹਾ ਤੇ ਹੁਣ ਤੁਹਾਨੂੰ ਪੰਜਾਬ ਦੇ ਮਸਲੇ ਚਿੱਟੇ ਆਉਂਦੇ ਆ। ਦੂਜੀ ਗੱਲ ਇਹ ਕਹੀ ਜਾਣੇ ਵੀ ਤੁਸੀਂ ਪਹਿਲਾਂ ਆਪਦੇ ਧੜੇ ਨੂੰ ਕਾਂਗਰਸ ਪਾਰਟੀ ਕੋਲੋਂ ਮਾਨਤਾ ਦਵਾ ਲਓ, ਕਿਉਂਕਿ ਪਿਛਲੇ ਦਿਨ ਉਹਨੇ ਰਾਜਪੁਰੇ ਦੇ ਖਰਬਲ ਪਲਾਂਟ ਦੇ ਮੂਹਰੇ ਧਰਨਾ ਦਿੱਤਾ ਸੀ ਵੀ ਭਾਈ ਕੱਟ ਪੰਜਾਬ ਚ ਬੜੇ ਲੱਗ ਰਹੇ ਆ। ਉਹ ਧਰਨਾ ਸਿੱਧੂ ਸਾਹਿਬ ਦਾ ਆਪਦੇ ਧੜੇ ਦਾ ਸੀ, ਨਾ ਕਿ ਉਹ ਧਰਨਾ ਸੀਗਾ ਇੱਧਰ ਕਾਂਗਰਸ ਪਾਰਟੀ ਦਾ। ਰਾਜਾ ਵੜਿੰਗ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਵੀ ਸਿੱਧੂ ਸਾਹਿਬ ਤਾਂ ਧਰਨਾ ਲਾ ਰਹੇ ਆ, ਉਹ ਕਹਿੰਦੇ ਵੀ ਇਹ ਕਾਂਗਰਸ ਦਾ ਧਰਨਾ ਨੀਗਾ, ਇਹ ਇਹਨਾਂ ਦਾ ਆਪਣਾ ਨਿੱਜੀ ਹੋਊਗਾ। ਤੇ ਭਗਵੰਤ ਨੇ ਕਿਹਾ ਜੀ ਪਹਿਲਾਂ ਤੁਸੀਂ ਆਪਦੇ ਧੜੇ ਨੂੰ ਕਾਂਗਰਸ ਦੀ ਮਾਨਤਾ ਦਵਾ ਲਓ ਤੇ ਅਗਲੇ ਕੰਮ ਫੇਰ ਕਰ ਲਿਓ। ਬਿਲਕੁਲ ਸਹੀ ਗੱਲ ਕੀਤੀ ਉਹਨਾਂ ਨੇ। ਉਧਰ ਭਗਵੰਤ ਮਾਨ ਕਈ ਪਾਸੋਂ ਘੇਰਨ ਦੀ ਹਰ ਇੱਕ ਬੰਦਾ ਉਹਨਾਂ ਨੂੰ ਕੋਸ਼ਿਸ਼ ਕਰਦਾ। ਉਹ ਕਹਿੰਦੇ ਜੀ ਕੋਵਿਡ 19 ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ ਹੈ, ਭਗਵੰਤ ਮਾਨ ਕਹਿੰਦਾ। ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਕੋਰੋਨਾ ਜਿਹੜੀ ਆ ਅੰਡਰ ਕੰਟਰੋਲ। ਜੀ ਹਾਂ ਬਿਲਕੁਲ ਜੀ, ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਗੱਲਬਾਤ ਕੀਤੀ ਆ ਤੇ ਭਾਰਤ ਦੇ ਵਿੱਚ ਕੋਰੋਨਾ ਦੇ ਕੇਸ ਕਿਉਂਕਿ ਹੌਲੀ 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 ਫੇਰ ਵੱਧ ਰਹੇ ਆ। ਕਿਸੇ ਸੂਬੇ ਦੇ ਵਿੱਚ ਦਰਜਨਾਂ ਦੇ ਹਿਸਾਬ ਤੇ, ਕਿਸੇ ਸੂਬੇ ਦੇ ਵਿੱਚ ਸੈਂਕੜਿਆਂ ਦੇ ਹਿਸਾਬ ਦੇ ਉੱਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਤੇ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਗੱਲ ਕਹੀ ਜੀ ਕਿ ਅੰਡਰ ਕੰਟਰੋਲ ਆ ਪੰਜਾਬ ਦੇ ਵਿੱਚ ਕੋਰੋਨਾ। ਪੰਜਾਬ ਦੇ ਵਿੱਚ ਬਹੁਤ ਗਿਣਤੀ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ, ਬਹੁਤੇ ਲੋਕਾਂ ਦੇ ਦੋਵੇਂ ਦੋਵੇਂ ਡੋਜ਼ਾਂ ਲੱਗ ਚੁੱਕੀਆਂ, ਕਈਆਂ ਦੀ ਇੱਕ ਇੱਕ ਲੱਗੀ ਹੈ, ਕੋਈ ਵਿਰਲਾ ਕਾਵਾਂ ਰਹੀਆਂ ਹੋਣਾ ਉਦੋਂ ਵੀ ਲਾ ਦਿਆ ਜੀ। ਪਰ ਇਸ ਤੋਂ ਬਾਅਦ ਡਾਕਟਰ ਵਿਜੇ ਸਿੰਗਲਾ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਅੰਡਰ ਕੰਟਰੋਲ ਆ ਕੋਰੋਨਾ ਬਿਲਕੁਲ। ਤੇ ਅਗਲੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਮਾਸਕ ਸਾਰਿਆਂ ਨੂੰ ਪਾਉਣਾ ਚਾਹੀਦਾ, ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ। ਪਰ ਜਿਹੜੇ ਲੋਕ ਮਾਸਕ ਨਹੀਂ ਪਾਉਂਦੇ ਇਹਦਾ ਮਤਲਬ ਇਹ ਵੀ ਕਿ ਜੁਰਮਾਨਾ ਹੋਊਗਾ, ਪਰ ਫਿਰ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਮਾਸਕ ਪਾਉਣਾ ਚਾਹੀਦਾ ਜੀ। ਬਿਲਕੁਲ ਬਿਲਕੁਲ ਹੋਣਾ ਵੀ ਚਾਹੀਦਾ। ਉਧਰ ਟਹਿਣਾ ਸਾਹਿਬ ਖਬਰਾਂ ਤਾਂ ਇੱਕ ਇਹ ਵੀ ਆਈ ਸੀ ਕੱਲ ਪਰਸੋਂ ਵੀ ਭਗਵੰਤ ਮਾਨ ਨੂੰ ਬੰਬ ਨਾਲ ਉਡਾਉਣ ਦੀ ਜਿਹੜੀ ਧਮਕੀ ਜੈਸ਼ੇ ਮੁਹੰਮਦ ਨੇ ਦਿੱਤੀ ਹੈ, ਸੋ ਹੁਣ ਚਾਰ ਪਾਸੇ ਪਾਸੋਂ ਇਹ ਵੀ ਆ ਰਹੀਆਂ ਨੇ ਕਿਸੇ ਰੇਲਵੇ ਸਟੇਸ਼ਨ ਨੂੰ, ਕਿਸੇ ਹੋਰ ਵੱਡੇ ਅਕਾਲੀ ਉਮੀਦਵਾਰ ਨੂੰ ਜਾਂ ਅਕਾਲੀ ਲੀਡਰ ਨੂੰ ਵੀ ਏਦਾਂ ਦੀਆਂ ਧਮਕੀਆਂ ਆਈਆਂ ਨੇ। ਇਹ ਜਿਹੜਾ ਸਾਰਾ ਕੁਛ ਇੱਕਦਮ ਸ਼ੁਰੂ ਹੋਇਆ ਕਿ ਇਹ ਭਗਵੰਤ ਮਾਨ ਦੀ ਜਿਹੜੀ ਨਵੀਂ ਸਰਕਾਰ ਹੈ ਉਹਦੇ ਵੱਲੋਂ ਜਿਹੜੇ ਆਪਣੇ ਡਰੱਗ ਤਸਕਰਾਂ ਨੂੰ ਨੱਥ ਪਾਉਣ ਦੀਆਂ ਸਕੀਮਾਂ, ਪੁਲਿਸ ਜਿਹੜੀ ਹੈ ਉਹ ਥੋੜੀ ਸਰਗਰਮ ਹੋਈ ਹੈ, ਇਹਦੇ ਪਿੱਛੇ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਬਣਾਈ ਹੋਈ ਸਕੀਮ ਹੈ ਜਾਂ ਕੋਈ ਹੋਰ ਕਾਰਨ ਹੈ ਇਹਦੇ ਪਿੱਛੇ? ਦੇਖੋ ਇਹਦੇ ਬਾਰੇ ਤਾਂ ਕੋਈ ਫਾਈਨਲ ਗੱਲ ਕਹੀ ਨਹੀਂ ਜਾ ਸਕਦੀ ਗੌਣਾ ਸਾਹਿਬ ਕਿ ਇਹਦੇ ਪਿੱਛੇ ਸ਼ਰਾਰਤ ਕਿਹਦੀ ਹੈ ਜਾਂ ਸ਼ਰਾਰਤ ਕਿਹਦੀ ਹੈ। ਇਸ ਤੋਂ ਪਹਿਲਾਂ ਵੀ ਬੜੀਆਂ ਚਿੱਠੀਆਂ ਏਦਾਂ ਆਉਂਦੀਆਂ ਰਹਿੰਦੀਆਂ ਹੁੰਦੀਆਂ ਜਾਂ ਟੈਲੀਫੋਨ ਆ ਜਾਂਦਾ ਹੁੰਦਾ। ਤੁਹਾਨੂੰ ਯਾਦ ਹੋਣਾ ਪਿੱਛੇ ਜੀ ਇੱਕ ਰੇਲਵੇ ਸਟੇਸ਼ਨ ਤੋਂ ਟੈਲੀਫੋਨ ਆਇਆ ਸੀ ਕਿ ਅਸੀਂ ਉਡਾ ਦੇਣਾ, ਉੱਥੇ ਪੁਲਿਸ ਨੇ ਚੌਕਸੀ ਕੀਤੀ ਪਰ ਹੋਇਆ ਕੁਝ ਵੀ ਨਹੀਂ ਸੀ। ਕਹਿੰਦੇ ਕਿ ਬਾਈ ਉਹ ਤੇ ਚਿੱਠੀ ਕਿਤੇ ਨਾ ਕਿਤੇ ਆਉਂਦੀ ਆ ਵੀ ਭਾਈ ਅਸੀਂ ਫਲਾਨੀ ਧਾਰਮਿਕ ਸਥਾਨ ਨੂੰ, ਫਲਾਣੇ ਰੇਲਵੇ ਸਟੇਸ਼ਨ ਨੂੰ, ਫਲਾਣੇ ਨੇਤਾ ਨੂੰ ਉਡਾ ਦੇਣਾ। ਪਰ ਬਾਅਦ ਦੇ ਵਿੱਚ ਪਤਾ ਲੱਗਦਾ ਜੀ ਕਿ ਇਹ ਇੱਕ ਫੇਕ ਚਿੱਠੀ ਸੀ, ਕਿਸੇ ਨੇ ਇਲਟ ਕੀਤੀ ਹੈ, ਸ਼ਰਾਰਤ ਕੀਤੀ ਹੈ। ਜਿਹੜੀ ਹੁਣ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਲੈਟਰ ਬਾਕਸ ਦੇ ਵਿੱਚ ਚਿੱਠੀ ਮਿਲੀ ਹੈ, ਉਹਨੂੰ ਅਚਾਨਕ ਹੀ ਉੱਥੋਂ ਦੇ ਪੋਸਟ ਮਾਸਟਰ ਨੇ ਖੋਲਿਆ। ਉਹ ਇਉਂ ਲਿਖੀ ਹੋਈ ਹੈ ਜਿਵੇਂ ਕਿਸੇ ਨੇ 5-6 ਜਮਾਤਾਂ ਪਾਸ ਕੀਤੀਆਂ ਹੋਣ, ਵਿੰਗੜ ਪਿੰਗੜ ਦੀ ਚਿੱਠੀ ਲਿਖੀ ਹੈ। ਇਸ ਕਾਪੀ ਦੇ ਉੱਤੇ ਪਿੰਡ ਦੇ ਨਾਮ ਲਿਖਿਆ ਹੋਇਆ, ਇਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਅਸੀਂ ਭਗਵੰਤ ਮਾਨ ਤੇ ਜਲੰਧਰ ਦਾ ਰੇਲਵੇ ਸਟੇਸ਼ਨ ਤੇ ਜਲੰਧਰ ਦਾ ਦੇਵੀ ਤਲਾਬ ਮੰਦਰ ਤੇ ਪਟਿਆਲਾ ਦਾ ਜਿਹੜਾ ਕਾਲੀ ਮਾਤਾ ਦਾ ਮੰਦਰ ਤੇ ਫਗਵਾੜੇ ਦੇ ਵਿੱਚ ਇੱਕ ਹੋਰ ਮੰਦਰ ਹੈਗਾ ਤੇ ਕੁਝ ਕੁ ਹੋਰ ਜਿਹੜੀਆਂ ਸ਼ਖਸੀਅਤਾਂ, ਇਹਨਾਂ ਨੂੰ ਬੰਬ ਨਾਲ ਉਡਾ ਦੇਣਾ। ਹੁਣ ਇਹ ਕਿਸੇ ਨੇ ਸ਼ਰਾਰਤ ਕੀਤੀ ਹੈ, ਇਲਟ ਕੀਤੀ ਹੈ ਖਜਲ ਕਰਨ ਦੇ ਲਈ, ਜਾਂ ਇਹ ਸੱਚੀ ਗੱਲ ਹੈ ਕਿਸੇ ਨੇ ਲਿਖੀ, ਇਹ ਤਾਂ ਸਮਾਂ ਰੱਖੂਗਾ ਪੁਲਿਸ ਦੀ ਪੜਤਾਲ ਦਾ ਵਿਸ਼ਾ। ਪਰ ਪੰਜਾਬ ਦੇ ਵਿੱਚ ਜਿੱਥੇ ਕਿ ਹਰ ਪੈਰ ਬੋਚ ਬੋਚ ਕੇ ਪਕੜਨਾ ਪੈਂਦਾ, ਉੱਥੇ ਇਹੋ ਜਿਹੀਆਂ ਚਿੱਠੀਆਂ ਜਿਹੜੀਆਂ ਉਹ ਇੱਕਦਮ ਸੰਕਟ ਦੇ ਵਿੱਚ ਵਾਧਾ ਕਰ ਦਿੰਦੀਆਂ, ਵੀ ਕਿਤੇ ਇਹ ਨਾ ਹੋਵੇ ਸੱਚੀ ਗੱਲ ਹੋਵੇ, ਇਹਦੇ ਭਾਈ ਕਿਸੇ ਨੇ ਚੁਣੌਤੀ ਸੱਚੀ ਦਿੱਤੀ ਹੋਵੇ। ਇਹਦੇ ਥੱਲੇ ਲਿਖਿਆ ਹੋਇਆ ਚਿੱਠੀ ਤੇ ਜੈਸ਼ੇ ਮੁਹੰਮਦ ਤੇ ਮਾਂਦਰ ਵਿੰਗ ਜੈਸ਼ੇ ਮੁਹੰਮਦ। ਜੇ ਹੁਣ ਇਹ ਵੀ ਪਤਾ ਵੀ ਕਿ ਉਲਟਾ ਜਾਂ ਕਿਵੇਂ ਆ, ਪਰ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਰੇਲਵੇ ਪੁਲਿਸ ਵੀ ਇਸ ਵਕਤ ਸਟੇਸ਼ਨਾਂ ਦੀ ਪੂਰੀ ਚੌਕਸੀ ਵਰਤਣ ਲੱਗ ਪਈ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਵੀ ਚੌਕਸੀ ਪੂਰੀ ਸ਼ੁਰੂ ਕਰ ਦਿੱਤੀ ਗਈ ਹੈ। ਜੀ ਟਹਿਣਾ ਸਾਹਿਬ, ਆ ਪਿੱਛੇ ਜੇ ਕੱਲ ਪਰਸੋਂ ਦੀ ਗੱਲ ਬੜੀ ਚੱਲੀ ਸੀ ਵੀ ਕਈ ਪੁਰਾਣੇ ਕਾਂਗਰਸੀ ਮੰਤਰੀ ਜਿਹੜੇ ਨੇ, ਹੁਣ ਸਾਬਕਾ ਮੰਤਰੀ ਨੇ ਜਿਵੇਂ ਰੰਧਾਵਾ ਸਾਹਿਬ ਹੋ ਗਿਆ, ਹੋਰ ਕਈ ਉਹ ਆਪਣੀਆਂ ਕਾਰਾਂ ਵਾਪਸ ਨਹੀਂ ਦੇ ਰਹੇ, ਨੋਟਸ ਭੇਜ ਤਾ ਉਹਨਾਂ ਨੂੰ,
ਤੇ ਰੰਧਾਵਾ ਸਾਹਿਬ ਨੇ ਚੁੱਪ ਕਰਕੇ ਆਪਣੀ ਇਨੋਵਾ ਗੱਡੀ ਵਾਪਸ ਕਰ ਦਿੱਤੀ। ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ, ਅਜੇ ਮੇਰੇ ਕੋਲ ਪਈ ਆ, ਤੁਰੀ ਫਿਰਦੀ ਆ ਮੇਰੇ ਨਾਲ। ਇਸੇ ਤਰ੍ਹਾਂ ਵੱਡੇ ਬਾਦਲ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਮਜੀਠੀਆ ਸਾਹਿਬ, ਇਹ ਆਪਣੇ ਫਲੈਟ ਨਹੀਂ ਖਾਲੀ ਕਰ ਰਹੇ ਕਿ ਕਾਫੀ ਗਰੀਬ ਹੋ ਗਏ ਟਹਿਣਾ ਸਾਹਿਬ, ਇਹ ਹੁਣ ਘਰੇ ਘਰ ਕੋਲ ਰਹਿਣ ਦੀ ਪ੍ਰੋਬਲਮ ਆ ਗਈ, ਇਹਨਾਂ ਨੂੰ ਖਾਲੀ ਕਰ ਦੇਣ। ਦੇਖੋ ਇਹ ਗੱਲ ਸੱਚੀ ਹੈ ਕਿ ਪੰਜਾਬ ਦੇ ਕਈ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਦੇ ਕੋਲੇ ਚੰਡੀਗੜ੍ਹ ਦੇ ਵਿੱਚ ਦੋ ਦੋ ਤਿੰਨ ਤਿੰਨ ਆਪਣੀਆਂ ਨਿੱਜੀ ਕੋਠੀਆਂ, ਪਰ ਉਹ ਜਿਵੇਂ ਫਿਰ ਉਹੀ ਗੱਲ ਦੂਜੇ ਸਰਕਾਰੀ ਤੇਲ ਮਿਲਦਾ ਭਾਡਾ ਹੈ ਜੀ ਤਾਂ ਜੁੱਤੀ ਚ ਪਵਾ ਲਓ, ਬਸ ਉਹ ਲਾਲਚ ਆ, ਉਹ ਲਾਲਚ ਆ ਵੀ ਭਾਈ ਸਰਕਾਰੀ ਕੋਠੀ ਚ ਆਵਾਂਗੇ। ਕਈ ਤਾਂ ਇਹੋ ਜਿਹੇ ਰੇਟਾ ਵੀ ਹੈਗੇ ਆ ਚੰਡੀਗੜ੍ਹ ਦੇ ਵਿੱਚ, ਦੋ ਦੋ ਆਪਦੀਆਂ ਕੋਠੀਆਂ ਕਿਰਾਏ ਤੇ ਦਿੱਤੀਆਂ ਤੇ ਰਹਿੰਦੇ ਸੀ ਆਪ ਸਰਕਾਰੀ ਕੋਠੀ ਤੇ, ਇਸ ਕਰਕੇ ਚੈੱਕ ਵੀ ਕਰਦਾ ਵੀ ਕਿਰਾਇਆ ਆਉਣਾ ਬੰਦ ਹੋ ਜਾਵੇ। ਇੱਕ ਤਾਂ ਇਹ ਵੀ ਭਾਈ ਸਰਕਾਰੀ ਕੋਠੀ ਦਾ ਦਬਦਬਾ ਹੋਰ ਆ, ਉੱਥੇ ਬਿਜਲੀ ਦਾ ਵੀ ਭਾਅ ਹੋਰ ਆ, ਉੱਥੇ ਸਾਰਾ ਕੁਝ ਸਹੂਲਤਾਂ ਬੜੀਆਂ। ਦੂਜਾ ਇਹ ਵੀ ਚਲੋ ਆਪਦਾ ਕਿਰਾਇਆ ਆਈ ਜਦੋਂ ਅਸੀਂ ਦੋ ਦੋ ਤਿੰਨ ਤਿੰਨ ਕੋਠੀਆਂ ਤੋਂ, ਤੇ ਇਹ ਕਹਿੰਦੇ ਵੀ ਸਾਡਾ ਇੱਧਰ ਸਾਰਾ ਪਿੰਡ ਫੁੱਲ ਸਟੋਪ ਲੱਗ ਗਏ। ਤੋ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਹਾਰੇ ਹੋਏ ਜਿੱਤਾਂ ਉਹਨਾਂ ਨੂੰ ਫਲੈਟ ਤੇ ਕੋਠੀਆਂ ਛੱਡਣ ਵਾਸਤੇ ਕਿਹਾ ਗਿਆ। ਮੈਨੂੰ ਯਾਦ ਹੈ ਚੰਗੀ ਤਰ੍ਹਾਂ ਬੀਬੀ ਰਜਿੰਦਰ ਕੌਰ ਪੁੱਛਣ ਨੇ ਲੰਮਾ ਸਮਾਂ ਸਰਕਾਰੀ ਕੋਠੀ ਨੂੰ ਛੱਡੀ ਤੇ ਉਹਦਾ ਕਿਰਾਇਆ ਬਣ ਗਿਆ ਕਈ ਲੱਖ ਰੁਪਈਆ, ਤੇ ਫਿਰ ਉਹ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਵੱਲੋਂ ਜਮ੍ਹਾਂ ਕਰਵਾਇਆ, ਆਪਦੇ ਵੱਲੋਂ ਵਿਭਾਗ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਇਆ, ਪੋਕਲ ਸਾਹਿਬ ਦੇ ਵਿੱਚ ਆਪਦੀ ਜੇਬ ਦੇ ਵਿੱਚ ਜਮ੍ਹਾਂ ਕਰਵਾਇਆ ਸੀ। ਸੋ ਇਸ ਤਰੀਕੇ ਦੀਆਂ ਸਹੂਲਤਾਂ ਵੀ ਲੰਘੇ ਸਮੇਂ ਦੇ ਵਿੱਚ ਮਿਲਦੀਆਂ ਰਹੀਆਂ, ਪਰ ਹੁਣ ਸਰਕਾਰ ਬਦਲੀ ਹੈ। ਉਹਨੂੰ ਇਹ ਗੱਲ ਕਹੀ ਵੀ ਵੱਡੇ ਬਾਦਲ ਸਾਹਿਬ ਐਕਟੀ ਚੋਣ ਹਾਰ ਚੁੱਕੇ ਆ, ਜਿਹੜਾ ਇਹਨਾਂ ਦਾ ਫਲੈਟ ਆ ਉਹ ਫਲੈਟ ਚੀਟ ਵਿੱਚ ਵੀ ਖਾਲੀ ਕੀਤਾ ਜਾਵੇ, ਇਹ ਵੱਡੇ ਬਾਦਲ ਸਾਹਿਬ ਨੂੰ ਖਵਾਉਣ ਵਾਲੇ ਗੁਰਦੀਪ ਸਿੰਘ ਖੁੱਡੀਆਂ ਦੇ ਹਵਾਲੇ ਉਹ ਫਲੈਟ ਕੀਤਾ ਜਾਣਾ। ਫਿਰ ਦੂਜੀ ਗੱਲ ਇਹ ਹੈਗੀ ਜੀ ਕਿ ਵਿਕਰਮ ਸਿੰਘ ਮਜੀਠੀਆ ਵੀ ਸਾਰੇ ਆ ਇਸ ਵੇਲੇ ਜੇਲ੍ਹ ਦੇ ਵਿੱਚ ਹੈ, ਉਹਨਾਂ ਨੂੰ ਵੀ ਇਹ ਗੱਲ ਕਹੀ ਗਈ ਹੈ ਵੀ ਭਾਈ ਫਲੈਟ ਆਪਣਾ ਛੇਤੀ ਛੇਤੀ ਵਿਹਲਾ ਕਰੋ। ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਗੱਡੀ ਵਾਪਸ ਕਰ ਹੀ ਦਿੱਤੀ ਹੈ। ਮਤਲਬ ਇਹ ਵੀ ਸਾਡੇ ਨੇਤਾਵਾਂ ਨੂੰ ਜਿੱਤਣ ਹਾਰਨ ਤੋਂ ਬਾਅਦ ਕੋਠੀਆਂ ਕਾਲਾਂ ਸਿਕਿਉਰਿਟੀ ਪੀ ਏ ਦੇ ਨਾਲ ਇੰਨਾ ਮੋਹ ਹੁੰਦਾ ਕਿ ਅਸੀਂ ਵੀ ਕਰਦਾ ਮੋਇਆਂ ਦਾ ਵੀ ਭਾਈ ਅਸੀਂ ਛੱਡ ਵੀ ਦੇਈਏ ਖਹਿੜਾ। ਹਾਲਾਂਕਿ ਨੈਤਿਕ ਤੌਰ ਦੇ ਉੱਤੇ ਫਰਜ਼ ਬਣਦਾ ਵੀ ਜਦੋਂ ਤੁਹਾਡੇ ਕੋਲ ਸੰਵਿਧਾਨਕ ਅਹੁਦਾ ਨਹੀਂ ਤੁਸੀਂ ਹਾਰ ਗਏ ਹੋ ਤਾਂ ਉਸ ਤੋਂ ਬਾਅਦ ਜਿਹੜੇ ਜਿੱਤੇ ਹੋਏ ਆ ਉਹਨਾਂ ਵਾਸਤੇ ਕੋਠੀ ਛੱਡ ਦਿਓ, ਉਹਨਾਂ ਵਾਸਤੇ ਕਾਰ ਛੱਡ ਦਿਓ, ਸਿਕਿਉਰਿਟੀ ਛੱਡ ਦਿਓ, ਪਰ ਜੀ ਨਹੀਂ ਕਰਦੇ ਨਾਲ ਭਾਈ ਅਸੀਂ ਛੱਡ ਦਈਏ ਜੀ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਟਹਿਣਾ ਸਾਹਿਬ ਇੱਕ ਗਾਣਾ ਵੀ ਆਉਂਦਾ ਹੈ, ਵੈਸੇ ਤਾਂ ਮੈਂ ਪੂਰਾ ਤਾਂ ਨਹੀਂ, ਮੈਨੂੰ ਉਹਦੀ ਲਾਈਨ ਜ਼ਿਆਦਾ, ਨਿੰਬੂ ਲਿਆ ਦੇਵੇ ਕਿਸੇ ਹੱਟੀ ਤੋਂ, ਪਤਾ ਨਹੀਂ ਕੀ ਆ ਗਾਣਾ ਉਹ। ਹੁਣ ਕਹਿੰਦੇ ਨਿੰਬੂਆਂ ਦੀ ਚੋਰੀ ਬਹੁਤ ਵੱਧ ਗਈ, ਨਿੰਬੂਆਂ ਦੀ ਇੰਨੀ ਲੋੜ ਪੈ ਗਈ? ਦੇਖੋ ਗੱਲ ਇਹ ਜੀ ਕਿ ਜਿਹੜੀ ਚੀਜ਼ ਦਾ ਭਾਅ ਵਧੂ ਹੈ ਨਾ ਇੱਕਦਮ, ਉੱਥੇ ਫਿਰ ਏਦਾਂ ਚੋਰੀਆਂ ਨਹੀਂ ਹੋਣਗੀਆਂ। ਹੁਣ ਜੇ ਨਿੰਬੂ ਅੱਜ 30-35 ਰੁਪਏ ਕਿਲੋ ਹੋਣ ਤੇ ਫਿਰ ਚੋਰੀ ਕਾਹਤੋਂ ਕਰਦੇ ਆ? ਨਿੰਬੂ ਦਾ ਭਾਅ ਹੀ 250-300 ਰੁਪਏ ਕਿਲੋ, ਇਸ ਕਰਕੇ ਲੋਕ ਇਹ ਗਲਤ ਕੰਮ ਕਰਦੇ ਆ, ਤਾਂ ਚੋਰੀ ਗਲਤ ਕੰਮ ਦੀ, ਭਾਵੇਂ ਇਹ ਚੋਰੀ ਕੱਖ ਦੀ ਹੋਵੇ ਭਾਵੇਂ ਲੱਖ ਦੀ ਹੋਵੇ, ਹੈ ਤਾਂ ਮਾੜੀ ਗੱਲ, ਪਰ ਲੋਕ ਇੱਦਾਂ ਕਰਦੇ ਆ। ਜਦੋਂ ਗੰਢੇ ਮਹਿੰਗੇ ਹੋ ਜਾਂਦੇ ਆ, 100 ਰੁਪਏ ਕਿਲੋ ਹੋ ਜਾਂਦੇ ਆ, ਉਦੋਂ ਗੰਢਿਆਂ ਦੇ ਬੋਰੇ ਚੋਰੀ ਹੋਣ ਲੱਗ ਜਾਂਦੇ ਆ। ਜਦੋਂ ਟਮਾਟਰ ਮਹਿੰਗੇ ਹੋ ਜਾਂਦੇ, ਸਾਲ ਚ 2 ਵਾਰ ਤਾਂ ਹੋਣੇ ਹੀ ਹੁੰਦੇ ਆ, ਫਿਰ ਟਮਾਟਰਾਂ ਦੇ ਬੋਰੇ ਚੋਰੀ ਹੁੰਦੇ ਆ। ਸੋ ਇਸ ਤਰੀਕੇ ਦੀ ਸਥਿਤੀ ਹੈ ਕਿ ਹੁਣ ਇਸ ਵੇਲੇ ਅੰਬ ਮਹਿੰਗੇ ਆ, ਸੇਬ ਮਹਿੰਗੇ ਆ, ਤੇ ਨਿੰਬੂ ਮਹਿੰਗੇ ਆ, ਇਹਦਾ ਤਾਂ ਦੰਦੀ ਚੋਰੀ ਸ਼ੁਰੂ ਹੋ ਗਈ ਆ। ਇਹਨਾਂ ਦੇ ਵਿੱਚ ਇੱਕ ਸਬਜ਼ੀ ਵਾਲੀ ਦੁਕਾਨ ਆ, ਇਹਦੇ ਵਿੱਚ ਪਾੜ ਲਾ ਕੇ ਤੇ 4 ਕਿਲੋ ਨਿੰਬੂ ਤੇ 10 ਕਿਲੋ ਸੇਬ ਤੇ 20 ਕਿਲੋ ਅੰਬ ਚੋਰੀ ਕਰਕੇ ਚੋਰ ਲੈ ਗਿਆ। ਸੋ ਹੁਣ ਤਾਂ ਬਾਕੀ ਜਿਹੜੇ ਵੱਖ ਵੱਖ ਪੰਜਾਬ ਦੇ ਵਿੱਚ ਥਾਵਾਂ, ਇੱਥੇ ਵੀ ਇਹੀ ਕੁਝ ਚੱਲ ਰਿਹਾ। ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੋਂ ਹੁਣ ਤੱਕ ਨਿੰਬੂ ਚੋਰੀ ਹੋ ਗਏ ਆ। ਹੁਣ ਤਾਂ ਜੇ ਕਿਸੇ ਨੂੰ ਇਹ ਗੱਲ ਕਹੀ ਜਾਵੇ ਭਾਈ ਨੇ 2 ਕਿਲੋ ਨਿੰਬੂ ਲਏ, ਅਗਲਾ ਕਹਿੰਦਾ 4 ਗੰਨਮੈਨ ਵੀ ਲੈਣੇ ਸੀ, ਪਤਾ ਕੋਈ ਨੀ ਹੁੰਦਾ ਨਿੰਬੂ ਖੋ ਕੇ ਲੈ ਜੇ ਕੋਈ। ਉਹ ਜਿਹੜਾ ਦੁਕਾਨਾਂ ਦੇ ਬਾਹਰ ਜਿਹੜੇ ਅੰਧ ਵਿਸ਼ਵਾਸੀ ਦੇ ਲੋਕ ਆ, ਉਹ ਹਰ ਸ਼ਨੀਵਾਰ ਨਾ ਧਾਗੇ ਦੇ ਵਿੱਚ ਪੋ ਕੇ ਤੇ 7 ਜਿਹੜੀਆਂ ਹਰੀਆਂ ਮਿਰਚਾਂ ਤੇ 1 ਨਿੰਬੂ ਟੰਗਦੇ ਹੁੰਦੇ ਆ ਵੀ ਨਜ਼ਰ ਨਾ ਲੱਗੇ। ਹੁਣ ਨਿੰਬੂ ਮਹਿੰਗਾ ਹੀ ਕਿੰਨਾ ਹੋ ਗਿਆ, ਉਹ ਜਿਹੜੇ ਧਾਗੇ ਵਿੱਚ ਪਰੋਲੇ ਹੁੰਦੇ ਉਹਨਾਂ ਨੇ ਨਿੰਬੂ ਕੱਢ ਕੇ ਵਿੱਚ ਗੇਂਦੇ ਦਾ ਫੁੱਲ ਪਾਉਣਾ ਸ਼ੁਰੂ ਕਰਤਾ, ਕਹਿੰਦੇ ਕੋਈ ਗੱਲ ਨੀ ਨਗਰ ਫੇਰ ਵੀ ਰੁਕ ਜਾਣੀ ਆ। ਚਲੋ ਖੈਰ ਸ਼ਾਇਦ ਏਦਾਂ ਹੀ ਹੋਊਗਾ, ਪਤਾ ਲੱਗਿਆ ਜੀ। ਹੁਣ ਕਹਿੰਦੇ ਜਦੋਂ ਮਾੜੇ ਦਿਨ ਆਉਂਦੇ ਨੇ ਨਾ ਭੱਲੇ ਦੇ ਕਹਿਣ ਵਾਂਗੂ ਵੀ ਖਾਲੀ ਉਹ ਚੱਲ ਜਾਂਦੀ ਹੈ। ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦਾ ਖਹਿੜਾ ਛੱਡਤਾ ਜੀ, ਹੁਣ ਰਹਿ ਗਿਆ ਇਕੱਲੇ ਦਾ ਇਕੱਲਾ ਮਾਂ ਦਾ ਪੁੱਤ, ਪਤਾ ਨੀ ਕੌਣ ਜਾਇਆ ਕਰੂ ਉਹਦੇ ਕੋਲੋਂ। ਪੰਜਾਬੀ ਗਾਣਾ ਤੇ ਸਾਡਾ ਛੱਲਾ ਰਹਿ ਗਿਆ ਇਕੱਲਾ, ਰੱਖ ਕੇ ਭੁੱਲ ਗਿਆ। ਕੈਪਟਨ ਸਾਹਿਬ ਦੇ ਨਾਲ ਤਾਂ ਉਹ ਗੱਲ ਹੋਈ ਪਈ, ਕੈਪਟਨ ਸਾਹਿਬ ਨੂੰ ਆਸ ਸੀ
ਭਾਜਪਾ ਨੂੰ ਬੇੜੀ ਬੰਨੇ ਲਾ ਦੇ ਤੇ ਭਾਜਪਾ ਨੂੰ ਆਪਸ ਦੀ ਕੈਪਟਨ ਪਹਿਲੀ ਬੇੜੀ ਬੰਨੇ ਲਾ ਦੇ ਤੇ ਦੋਨੋਂ ਜੀ ਦੋਵਾਂ ਦੀ ਨਾ ਕਾਰਨ ਹਾਰ ਬਣਿਆ ਨਾ ਬੀਜੇਪੀ ਕਾਰਨ ਹਾਰ ਬਣੀ ਤੇ ਹੁਣ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਤੋਂ ਖਹਿੜਾ ਛੁਡਵਾ ਰਹੀ ਹੈ ਬੀਜੇਪੀ ਚੋਣ ਇਕੱਠਿਆਂ ਨੇ ਰਲ ਕੇ ਲੜੀ ਪਰ ਬੀਜੇਪੀ ਦੇ ਪੱਲੇ ਕੁਛ ਨੀ ਪਿਆ ਤੇ ਕੈਪਟਨ ਸਾਹਿਬ ਆਪਦੀ ਸੀਟ ਵੀ ਨੀ ਕੱਢ ਸਕੇ ਇਸ ਕਰਕੇ ਭਰਮ ਨਿਕਲ ਗਿਆ ਬੀਜੇਪੀ ਦਾ ਵੀ ਕੈਪਟਨ ਸਾਹਿਬ ਦੇ ਨਾਲ ਸਾਡਾ ਕੋਈ ਫਾਇਦਾ ਹੋ ਸਕਦਾ ਜੇ ਕਿਤੇ ਦੋ ਚਾਰ ਸੀਟਾਂ ਚਲੋ ਮਿਲ ਜਾਂਦੀਆਂ ਕੈਪਟਨ ਦੀ ਪਾਰਟੀ ਨੂੰ ਤਾਂ ਇਹਨਾਂ ਦਾ ਸਨਮਾਨ ਵਧਿਆ ਰਹਿੰਦਾ ਇਹਨਾਂ ਦਾ ਭਾਅ ਵਧਿਆ ਰਹਿੰਦਾ ਵੀ ਭਾਈ ਦੇਖੋ ਮੈਂ ਖਿੱਚ ਦਿੰਦਾ ਕੱਲ ਜਦੋਂ ਮੌਕੇ ਤੇ ਆਵਾਂ ਪਰ ਹੁਣ ਸਾਰਾ ਕੁਝ ਧਰਿਆ ਧਰਿਆ ਰਹਿ ਗਿਆ ਅਗਲੀ ਗੱਲ ਇਹ ਵੀ ਕੈਪਟਨ ਅਮਰਿੰਦਰ ਸਿੰਘ ਜੇ ਨਾਲੋਂ ਦੂਰੀ ਬਣਾ ਕੇ ਬੀਜੇਪੀ ਆਉਂਦੇ ਸਮੇਂ ਦੇ ਵਿੱਚ ਚੋਣਾਂ ਚ ਚੱਲੂਗੀ ਆਹ ਹੁਣ ਸੰਗਰੂਰ ਦੀ ਸੀਟ ਜਿਹੜੀ ਖਾਲੀ ਹੋਈ ਹੈ ਭਗਵੰਤ ਮਾਨ ਦੇ ਕਰਕੇ ਲੋਕ ਸਭਾ ਦੀ ਤੇ ਉਸ ਥਾਂ ਦੇ ਉੱਤੇ ਹੁਣ ਦੋ ਚਾਰ ਮਹੀਨੇ ਤੱਕ ਚਲੋ ਜ਼ਮੀਨ ਤੋੜ ਹੋਊਗੀ ਉਹਦੇ ਬਾਬਤ ਭਾਜਪਾ ਦੇ ਵੱਲੋਂ ਅਨੁਸਰ ਕੀਤਾ ਗਿਆ ਸਾਰਾ ਚਿੰਤਨ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਹੈ ਕਿ ਇਹ ਚੋਣ ਅਸੀਂ ਆਪ ਬੁਹਾਰੇ ਲੜਾਂਗੇ ਇਹ ਚੋਣ ਅਸੀਂ ਆਪਣੇ ਬਲਬੂਤੇ ਤੇ ਲੜਾਂਗੇ ਅਸੀਂ ਕਿਸੇ ਦਾ ਵੀ ਸਾਥ ਨਹੀਂ ਲੈਣਾ ਉਸ ਤੋਂ ਵੀ ਗੱਲ ਇਹ ਵੀ ਇਸ ਸਾਲ ਦੇ ਵਿੱਚ ਚਾਰ ਨਗਰ ਦੇ ਮੰਡ ਦੀਆਂ ਚੋਣਾਂ ਹੋਣੀਆਂ ਤੇ ਬੀਜੇਪੀ ਦੇ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਪੂਰੀ ਮੀਟਿੰਗ ਕਰਕੇ ਤੇ ਫੈਸਲਾ ਕੀਤਾ ਇਹਨਾਂ ਚਾਰ ਨਗਰ ਨਿਗਮਾਂ ਦੇ ਵਿੱਚ ਵੀ ਅਸੀਂ ਇਕੱਲੇ ਤੌਰ ਤੇ ਚੋਣ ਲੜਾਂਗੇ ਕਿਸੇ ਦੀ ਲੋੜ ਨਹੀਂ ਪੈਣੀ ਮਤਲਬ ਇਹ ਵੀ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕੱਟਾ ਕੁੱਟਾ ਹੁਣ ਇਕੱਲਾ ਹੋਰ ਲੱਭਣ ਦਾਨ ਕਰਨਗੇ ਕੋਈ ਬੱਚਾ ਕਰਨਗੇ ਕੁਛ ਹੋਰ ਕਰਨਗੇ ਪਰ ਇਹ ਵੀ ਉਹਨਾਂ ਨੇ ਕੋਈ ਵੀ ਪੈਂਤਲਾ ਕਾਮਯਾਬ ਨਹੀਂ ਹੋਇਆ ਤੇ ਕੈਪਟਨ ਸਾਹਿਬ ਹੈ ਕਿੱਥੇ ਹੁਣ ਇਹਦਾ ਵੀ ਨੀ ਪਤਾ ਲੱਗ ਰਿਹਾ ਅੱਗੇ ਤਾਂ ਖ਼ਬਰ ਆ ਜਾਂਦੀ ਸੀ ਸੁਸ਼ਮਾ ਫਾਰਮ ਹਾਊਸ ਦੇ ਵਿੱਚ ਨੇਤਾ ਜਾ ਰਹੇ ਹਨ ਕੈਪਟਨ ਨੇ ਪਾਰਟੀ ਰੱਖੀ ਹੈ ਲੰਚ ਰੱਖਿਆ ਹੈ ਮੋਤੀ ਮਹਿਲ ਦੇ ਵਿੱਚ ਇੱਕ ਫਰਮਾਨ ਜਾਰੀ ਹੋਇਆ ਹੈ ਜਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹਨ ਫਿਲਹਾਲ ਕੋਈ ਖ਼ਬਰ ਨੀ ਉਹਨਾਂ ਬਾਰੇ ਉਹ ਹੈ ਕਿੱਥੇ ਘਰ ਮੇ ਕੀ ਆ ਸੋਚ ਲੈ ਕੀ ਆ ਤੇ ਇਹਦੇ ਕੀ ਹੈ ਜੀ ਪਤਾ ਲੱਗਾ ਜੀ ਪਿੱਛੇ ਜੇ ਜਿਹੜਾ ਇਹਨਾਂ ਨੇ ਕੱਟਾ ਦਾਨ ਕਰਿਆ ਸੀ ਉਹ ਬਾਮਾ ਨੂੰ ਇਹਨਾਂ ਨੇ ਫਿਰ ਪੁੱਛਿਆ ਕਹਿੰਦੇ ਭਾਈ ਮੇਰਾ ਤਾਂ ਕੁਛ ਬਣਿਆ ਨੀ ਮੈਨੂੰ ਤਾਂ ਕੱਟਾ ਵਾਪਸ ਦੇ ਦੇ ਹੁਣ ਕੱਟਾ ਬਾਮਣ ਦਿੰਦਾ ਕਿ ਨਹੀਂ ਦਿੰਦਾ ਉਹ ਨੀ ਪਤਾ ਵੈਸੇ ਉਹਨੂੰ ਦੋ ਦਿਨਾਂ ਚਾਹੀਦਾ ਜੀ ਜਿਹੋ ਜਿਹੇ ਰੰਗ ਬੱਕਰੀਆਂ ਲਾਤੇ ਉਹੋ ਜਿਹੇ ਕੱਟੇ ਨੂੰ ਵੀ ਲਾਏ ਹੈ ਜੀ ਉਹ ਤਾਂ ਸਨੀ ਦਿਓਲ ਕਹਿੰਦਾ ਜੀ ਪੰਜਾਬ ਨੂੰ ਬਹੁਤ ਛੇਤੀ ਵੱਡੀ ਖੁਸ਼ਖਬਰੀ ਮਿਲੂਗੀ ਪਤਾ ਨੀ ਕੀ ਕਰਨਗੇ ਨਲਕੇ ਲਾਉਣਗੇ ਹੁਣ ਪੰਜਾਬ ਚ ਗਰਮੀ ਦੇ ਦਿਨਾਂ ਚ ਦੇਖੋ ਗੱਲ ਇਹ ਜੀ ਕਿ ਇੱਕ ਤਾਂ ਕੁੰਭਕਰਨ ਦੇ ਬਾਰੇ ਅਸੀਂ ਕਹਾਣੀਆਂ ਪੜ੍ਹਦੇ ਹਾਂ ਜਿਹਦੇ ਵਿੱਚ ਇਹ ਵੀ ਮਸੁੱਤਾ ਰਹਿੰਦਾ ਸੀ ਇਹ ਇਤਿਹਾਸ ਆ ਇਤਿਹਾਸ ਸਾਨੂੰ ਇਹਦੇ ਵਿੱਚ ਪ੍ਰਚਲਿਤ ਜਾਂਦਾ ਪਰ ਜੋ ਅਸੀਂ ਪੜ੍ਹਦੇ ਰਹਿੰਦੇ ਛੇ ਛੇ ਮਹੀਨੇ ਸੁੱਤਾ ਰਹਿੰਦਾ ਸੀ ਸਾਡੇ ਭਾਰਤ ਦੇ ਨੇਤਾ ਜਿਹੜੇ ਉਹ ਸਾਲ ਸਾਲ ਸੁੱਤੇ ਰਹਿੰਦੇ ਫਿਰ ਇੱਕਦਮ ਇੱਕ ਅੱਧਾ ਬਿਆਨ ਦਿੰਦੇ ਆ ਇਹ ਕੁੰਭਕਰਨ ਦਾ ਵੀ ਸਨਮਾਨ ਰੱਖ ਲੈਂਦੇ ਇੱਜ਼ਤ ਪਹੁੰਚਾ ਲੈਂਦੇ ਆ ਸੰਨੀ ਦਿਓਲ ਨੂੰ ਤਾਂ ਇਹ ਗੱਲ ਭੁੱਲੀ ਪਈ ਆ ਵੀ ਭਾਈ ਮੈਂ ਗੁਰਦਾਸਪੁਰ ਤੋਂ ਜਿੱਤਿਆ ਪਤਾ ਨੀ ਉੱਥੇ ਕੀ ਅੰਬ ਰੱਖੇ ਆ ਵੀ ਭਾਈ ਇੱਥੇ ਬੰਬੇ ਦੇ ਵਿੱਚ ਹੀ ਰਹਿਣਾ ਗੁਰਦਾਸਪੁਰ ਦੇ ਵਿੱਚ ਵੀ ਆ ਗਏ ਲੋਕਾਂ ਨੇ ਕੋਈ ਗੁਨਾਹ ਥੋੜੀ ਕੀਤਾ ਇੱਥੋਂ ਦੇ ਲੋਕਾਂ ਨੇ ਵੋਟਾਂ ਪਾਈਆਂ ਯਾਰ ਤੁਹਾਨੂੰ ਲਾਈਨ ਦੇ ਵਿੱਚ ਲਾ ਕੇ ਵੋਟਾਂ ਪਾਈਆਂ ਹੁਣ ਵੀ ਕਮਰਿਆਂ ਵਾਂਗੂ ਉਡੀਕੀ ਜਾਂਦੇ ਕਸੂਰ ਕੀ ਆ ਤੇ ਲੋਕਾਂ ਦਾ ਕਸੂਰ ਹੈ ਇਹ ਆ ਵੀ ਭਾਈ ਪਰਚਾ ਬੰਦਾ ਹੁੰਦਾ ਨੀ ਉਹ ਢਾਈ ਲੱਖ ਸੁਣ ਥੋੜੀ ਵੋਟਾਂ ਪਾਈ ਗਏ ਕਹਿੰਦੇ ਢਾਈ ਕਿਲੋ ਦਾ ਹੱਥ ਹੈ ਕਾਟੀਏ ਜਦ ਪੜਤਾ ਹੈ ਬੰਦਾ ਉੱਠਦਾ ਨੀ ਉੱਠ ਜਾਂਦਾ ਹੈ ਨਲਕਾ ਪਟਦਾ ਸੋਹਣਾ ਲੱਗਦਾ ਸੀ ਕੰਨੀ ਜਾਓ ਹੁਣ ਮਿੱਟੀ ਪੱਟੀ ਗਈ ਉਹ ਕਹਿੰਦਾ ਸੀ ਕਾਟੀਏ ਮੈਂ ਤੇਰਾ ਖੂਨ ਪੀ ਜਾਊਂਗਾ ਹੁਣ ਕਾਟੀਏ ਲੱਭਦਾ ਫਿਰਦਾ ਸੰਨੀ ਜਾਓ ਕਿਤੇ ਹੋਰ ਸੋ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਇੱਦਾਂ ਦੇ ਧੋਖੇ ਵੱਖ ਵੱਖ ਨੇਤਾਵਾਂ ਨੇ ਸਮੇਂ ਸਮੇਂ ਤੇ ਕੀਤੇ ਆ ਹੁਣ ਸੰਨੀ ਦਿਓਲ ਹੋਰਾਂ ਨੇ ਗੱਲ ਕਹੀ ਹੈ ਕਿ ਮੈਂ ਕੀਤੀ ਇਹਦੀ ਮੁਲਾਕਾਤ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨਾਲ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਪੀ ਜੀ ਆਈ ਜਾਂ ਫਿਰ ਏਮਸ ਗੁਰਦਾਸਪੁਰ ਦੇ ਵਿੱਚ ਸੈਟੇਲਾਈਟ ਕੇਂਦਰ ਤੁਹਾਨੂੰ ਬਣਾ ਕੇ ਦਿੱਤਾ ਜਾਵੇ ਤੇ ਮੀਟਿੰਗ ਹੋਈ ਹੈ ਬੜੇ ਸੁਖਾਵੇ ਮਾਹੌਲ ਦੇ ਵਿੱਚ ਤੇ ਬਹੁਤ ਜਲਦ ਪੰਜਾਬ ਦੇ ਲੋਕਾਂ ਨੂੰ ਇਹ ਖੁਸ਼ਖਬਰੀ ਮਿਲ ਸਕਦੀ ਹੈ ਦੇਖੋ ਪੰਜਾਬ ਦੇ ਲੋਕਾਂ ਨੂੰ ਸਿਹਤ ਦਾ ਮਸਲਾ ਹੱਲ ਹੋਵੇ ਇਹ ਦਿਲ ਤੋਂ ਧੰਨਵਾਦ ਕਰਦੇ ਹਾਂ ਪਰ ਸੰਨੀ ਦਿਓਲ ਦੀ ਬੇਨਤੀ ਹੈ ਵੀ ਭਾਈ ਆ ਜਾ ਹੁਣ ਗੁਰਦਾਸਪੁਰ ਵੀ ਆ ਜਾ ਕੋਈ ਇੱਥੇ ਕੋਈ ਆਪਾਂ ਉੱਥੇ ਕਿਹੜਾ ਅੰਡਿਆ ਤੇ ਬੈਠੇ ਵੀ ਭਾਈ ਇੱਧਰ ਆਉਣਾ ਨੀ ਗਾ ਇੱਥੇ ਪੰਜਾਬ ਦੇ ਲੋਕਾਂ ਦਾ ਗੁਰਦਾਸਪੁਰ ਦੇ ਲੋਕਾਂ ਨੇ ਜਿਹੜਾ ਉੱਭ ਕੇ ਵੋਟਾਂ ਪਾਈਆਂ ਵੀ ਸਾਡਾ ਪੰਜਾਬ ਦਾ ਪੁੱਤ ਆ ਇਹਨਾਂ ਦਾ ਆਸਾ ਤੋਂ ਵੀ ਮਾੜਾ ਮੋਟਾ ਕਦੇ ਬੂਟ ਲਾ ਦੇ ਕਦੇ ਇੱਥੇ ਅਸੀਂ ਵੀ ਕਹਿੰਦੇ ਵੀ ਦਸ ਦਿਨ ਲਗਾਤਾਰ ਸੰਨੀ ਦਿਓਲ ਰਿਹਾ ਸਾਲ ਦੇ ਵਿੱਚ ਦਸ ਪੰਦਰਾਂ ਦਿਨ ਅਸੀਂ ਇਹ ਸੋਚੀ ਕਿ ਵੀ ਭਾਈ ਕਿਤੇ ਗਿਆ ਹੀ ਨੀ ਦੋ ਹਫ਼ਤੇ ਲਾ ਕੇ ਗਿਆ ਸੋ ਸਰਹੱਦੀ ਖੇਤਰ ਦੇ ਮਸਲੇ ਕਿੰਨੇ ਆ ਗੁਰਦਾਸਪੁਰ ਦੇ ਮਸਲੇ ਕਿੰਨੇ ਆ ਕੋਈ ਸੋਚਦਾ ਹੀ ਨੀਗਾ ਹੁਣ ਤਾਂ ਲੋਕਾਂ ਨੇ ਵੀ ਮਨ ਜਾ ਬਣਾ ਲਿਆ ਕਹਿੰਦੇ ਵੀ ਕੋਈ ਨੀ ਕਿਹੜਾ ਆਉਣਾ ਹੈਗਾ ਸੋ ਇਹ ਹੈ ਜੀ ਮੈਂ ਸੋਚਦਾ ਉਹਨਾਂ ਦੇ ਪਹਿਲਾਂ ਸਟਾਰਡਮ ਦੇਖ ਕੇ ਵੋਟਾਂ ਪਾਉਣ ਵਾਲੇ ਲੋਕ ਆ ਜਿਹੜੇ ਅੰਤ ਨੇ ਉੱਥੇ ਛੱਡੇ ਜਾਂਦੇ ਆ ਜੀ ਬਿਲਕੁਲ ਬਿਲਕੁਲ
ਉਧਰ ਚੰਨੀ ਦੇ ਭਾਣਜਾ ਜਿਹੜਾ ਕਿ ਹਨੀ ਉਹਦੀ ਜਮਾਨਤ ਪਟੀਸ਼ਨ ਸੁਣਵਾਈ 30 ਤਰੀਕ ਨੂੰ ਹੋਊਗੀ ਕਿ ਉਹ ਗਰਮੀ ਚ ਰਹਿਣਗੇ ਜਾਂ ਫਿਰ ਬਾਹਰ ਆਉਣਗੇ ਉਹ ਜੇਲ੍ਹ ਤੋਂ ਅੰਦਰ ਹੀ ਰਹੂ ਚੰਨੀ ਦਾ ਭਾਣਜਾ ਹਨੀ ਹੈ ਜਿਹੜਾ ਉਹਦੇ ਅੰਦਰ ਰਹਿਣ ਦਾ ਹੀ ਹੈ ਸਾਰਾ ਕੁਝ ਤੇ ਬਾਹਰ ਦਾ ਕੋਈ ਸੰਭਾਵਨਾ ਨਹੀਂ ਤੇ ਹਾਲੇ ਕੋਈ ਯੋਜਨਾ ਬਣਦੀ ਵੀ ਨਜ਼ਰ ਨਹੀਂ ਆ ਰਹੀ ਲੰਬੇ ਕੱਲ ਯਾਨੀ ਕਿ 27 ਤਰੀਕ ਨੂੰ ਉਹਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਦੋਵਾਂ ਧਿਰਾਂ ਦੇ ਵਕੀਲਾਂ ਦੇ ਵੱਲੋਂ ਬਹਿਸ ਕੀਤੀ ਗਈ ਹੈ ਅਦਾਲਤ ਦੇ ਵੱਲੋਂ ਸੁਣਵਾਈ ਕੀਤੀ ਗਈ ਹੈ ਉੱਥੇ ਗੱਲਬਾਤ ਹੋਈ ਬਹਿਸ ਹੋਈ ਬੜੀ ਤਿੱਖੀ ਹੋਈ ਪਰ ਜਿਹੜਾ ਕੱਲ ਫੈਸਲਾ ਸੁਣਾਉਣਾ ਸੀਗਾ ਉਹਨੂੰ ਹੁਣ 30 ਤਰੀਕ ਤੇ ਪਾਤਾ 30 ਅਪ੍ਰੈਲ ਤੇ ਯਾਨੀ ਕਿ 2 ਦਿਨ ਅੱਗੇ ਪਾਤਾ ਅਦਾਲਤ ਨੇ ਗੱਲ ਕਹੀ ਹੈ ਜੀ ਕਿ 30 ਤਰੀਕ ਨੂੰ ਵੀ ਦੋਵਾਂ ਧਿਰਾਂ ਦੀਆਂ ਦਲੀਲਾਂ ਇੱਕ ਵਾਰ ਫੇਰ ਸੁਣਦੇ ਜਾਣਗੀਆਂ ਉਸ ਤੋਂ ਬਾਅਦ ਕਿਸੇ ਫੈਸਲੇ ਦੇ ਉੱਤੇ ਕਿਸੇ ਸਿੱਟੇ ਦੇ ਉੱਤੇ ਪਹੁੰਚਿਆ ਜਾਊਗਾ ਯਾਨੀ ਕਿ ਉਨੀ ਚਿਰ ਉਹ ਅੰਦਰ ਹੀ ਰਹੂਗਾ ਉਸ ਤੋਂ ਕੋਈ ਗੱਲ ਇਹ ਹੈ ਵੀ ਹੁਣ ਤਾਂ ਨਾਰੇ ਬਣਾ ਹੀ ਬੈਠੇ ਵਿਰੋਧੀ ਕਦੇ ਹਨੀ ਚੰਨੀ ਤੇ ਮਨੀ ਇੱਕ ਇੱਕ ਦੂਜੇ ਦੇ ਪੂਰਕ ਆ ਚੰਨੀ ਹੈ ਤਾਂ ਹਨੀ ਹੈ ਤੇ ਹਨੀ ਹੈ ਤਾਂ ਮਨੀ ਹੈ ਇਹ ਗੱਲ ਕਹਿੰਦੇ ਆ ਪਰ ਇਹ ਗੱਲ ਸੱਚੀ ਹੈ ਵੀ ਜਿਵੇਂ ਵਿਕਰਮ ਜੇਠੀਆ ਦੀਆਂ ਜੇਲ੍ਹ ਦੇ ਵਿੱਚ ਮੁਸ਼ਕਿਲਾਂ ਵਧੀਆਂ ਉਹ ਵੀ ਚਰਨਜੀਤ ਚੰਨੀ ਦੇ ਭਾਰਜੇ ਦੀਆਂ ਵੀ ਵਧੀਆਂ ਜਿਹੜਾ ਔਖਾ ਬਿਲਕੁਲ ਉਧਰ ਅਲਕਾ ਲਾਂਬਾ ਦੀ ਪੇਸ਼ੀ ਹੋਈ ਹੈ ਜੀ ਉਹਦੇ ਮੌਕੇ ਕਾਂਗਰਸੀਆਂ ਦਾ ਜ਼ਬਰਦਸਤ ਪ੍ਰਦਰਸ਼ਨ ਵੀ ਕੀਤਾ ਕਾਂਗਰਸੀ ਪ੍ਰਧਾਨ ਨੇ ਰਾਜਾ ਵੜਿੰਗ ਜੀ ਕਾਫੀ ਲਾਲ ਲਸ਼ਕਰ ਦੇ ਨਾਲ ਜਾ ਕੇ ਉੱਥੇ ਹੱਲਾ ਬੋਲਿਆ ਰੋਪੜ ਦੇ ਵਿੱਚ ਜੀ ਦੇਖੋ ਅਲਕਾ ਲਾਂਬਾ ਦੇ ਨਾਲ ਵਿਵਾਦ ਜੁੜ ਗਿਆ ਪਰਚਾ ਦਰਜ ਹੋ ਗਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਦੋਂ ਇਹ ਦਰਜ ਹੋਇਆ ਤੇ ਅਲਕਾ ਲਾਂਬਾ ਦੀ ਕੱਲ ਰੋਪੜ ਦੇ ਥਾੜੇ ਚ ਪੇਸ਼ੀ ਸੀ ਤੇ ਉਹ ਕੱਲ ਪਹੁੰਚੀ ਆ ਉੱਥੇ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਭਾਰਤ ਭੂਸ਼ਣ ਆਸ਼ੂ ਤੇ ਕਈ ਹੋਰ ਸਿਆਸੀ ਨੇਤਾ ਪਹੁੰਚੇ ਅਮਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਯੂਥ ਕਾਂਗਰਸ ਦੇ ਪ੍ਰਧਾਨ ਹੁਣ ਉਸ ਤੋਂ ਬਾਅਦ ਕਾਂਗਰਸ ਨੇ ਅਸਲ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ ਇੱਥੇ ਇਹ ਗੱਲ ਕਹੀ ਵੀ ਅਲਕਾ ਲਾਂਬਾ ਨੂੰ ਖੱਜਲ ਕੀਤਾ ਜਾ ਰਿਹਾ ਇੱਕ ਔਰਤ ਨੂੰ ਥਾਣੇ ਦੇ ਵਿੱਚ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਪਰ ਇਹ ਤਾਂ ਬਦਲੇ ਲੈ ਕੇ ਆਈ ਹੈ ਸੋ ਕੱਲ ਇਹ ਵੀ ਪਤਾ ਲੱਗਿਆ ਜੀ ਕਿ ਥਾਣੇ ਦੇ ਵਿੱਚ ਜਦੋਂ ਗਏ ਕਾਂਗਰਸੀ ਇਕੱਠੇ ਹੋ ਕੇ ਬੜਾ ਤਕੜਾ ਸ਼ਕਤੀ ਪ੍ਰਦਰਸ਼ਨ ਸੀ ਨਾਅਰੇਬਾਜ਼ੀ ਬੜੀ ਚੱਲੀ ਹੈ ਤਾਂ ਪੁਲਿਸ ਅਧਿਕਾਰੀਆਂ ਨੇ ਗੱਲ ਕਹੀ ਵੀ ਤੁਹਾਡੀ ਪੇਸ਼ੀ ਦੀਦੀ ਅਸਲ ਵਿੱਚ ਤੁਹਾਡੇ ਵਾਲੀ ਜਿਹੜੀ ਫਾਈਲ ਆ ਉਹ ਹੈਗੀ ਕੋਰਟ ਦੇ ਵਿੱਚ ਹੈ ਜਦੋਂ ਸਾਡੇ ਕੋਲ ਆਈ ਉਸ ਤੋਂ ਬਾਅਦ ਪੇਸ਼ੀ ਦੀ ਸੁਣਵਾਈ ਸੀ ਹੋਊਗੀ ਫਿਰ ਗੱਲਬਾਤ ਹੋਊਗੀ ਪਰ ਕਾਂਗਰਸ ਕਹਿੰਦੇ ਕੱਲ ਵੱਟ ਕੱਢੇ ਜੀ ਉਹ ਕਹਿੰਦੇ ਵੀ ਅਸੀਂ ਸਾਰੇ ਏਕਾਂ ਤੇ ਪ੍ਰਵਾਹ ਨਹੀਂ ਅਸੀਂ ਕਰਦੇ ਪਰ ਕੱਲ ਕਾਂਗਰਸ ਦੇ ਵਿੱਚ ਜੋ ਫਿੱਕ ਪਈ ਹੋਈ ਹੈ ਜੋ ਕਾਂਗਰਸੀ ਨਤੀਜੇ ਨੂੰ ਦੇਖਣਾ ਪਸੰਦ ਨਹੀਂ ਕਰਦੇ ਤੇ ਉਹ ਵੀ ਵੇਰਵਾ ਸਾਹਮਣੇ ਆਇਆ ਨਵਜੋਤ ਸਿੰਘ ਸਿੱਧੂ ਵੀ ਕੱਲ ਰੋਪੜ ਦੇ ਥਾਣੇ ਮੂਹਰੇ ਪਹੁੰਚੇ ਸੀ ਉਹਨਾਂ ਨੇ ਅੱਧੇ ਕਾਂਗਰਸੀਆਂ ਨੂੰ ਬੁਲਾਇਆ ਹੀ ਨਹੀਂਗਾ ਉਹ ਆਪਦੀ ਗੱਲ ਕਹਿ ਕੇ ਮੀਡੀਆ ਦੇ ਮੂਹਰੇ ਤੇ ਵਾਪਸ ਆ ਗਏ ਆ ਮਤਲਬ ਇਹ ਹੈ ਵੀ ਇਸ ਵੇਲੇ ਸਿੱਧੂ ਸਾਹਿਬ ਰਾਜਾ ਵੜਿੰਗ ਨਾਲ ਵੀ ਤੁੜੇ ਆ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਬਹੁਤਾ ਬੋਲ ਰਹੇ ਸੁਖਵਿੰਦਰ ਸਿੰਘ ਦਾ ਮਨਾ ਪਹਿਲਾਂ ਹੀ ਨਹੀਂ ਸੀ ਬਣਦੀ ਸੋ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਟਹਿਣਾ ਸਾਹਿਬ ਇਹਨਾਂ ਹਾਲਾਤਾਂ ਦੇ ਵਿੱਚ ਬਹੁਤ ਕੁਛ ਹੋ ਰਿਹਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਚੁੱਪ ਦਾ ਭੇਦ ਕੀ ਹੈ ਜੀ ਲਾਸਟ ਕਵਰ ਪਤਾ ਹੀ ਨਹੀਂ ਲੱਗ ਰਿਹਾ ਜੀ ਅਕਾਲੀ ਦਲ ਹੈ ਵੀ ਜਾਂ ਕਿਤੇ ਉਹਦੀ ਬੈਟਰੀ ਨਿਕਲ ਗਈ ਆ ਬੋਲਦੇ ਹੀ ਮਾੜਾ ਮੋਟਾ ਕਦੇ ਕਦੇ ਖਈਏ ਖੱਪਾ ਜਿਹਾ ਕਰਦੇ ਆ ਪਰ ਜਿਹੜੀ ਸਰਗਰਮੀ ਹੋਣੀ ਚਾਹੀਦੀ ਹੈ ਹਰਮ ਤੋਂ ਬਾਅਦ ਉਹ ਹੋਈ ਨਾ ਤਾਂ ਸੁਖਬੀਰ ਸਿੰਘ ਬਾਦਲ ਦਾ ਪਤਾ ਲੱਗਦਾ ਵੀ ਭਾਈ ਉਹ ਕਿੱਥੇ ਆ ਨਾ ਪਾਰਟੀ ਦੇ ਬਾਕੀ ਆਗੂਆਂ ਦਾ ਇਸ ਵੇਲੇ ਚਲੋ ਹਾਰ ਗਈ ਹੈ ਤਿੰਨ ਸੀਟਾਂ ਇਹਨਾਂ ਦੇ ਕੋਲ ਆ ਤੇ ਬਾਕੀ ਸੀਟਾਂ ਦੇ ਉੱਤੇ ਬੁਰਾ ਹਾਲ ਹੋਇਆ ਇਸ ਦੇ ਬਾਵਜੂਦ ਆਪ ਇਸ ਗੱਲ ਦੀ ਸੀ ਵੀ ਅਕਾਲੀ ਦਲ ਜੋ ਹਾਰ ਹੋਈ ਹੈ ਉਹਦੇ ਤੋਂ ਸਬਕ ਸਿੱਖ ਕੇ ਤੇ ਲੋਕਾਂ ਦੇ ਵਿੱਚ ਤੁਰੰਤ ਵੀ ਚੱਲਣਾ ਸ਼ੁਰੂ ਕਰ ਦਿੰਦਾ ਕਿਉਂਕਿ ਹੁਣ ਉਹ ਵੇਲਾ ਗਿਆ ਜਦੋਂ ਸੋਲਾਂ ਤੋਂ 6 ਮਹੀਨੇ ਪਹਿਲਾਂ ਆਪਾਂ ਸਰਗਰਮ ਹੋਵਾਂਗੇ ਤੇ ਲੋਕ ਨਜ਼ਰ ਲੱਗ ਜਾਣਗੇ ਜਦੋਂ ਲੋਕ ਇਹ ਕਹਿੰਦੇ ਵੀ ਕਿ ਨਵੇਂ ਲੀਡਰ ਹੋਣ ਇਮਾਨਦਾਰ ਹੋਣ ਅਗਰੈਸਿਵ ਹੋਣ ਲੋਕਾਂ ਚ ਵਿਚਰਨ ਵਾਲੇ ਹੋਣ ਪੰਜੇ ਸਾਲ ਆ ਜਿਹੜਾ ਉਹ ਲੋਕਾਂ ਦੇ ਵਿੱਚ ਵਿਚਰਦੇ ਰਹਿਣ ਤੇ ਅਕਾਲੀ ਦਲ ਤਾਂ ਹਾਲੇ ਤੱਕ ਆਤਮ ਚਿੰਤਨ ਕਰ ਰਿਹਾ ਚਿੰਤਨ ਵੋਟ ਕਰ ਰਹੇ ਹਾਂ ਚਿੰਤਨ ਕਰ ਰਹੇ ਹਾਂ ਅਸੀਂ ਸੋਚ ਰਹੇ ਹਾਂ ਹਾਰੇ ਕਿਉਂ ਆ ਹਾਰ ਦੇ ਕਾਰਨਾਂ ਦੀ ਪੜਤਾਲ ਕਰ ਰਹੇ ਹਾਂ ਤੇ ਅਕਾਲੀ ਦਲ ਪਤਾ ਨਹੀਂ ਕਦੋਂ ਕਦੋਂ ਚਿੰਤਨ ਮੁਕਾਊਗਾ ਪਰ ਇਹ ਗੱਲ ਸੱਚੀ ਹੈ ਵੀ ਹਾਲੇ ਤੱਕ ਬਿਲਕੁਲ ਰਾਜਨੀਤੀ ਦੇ ਹਾਸ਼ੀਏ ਦੇ ਵਿੱਚੋਂ ਅਕਾਲੀ ਦਲ ਚੋਣ ਹਾਰਨ ਤੋਂ ਬਾਅਦ ਬਾਹਰ ਹੋਇਆ ਬੈਠਾ ਜੀ ਬਿਲਕੁਲ ਬਿਲਕੁਲ ਲੱਗੇ ਰਿਹਾ ਟਹਿਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸੋ ਲੈਣੇ ਆਜ਼ਾਦ ਗਰਮੀ ਵੀ ਬਹੁਤ ਹੈ ਨਿਜਾਤ ਹੋਵੇ ਬਰਸਾਤ ਵਗੈਰਾ ਹੋਵੇ ਥੋੜੀ ਬਹੁਤ ਪੰਜਾਬ ਦੇ ਵਿੱਚ ਭਲਾ ਹੋਵੇ ਸੋ ਕੱਲ ਮਿਲਣ ਦੇ ਬਾਅਦ ਨਾਲ ਦਿਓ ਆਜ਼ਾਦ ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਸੋ ਦੋਸਤੋ ਇਹ ਸੀ ਸਰਦਾਰ ਸੁਵਰਨ ਸਿੰਘ ਜੀ ਟਹਿਣਾ ਜਲੰਧਰ ਤੋਂ ਸਾਡੇ ਨਾਲ ਜੁੜੇ ਸੀ
ਅਗਲਾ ਪ੍ਰੋਗਰਾਮ ਲੈ ਕੇ ਗੁਰਬਚਨ ਮਾਨ ਜੀ ਤਿਆਰ ਨੇ ਜੀ ਸਾਡੇ ਮਸਲੇ ਤੇ ਸਾਂਝਾ ਪ੍ਰੋਗਰਾਮ ਦੇ ਵਿਚ ਸੁਣਦੇ ਰਹੋ ਰੇਡੀਓ ਚੰਨਪੁਰ ਦੇ ਸੀ ਕਿਵੇਂ ਲੱਗਦੇ ਸਾਰੇ ਪ੍ਰੋਗਰਾਮ ਬਹੁਤ ਘਾਟਾ ਨੇ ਸਾਡੇ ਚ ਤੁਹਾਡੀਆਂ ਸਲਾਹਾਂ ਦੇ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਕਈ ਸਾਡੇ ਸਰੋਤਿਆਂ ਨੂੰ ਇਹ ਵੀ ਇਤਰਾਜ਼ ਆ ਜੀ ਸਾਡਾ ਕਈ ਜਿਹੜੇ ਆਪਣੇ ਪ੍ਰੋਗਰਾਮ ਕਰਦੇ ਨੇ ਆਰ ਜੇ ਬਰੋਡਕਾਸਟ ਜਿਹੜੇ ਉਹ ਫੋਨ ਕਿਉਂ ਨਹੀਂ ਚੁੱਕਦੇ ਅਸੀਂ ਬੜੀਆਂ ਕਾਲਾਂ ਕਰਦੇ ਹਾਂ ਦੇਖੋ ਜੀ ਫੋਨ ਨੰਬਰ ਜਿਹੜਾ ਸਟੂਡੀਓ ਦਾ ਨੰਬਰ ਹੈ 815-676-0004 815-676-0004 ਤੁਸੀਂ ਆਪਣੇ ਵਟਸਐਪ ਤੇ ਜਦੋਂ ਕਾਲਾਂ ਕਰਦੇ ਹੋ ਸਾਡੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿਚ ਵਿਘਨ ਪੈਂਦੇ ਨੇ ਪਲੀਜ਼ ਉਹਨਾਂ ਨੰਬਰਾਂ ਦੇ ਉੱਤੇ ਨਾ ਕਾਲ ਕਰੋ ਜਿਹੜੇ ਨੰਬਰ ਤੁਹਾਨੂੰ ਪ੍ਰੋਗਰਾਮ ਸ਼ੁਰੂ ਕਰਨ ਤੋਂ ਆਰ ਜੇ ਬੋਲਦੇ ਨੇ ਉਹਨਾਂ ਨੰਬਰਾਂ ਤੇ ਹੀ ਕਾਲ ਕਰੋ ਕਈ ਸਾਡੇ ਸਰੋਤੇ ਇੱਦਾਂ ਦੇ ਵੀ ਨੇ ਉਹ ਸਾਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਵੀ ਕਰਦੇ ਨੇ ਦੇਖੋ ਜੀ ਤੁਸੀਂ ਕਾਲ ਨਹੀਂ ਚੱਕਦੇ ਅਸੀਂ ਤੁਹਾਡਾ ਪ੍ਰੋਗਰਾਮ ਸੁਣਨਾ ਬੰਦ ਕਰ ਦੇਵਾਂਗੇ ਦੇਖੋ ਭਰਾਵੋ ਅਜਿਹਾ ਕੰਮ ਤਾਂ ਨਾ ਕਰੋ ਕਿਉਂਕਿ ਤੁਹਾਡੇ ਨਾਲ ਹੀ ਸਾਡੀ ਪੂਰੀ ਆਪਣੇ ਆਪਸ ਵਿਚ ਟੌਰ ਹੈ ਮੰਨਦੇ ਹਾਂ ਤੁਹਾਡੀਆਂ ਸਲਾਹਾਂ ਦੇ ਨਾਲ ਚੱਲਣ ਦੀ ਕੋਸ਼ਿਸ਼ ਪਰ ਜ਼ਿਆਦਾ ਡਰਾਉਣਾ ਵੀ ਚੰਗਾ ਨਹੀਂ ਹੁੰਦਾ ਵਾਲਾ ਡਰਾਉਂਦੇ ਸੀ ਕਾਂਗਰਸੀ ਅਤੇ ਬਾਦਲ ਹੋਣੀ ਚੱਕ ਕੇ ਆਪ ਵਾਲਿਆਂ ਨੇ ਉਹ ਮਾਰਿਆ ਹੈਗੀ ਤਾਂ ਆਪ ਵੀ ਉਹੀ ਜੀ ਪਰ ਕੋਈ ਪਤਾ ਨਹੀਂ ਲੱਗਦਾ ਸੋ ਹਾਸੀ ਮਖੌਲ ਆਪਣੀ ਥਾਂ ਜੀ ਸੋ ਦਿਓ ਇਜਾਜ਼ਤ ਫਿਰ ਕੱਲ ਨੂੰ ਮਿਲਣ ਦੇ ਬਾਦਲ ਸਤਿ ਸ੍ਰੀ ਅਕਾਲ ਦੋਸਤ